ਨਾਮ ਵਾਹਿਗੁਰੂ ਸਾਹਿਬ ਜੀਓ ਪਹਿਰੋ ਮਹਲਾ ਚੌਥਾ ਤੇ ਸਾਧੂ ਹਰ ਮੇਲੋ ਸੁਆਮੀ ਜਿਨ ਜਪਿਆ ਗਤ ਹੋਏ ਹਮਾਰੀ ਤਿਨਕਾ ਦਰਸ ਦੇਖ ਮਨ ਬਿਗਸੈ ਖਿਨ ਖਿਨ ਤਿਨਕੋ ਹਉ ਬਲਿਹਾਰੀ ਤੇ ਸਾਧੂ ਹਰ ਮੇਲੋ ਸੁਆਮੀ ਜਿਨ ਜਪਿਆ ਗਤ ਹੋਏ ਹਮਾਰੀ ਤਿਨਕਾ ਦਰਸ ਦੇਖ ਮਨ ਬਿਗਸੈ ਖਿਨ ਖਿਨ ਤਿਨਕੋ ਹਉ ਬਲਿਹਾਰੀ ਹਰ ਹਿਰਦੈ ਜਪ ਨਾਮ ਮੁਰਾਰੀ ਕਿਰਪਾ ਕਿਰਪਾ ਕਰ ਜਗਤ ਪਿਤ ਸੁਆਮੀ ਹਮ ਦਾਸਨ ਦਾਸ ਕੀ ਜੈ ਪਨਿਹਾਰੀ ਰਹਾ ਤਿਨ ਮਤ ਯੂਤਮ ਤਿਨ ਪਤ ਯੂਤਮ ਜਿਨ ਹਿਰਦੈ ਵਸਿਆ ਬਨਵਾਰੀ ਤਿਨ ਕੀ ਸੇਵਾ ਲਾਏ ਹਰ ਸੁਆਮੀ ਤਿਨ ਸਿਮਰਤ ਗਤ ਹੋਏ ਹਮਾਰੀ ਜਿਨ ਐਸਾ ਸਤਿਗੁਰ ਸਾਧ ਨ ਪਾਇਆ ਤੇ ਹਰ ਦਰਗਹਿ ਕਾਢੇ ਮਾਰੀ ਤੇ ਨਰ ਨਿੰਦਕ ਸੋਭ ਨ ਪਾਵੈ ਤਿਨ ਨੱਕ ਕਾਟੇ ਸਿਰਜਨ ਹਾਰੀ ਹਰ ਆਪ ਬੁਲਾਵੈ ਆਪੇ ਬੋਲੇ ਹਰ ਆਪ ਨਿਰੰਜਨ ਨਿਰੰਕਾਰ ਨਿਰਾਹਾਰੀ ਹਰ ਜਿਸ ਤੂੰ ਮੇਲੈ ਸੇ ਤੁਧ ਮਿਲਸੀ ਜਨ ਨਾਨਕ ਕਿਆ ਇਹ ਜੰਤ ਵਿਚਾਰੀ ਹਰ ਆਪ ਬੁਲਾਵੈ ਆਪੇ ਬੋਲੈ ਹਰ ਆਪ ਨਿਰੰਜਨ ਨਿਰੰਕਾਰ ਨਿਰਾਹਾਰੀ ਹਰ ਜਿਸ ਤੂੰ ਮੇਲੈ ਸੋ ਤੁਧ ਮਿਲਸੀ ਜਨ ਨਾਨਕ ਕਿਆ ਇਹ ਜੰਤ ਵਿਚਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਅਜ਼ਮਤ ਬਖਸ਼ਿਸ਼ ਚੜ੍ਹਦੀ ਸਵੇਰ ਗੁਰੂ ਹਜ਼ੂਰੀ ਨੂੰ ਮਾਨਣ ਦਾ ਸੁਭਾਗ ਸ਼ੁਭ ਅਵਸਰ ਸਾਨੂੰ ਪ੍ਰਾਪਤ ਹੋ ਰਿਹਾ ਹੈ ਆਹੋ ਭਾਗੀ ਹਾਂ ਸਾਡਾ ਜਮਾਤੀ ਨਿਤਨੇਮ ਆਸਾ ਕੀ ਵਾਰ ਅਜੇ ਹੁਣੇ ਕੀਰਤਨ ਦੇ ਰੂਪ ਵਿੱਚ ਸੰਪੂਰਨ ਹੋਈ ਹੁਣ ਸਮਾਂ ਹੈ ਜਿਸ ਗੁਰ ਅਸਥਾਨ 'ਤੇ ਮਰਿਆਦਿਤ ਢੰਗ ਦੇ ਨਾਲ ਚੀਜ਼ਾਂ ਨਿਰਵਾਹਿਤ ਹੁੰਦੀਆਂ ਨੇ ਉਹਨਾਂ ਵਿੱਚ ਜੋ ਲੜੀਵਾਰ ਗੁਰਬਾਣੀ ਉਪਦੇਸ਼ ਵਿਚਾਰਿਆ ਜਾਂਦਾ ਹੈ ਉਹਦੇ ਨਾਲ ਅਸੀਂ ਸਾਂਝ ਪਾਈਏ
ਇਸ ਚੱਲ ਰਹੇ ਪ੍ਰਵਾਹ ਅੰਦਰ ਆਪ ਜੀ ਨੇ ਅਗਲੇਰਾ ਸ਼ਬਦ ਸਰੋਤ ਪਾਇਆ ਹੈ। ਰਾਗ ਭੈਰੋ ਦੀ ਰਚਨਾ ਹੈ, ਮਹੱਲਾ ਚੌਥਾ, ਗੁਰੂ ਰਾਮਦਾਸ ਮਹਾਰਾਜ ਨਾਨਕ ਜੋਤ ਦੇ ਚੌਥੇ ਜਾਨਸ਼ੀਨ ਇਸ ਬਚਨ ਨੂੰ ਉਚਰਿਤ ਕਰ ਰਹੇ ਨੇ। ਵਾਕ ਆਪਣੇ ਸਰੋਤ ਪਾ ਲਿਆ ਹੈ। ਵਿਚਾਰ ਦਾ ਆਗਾਜ਼ ਰਹਾਉ ਦੇ ਬੰਨ ਤੋਂ ਕਰਾਂਗੇ, ਜਿਹਦੇ ਵਿੱਚ ਮੁੱਖ ਸੁਨੇਹਾ ਹੈ। ਗੁਰਦੇਵ ਜੋ ਜ਼ਿਕਰ ਕਰ ਰਹੇ ਨੇ, ਹਰ ਹਿਰਦੈ ਜਪ ਨਾਮ ਮੁਰਾਰੀ, ਕਿਰਪਾ ਕਿਰਪਾ ਕਰ ਜਗਤ ਪਿਤ ਸੁਆਮੀ, ਹਮਦਾਸਨ ਦਾਸ ਕੀਜੈ ਪਨਿਹਾਰੀ। ਰਹਾਉ ਹਰ ਹਿਰਦੈ ਜਪ ਨਾਮ ਮੁਰਾਰੀ। ਆਪਾਂ ਸ਼ਬਦ ਗੁਰੂ ਦੇ ਉਪਾਸ਼ਕ ਹਾਂ, ਕਿਉਂਕਿ ਜੋ ਸਿੱਖੀ ਦਾ ਇਹ ਸਾਰੇ ਦਾ ਸਾਰਾ ਸ਼ਿਰਾਜ਼ਾ ਹੈ, ਮਹੱਲ ਹੈ, ਇਹ ਸਿਰਫ 6 ਪਿੱਲਰਾਂ 'ਤੇ ਖੜ੍ਹਾ ਹੈ। 3 ਪਹਿਲੀ ਪਾਤਸ਼ਾਹੀ ਨੇ ਲਾਏ ਸੀ ਅਤੇ 3 10ਵੀਂ ਪਾਤਸ਼ਾਹੀ ਨੇ, ਕਿਉਂਕਿ ਇੱਕ ਪੂਰਾ ਜਾਵੇਂਦਾ ਸਫ਼ਰ, ਇੱਕ ਯਾਤਰਾ ਪੂਰੀ ਹੁੰਦੀ ਇਹਦੇ 'ਚ। ਸੋ ਇਹ ਸਾਰੇ ਦੇ ਵਿੱਚ ਸਿੱਖੀ ਦੀ ਇਹ ਸਾਰੇ ਦੀ ਸਾਰੀ ਜੋ ਅੱਜ ਅਸੀਂ ਵੇਖ ਰਹੇ ਹਾਂ, ਇਹ ਸਭ ਆ ਭਾਈ ਮੰਡਤ ਹੋ ਰਹੀ ਹੈ। ਇਹ ਪੂਰੇ ਦਾ ਪੂਰਾ ਕਿਲਾ ਉਸਰਦਾ ਹੈ। ਜੋ ਪਹਿਲੀ ਪਾਤਸ਼ਾਹੀ ਨੇ ਆਪਣੇ ਸਮੇਂ ਦੇ ਵਿੱਚ 3 ਪਿੱਲਰ ਖੜ੍ਹੇ ਕੀਤੇ, ਜਿਹਨੂੰ ਅਸੀਂ 3 ਗੋਲਡਨ ਰੂਲਸ ਆਫ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਬੱਚਿਆਂ ਨੂੰ ਪ੍ਰਚਾਰਦੇ ਹਾਂ, ਸਮਝਾਉਂਦੇ ਹਾਂ। ਉਹਦੇ 'ਚ ਕਿਰਤ ਕਰੋ, ਨਾਮ ਜਪੋ ਅਤੇ ਵੰਡ ਚੱਕੋ, ਇਹ 3 ਸੀਗੇ। ਇਹ ਮਹਿਲ ਉਸਰਨਾ ਸ਼ੁਰੂ ਹੋ ਜਾਂਦਾ ਹੈ। ਅਗਲੀਆਂ 9 ਪਾਤਸ਼ਾਹੀਆਂ ਇਸ ਮਹਿਲ ਨੂੰ ਪੂਰਾ ਐਂਡ ਕਹਿ ਲਓ ਕਿ ਆਪਣੇ ਇਹਤਰਾਮ ਤੱਕ ਪਹੁੰਚਾਉਂਦੀਆਂ ਨੇ। ਅਤੇ ਫਿਰ 10ਵਾਂ ਬਾਪੂ ਜਦੋਂ ਗ੍ਰੰਥ ਅਤੇ ਪੰਥ ਦੀ ਤਾਬੇਦਾਰੀ ਸਥਾਪਿਤ ਕਰਦਾ ਹੈ, ਅਤੇ ਫਿਰ ਉਹ 3 ਹੁਕਮ ਉਹ ਕਰਦਾ ਹੈ। ਉਹ ਕਹਿੰਦਾ ਹੁਣ ਇਹ ਮਹਿਲ ਇਸ ਰੂਪ ਵਿੱਚ ਉਸਰ ਗਿਆ, ਹੁਣ 3 ਪਿੱਲਰ ਇਸ ਪਾਸੇ ਲਾ ਦਿੰਦੇ ਆ। ਉਹਦੇ 'ਚ ਕਿਹਾ, ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ ਅਤੇ ਦੀਦਾਰ ਖਾਲਸੇ ਦਾ। ਸੋ 6 ਪਿੱਲਰ ਇਸ ਰੂਪ ਵਿੱਚ ਉਸਰੇ ਨੇ, 3x3 ਇਸ ਰੂਪ ਦੇ ਅੰਦਰ। ਜਿਹੜਾ ਉਹਦੇ 'ਚ ਬਾਤ ਕੀਤੀ ਗਈ ਪਰਚਾ ਸ਼ਬਦ ਦਾ, ਇਸ ਤਰ੍ਹਾਂ ਜਾਣੋ ਕਿਉਂਕਿ ਅਸੀਂ ਸੰਗਤ ਮਾਣ ਰਹੇ ਹਾਂ, ਅਤੇ ਸੰਗਤ ਦਾ ਮਤਲਬ ਹੀ ਹੁੰਦਾ ਟੂ ਕ੍ਰੀਏਟ ਐਨ ਇਨਵਾਇਰਮੈਂਟ ਵੇਅਰ ਵੀ ਕੈਨ ਅੰਡਰਸਟੈਂਡ ਆਵਰ ਸ਼ਬਦ ਇਨ ਏ ਪ੍ਰੋਪਰ ਵੇ, ਇਹ ਰੂਪ ਹੁੰਦਾ ਆ। ਹੁਣ ਇਹ 'ਚ ਜਾਣੋ ਪਰਚੇ ਦਾ ਮਤਲਬ, ਵੈਸੇ ਕਈ ਤਰੀਕਿਆਂ ਨਾਲ ਬਿਆਨ ਕਰਨ ਦੀ ਕੋਸ਼ਿਸ਼ ਹੁੰਦੀ, ਪਰ ਜਦੋਂ ਸ਼ਬਦ ਕੋਸ਼ ਦੀ ਮਦਦ ਲੈਂਦੇ ਹੋ ਤੁਸੀਂ, ਪਰਚੇ ਦਾ ਮਤਲਬ ਹੁੰਦਾ ਕਿਸੇ ਚੀਜ਼ ਨਾਲ ਪਰਿਚਿਤ ਹੋ ਜਾਣਾ, ਟੂ ਇੰਟਰੋਡਿਊਸ ਵਿਦ ਸਮਥਿੰਗ। ਜਿਹੜਾ ਪਰਿਚੇ ਹੈ ਉਹੀ ਨਹੀਂ ਹੋ ਪਾ ਰਿਹਾ, ਸਾਡੀ ਭੇਟ ਹੀ ਨਹੀਂ ਹੋ ਪਾ ਰਹੀ ਉਸ ਵਾਹਿਗੁਰੂ ਨਾਲ ਜੋ ਜ਼ਰਰੇ ਜ਼ਰਰੇ 'ਚ ਸਰਖੇਜ਼ ਆ। ਮਤਲਬ ਕਿਆ ਕਮਾਲ ਆ, ਜਿਹੜੀ ਚੀਜ਼ ਮਤਲਬ ਇਸ ਰੂਪ ਦੇ ਵਿੱਚ ਓਮਨੀ ਪ੍ਰੈਜੈਂਟ ਹੋਏ, ਜਿਹਤੋਂ ਮੁਨਕਰ ਹੀ ਨਹੀਂ ਹੋਇਆ ਜਾ ਸਕਦਾ, ਜਿਹਤੋਂ ਭਜਿਆ ਹੀ ਨਹੀਂ ਜਾ ਸਕਦਾ ਦੂਰ, ਜਿਹੜਾ ਚਾਰ ਚੁਪੇਰੇ ਮੌਜੂਦ ਹੈ, ਮੁਯੱਸਰ ਆ, ਜਿਹਦੀ ਮੁਯੱਸਰਤਾ ਕਰਕੇ ਸਾਡੀ ਮੌਜੂਦਗੀ ਹੈ, ਸਾਡੀ ਉਹਦੇ ਨਾਲ ਹੀ ਸਾਂਝ ਨਹੀਂ ਹੈ। ਕਿਉਂ? ਕਿਉਂਕਿ ਅਸੀਂ ਉਹਦੇ ਨਾਲ, ਸਾਨੂੰ ਇੰਟਰੋਡਿਊਸ ਹੋਣਾ ਨਹੀਂ ਆਉਂਦਾ, ਸਾਡੀ ਉਹਦੇ ਨਾਲ ਜਾਣ ਪਹਿਚਾਣ ਹੀ ਨਹੀਂ ਬਣਦੀ, ਅਸੀਂ ਪਰਿਚਿਤ ਹੀ ਨਹੀਂ ਹੁੰਦੇ ਉਹਦੇ ਨਾਲ। ਇਹਦੇ 'ਚ ਮਦਦ ਪਰਚਾ ਸ਼ਬਦ ਦਾ, ਸ਼ਬਦ ਕਰਦਾ ਹੈ। ਸ਼ਬਦ ਉਹ ਤੁਹਾਨੂੰ ਪਰਿਚਿਤ ਕਰਨ ਵਾਸਤੇ, ਉਸ ਜਾਣਕਾਰੀ ਪ੍ਰਾਪਤ ਕਰਾਉਣ ਵਾਸਤੇ, ਤੁਹਾਨੂੰ ਜਨ ਬਣਾਉਣ ਵਾਸਤੇ ਹੈ। ਅਤੇ ਜੇ ਸ਼ਬਦ ਦਾ ਪਰਚਾ ਹੈ ਤਾਂ ਫਿਰ ਭਾਈ ਸ਼ਬਦ ਨੂੰ ਵੀ ਸਮਝਣਾ ਪਏਗਾ। ਜੇ ਸ਼ਬਦ ਨੂੰ ਨਹੀਂ ਜਾਣੋਗੇ ਤਾਂ ਅਗਲਾ ਜਿਹੜਾ ਸ਼ਬਦ ਦੇ ਵਿੱਚ ਖਾਸ ਕਰਕੇ ਪਰਿਚਿਤ ਹੋਣਾ ਆ, ਫਿਰ ਉਹ ਅੱਗੇ ਕਿਵੇਂ ਹੋ ਪਾਵਾਂਗੇ ਅਸੀਂ।
ਸੋ ਸ਼ਬਦ ਦੇ ਬੇਸਿਕਸ ਨੂੰ ਸਮਝੋ। ਇੱਕ ਇੱਕ ਸ਼ਬਦ ਦੀਆਂ ਧਾਤਾਂ ਹੁੰਦੀਆਂ ਨੇ, ਰੂਟਸ ਹੁੰਦੇ ਨੇ, ਉਹਦੀਆਂ ਪਿੱਛੋਂ ਜੜ੍ਹਾਂ ਹੁੰਦੀਆਂ ਨੇ, ਜੜ੍ਹਾਂ ਦੇ ਮੁਤਾਬਕ ਸਭ ਚੀਜ਼ਾਂ ਸਮਝੀਆਂ ਜਾਂਦੀਆਂ। ਆਹ ਮਹਾਰਾਜ ਦਾ ਸੰਦੇਸ਼ ਆ, ਕਮਾਲੇ ਕਮਾਲ ਕੀਤੀ ਪਈ ਹੈ। ਹੁਣ ਇਹਨੂੰ ਬੜੇ ਗੌਰ ਨਾਲ ਦੇਖਿਆ ਜਿਹਦੇ 'ਚ, ਫਿਰ ਮੈਂ ਪੰਕਤੀਆਂ ਦੁਹਰਾਉਣਾ, ਮੇਰੇ ਨਾਲ ਰਿਹਾ ਜੀ। ਮਹਾਰਾਜ ਕਹਿੰਦੇ, ਹਰ ਹਿਰਦੈ ਜਪ ਨਾਮ ਮੁਰਾਰੀ, ਕਿਰਪਾ ਕਿਰਪਾ ਕਰ ਜਗਤ ਪਿਤ ਸੁਆਮੀ, ਹਮ ਦਾਸਨ ਦਾਸ ਕੀਜੈ ਪਨਿਹਾਰੀ। ਪਨਿਹਾਰੀ ਪਾਣੀ ਢੋਣ ਵਾਲਾ, ਮਤਲਬ ਇੱਕ ਸ਼ਬਦ ਯੂਜ਼ ਕੀਤਾ ਨਾ ਪੈਂਚ, ਆਪ ਨੂੰ ਸ਼ਾਇਦ ਪਤਾ ਹੋਏਗਾ ਪੰਜਾਬ ਦੀ ਫਿਜ਼ਾਨ ਦੇ ਵਿੱਚ, ਜਿਹੜੇ ਪਾਣੀ ਢੋਣ ਦੀ ਕੰਮ ਕਰਦੇ ਪਨਿਹਾਰੀ। ਵੈਸੇ ਵਿੱਚ ਅਜੀਬ ਹਾਲਤ ਹੈ, ਸਮਹਾਓ ਗੱਲ ਚੱਲ ਰਹੀ ਹੈ ਇੱਥੇ, ਇਸ ਗੱਲ 'ਚ ਹੀ ਗੱਲ ਕਰ ਦਿੰਦਾ, ਇਸ ਸ਼ਬਦ 'ਤੇ ਵਾਪਸ ਆ ਰਿਹਾ। ਫਿਰ ਜਿਸ ਬਾਪੂ ਨੇ ਸਾਨੂੰ ਕਿਰਤ ਦਾ ਤਸੱਵਰ ਦਿੱਤਾ, ਸਾਡੀ ਪੰਜਾਬੀ ਸੱਭਿਆਚਾਰ ਦੀ ਬਹੁਤ ਸਾਰੀਆਂ ਕਮੀਆਂ ਨੇ, ਅਤੇ ਉਹ ਕਮੀਆਂ ਅਸੀਂ ਗੁਰਮਤਿ ਸਕੂਲ 'ਚ ਰਹਿ ਕੇ ਕੁਝ ਦੂਰ ਕੀਤੀਆਂ, ਕੁਝ ਗੁਰਮਤਿ ਸਕੂਲ ਦਾ ਪ੍ਰਭਾਵ ਘਟਿਆ ਅਤੇ ਵਾਪਸ ਆ ਗਈਆਂ, ਉਹ ਸਾਡੀ ਬੋਲ ਬਾਣੀ 'ਚੋਂ ਵੀ ਨਜ਼ਰ ਪੈਂਦੀਆਂ ਨੇ। ਆਪਾਂ ਹਜੇ ਹੁਣੇ ਬਾਤ ਕੀਤੀ, ਬਾਪੂ ਨੇ ਜਿਹੜੇ ਗੋਲਡਨ ਰੂਲਸ ਦਿੱਤੇ ਉਹਦੇ 'ਚ ਕਿਹਾ ਕਿਰਤ ਕਰਨੀ, ਮਤਲਬ ਇਸ ਸਰੀਰ ਦੇ ਨਾਲ ਧਰਤੀ 'ਤੇ ਕੰਟਰੀਬਿਊਟ ਕਰਨਾ। ਸਾਡੇ ਪੰਜਾਬ ਦੀ ਫਿਜ਼ਾਨ ਦੇ ਵਿੱਚ ਬੋਲ ਬਾਣੀ ਦੇ ਅੰਦਰ ਜਿਹੜਾ ਕੋਈ ਬੰਦਾ ਹੱਥੀਂ ਕੰਮ ਕਾਰ ਕਰਦਾ ਆ, ਜਿਹੜਾ ਕੋਈ ਬੰਦਾ ਮੁਸ਼ਕਤੀ ਹੈ, ਮਿਹਨਤੀ ਹੈ, ਪਸੀਨਾ ਵਹਾਉਂਦਾ ਆ, ਉਹਨਾਂ ਦੇ ਬਾਬਤ ਇੱਕ ਲਕਬ ਯੂਜ਼ ਕਰ ਲਿਆ ਜਾਂਦਾ, ਇਹ ਕਮੀ ਨੇ, ਸਾਨੂੰ ਕੋਈ ਆਈਡੀਆ ਨਹੀਂ, ਇਹ ਕਮੀਆਂ ਦੇ ਘਰ ਗਿਆ ਸੀ, ਇਹ ਕਮੀ ਦੇਖੋ ਤੁਸੀਂ। ਜਦੋਂ ਅਸੀਂ ਗੁਰਮਤ ਫਿਰ ਧਿਆਨ ਨਾਲ ਦੇਖਿਓ ਜੀ, ਜਿਹੜੇ ਕੌਮਾਂ ਦੇ ਸੱਭਿਆਚਾਰ ਉਸਰਦੇ ਨੇ, ਕਲਚਰ ਕਹਿੰਦੇ ਹਾਂ ਅਸੀਂ, ਇਹਦੇ 'ਚ ਮਲਟੀ ਲੇਅਰ ਹੁੰਦੀਆਂ ਨੇ, ਕਈ ਲੇਅਰ ਜੁੜੀਆਂ ਹੁੰਦੀਆਂ ਨੇ ਇਹਦੇ 'ਚ। ਇਹਦੇ 'ਚ ਜਦੋਂ ਪੰਜਾਬ ਦੀ ਫਿਜ਼ਾਨ ਦੇ ਵਿੱਚ ਜਿਹੜਾ ਮੇਨ ਕਲਚਰ ਅਸੀਂ ਮੰਨਦੇ ਹਾਂ ਨਾ, ਜਿਹਨੂੰ ਅਸੀਂ ਕਲਚਰ ਆਫ ਲੈਂਡ ਕਹਿੰਦੇ ਹਾਂ, ਜ਼ਮੀਨੀ ਸੱਭਿਆਚਾਰ, ਜਿਹਦੇ 'ਚੋਂ ਪੰਜਾਬ ਅਤੇ ਪੰਜਾਬ ਦਾ ਕਲਚਰ, ਪੰਜਾਬੀ ਕਲਚਰ, ਇਹ ਕੋਈ ਬਹੁਤਾ ਮਾਣ ਕਰਨ ਵਾਲਾ ਨਹੀਂ ਹੈ। ਇਹਦੇ ਬਿਲਕੁਲ ਆਪੋਜ਼ਿਟ ਕਲਚਰ ਦੀ ਲੇਅਰ ਹੋਰ ਖੜੀ ਹੈ, ਸਿੱਖੀ ਕਲਚਰ, ਜਿਹਨੂੰ ਕਲਚਰ ਆਫ ਥਾਟ ਕਿਹਾ ਜਾਂਦਾ ਹੈ, ਜਿਹੜਾ ਗੁਰੂ ਬਾਬਾ, ਜਿਹਨੂੰ ਗੁਰੂ ਮਹਾਰਾਜ ਨੇ ਨਵੇਂ ਤਰੀਕੇ ਨਾਲ ਮੋਡੀਫਾਈ ਕੀਤਾ, ਮਹਾਰਾਜ ਨੇ ਨਵੇਂ ਢੰਗ ਦੇ ਨਾਲ, ਜਿੱਥੇ ਕਹਿੰਦਾ ਜੀ ਇਹ ਕੰਮੀ, ਉੱਥੇ ਕਿਰਤ ਦਾ ਸੰਦੇਸ਼ ਦੇਣ ਵਾਲੇ ਗੁਰੂ ਨਾਨਕ ਮਹਾਰਾਜ। ਦੇਖੋ ਤੁਸੀਂ ਕਿਵੇਂ ਕਿਵੇਂ ਚੀਜ਼ਾਂ ਬਦਲਦੀ। ਬੱਚੇ ਗੁਰੂ ਨਾਨਕ ਮਹਾਰਾਜ ਦੇ ਆਪਣੇ ਵਿਹੜੇ 'ਚ ਪਲ ਰਹੇ ਨੇ, ਵੱਡੇ ਹੋ ਰਹੇ ਨੇ, ਪਰ ਸਮਾਜ ਮੁਆਸ਼ਰਾ ਜਿਹੜਾ ਆ, ਕਿਉਂਕਿ ਸੁਸਾਇਟੀ, ਬੱਚੇ ਹੁੰਦੇ ਨੇ ਸੁਸਾਇਟੀ ਦਾ ਬਾਈ ਪ੍ਰੋਡਕਟ ਹੁੰਦੇ ਨੇ, ਮਾਪੇ ਜਿੰਨੀ ਮਰਜ਼ੀ ਐਫਰਟ ਪਾ ਲੈਣ, ਜੇ ਸੁਸਾਇਟੀ ਉਹਨਾਂ 'ਚ ਉਸ ਕਿਸਮ ਦੀ ਐਫਰਟ 'ਚ ਹੈਲਪ ਨਹੀਂ ਕਰਦੀ, ਤਾਂ ਮਾਪਿਆਂ ਦੀ ਐਫਰਟ ਵੀ ਕਈ ਵਾਰੀ ਬੇਕਾਰ ਚਲੀ ਜਾਂਦੀ। ਇਹ ਪੋਸੀਬਿਲਿਟੀ ਹੈ। ਇੱਥੇ ਅਸੀਂ ਰੋਜ਼, ਮੈਂ ਮੇਰਾ ਜ਼ਿਆਦਾ ਕੰਮ ਐਡਿਕਸ਼ਨ 'ਚ ਹੈਗਾ, ਨਸ਼ਿਆਂ ਦੇ ਵਿੱਚ ਕਾਉਂਸਲਿੰਗ ਕਰਦਾ ਮੈਂ, ਅਤੇ ਘਰਾਂ ਥਾਵਾਂ ਤੋਂ ਬੱਚੇ ਲੈ ਕੇ ਮਾਪੇ ਆਉਂਦੇ ਨੇ, ਭਾਈ ਸਾਹਿਬ ਪਤਾ ਨਹੀਂ ਕਿੱਥੋਂ ਅਲਾਮਤ ਆ ਗਈ, ਸਾਡੇ ਘਰ ਦੇ ਵਿੱਚ ਕੋਈ ਨਸ਼ੇ ਦੀ ਗੱਲ ਨਹੀਂ ਕਰਦਾ, ਕੋਈ ਕਿਸੇ ਨੇ ਕਦੀ ਅੱਜ ਤੱਕ ਹੱਥ ਨਹੀਂ ਲਾਇਆ ਕਿਸੇ ਚੀਜ਼ ਨੂੰ। ਹਾਂ ਬੱਚਾ ਦੇਖੋ ਤੁਸੀਂ, ਇਹ ਇੰਨੀ ਯੰਗ ਏਜ 'ਚ ਹੀ ਸ਼ਰਾਬ ਪੀਣ ਲੱਗ ਗਿਆ, ਇੰਨੀ ਯੰਗ ਏਜ 'ਚ ਇਹ ਭਾਈ ਸਾਹਿਬ ਸਮੋਕ ਕਰਨ ਲੱਗ ਗਿਆ। ਭਾਈ ਸਾਹਿਬ ਸਾਡੇ 'ਤੇ ਕਦੀ ਪੁਰਖਿਆਂ 'ਚ ਇਹ ਚੀਜ਼ ਨਹੀਂ ਹੋਈ ਇਸ ਰੂਪ ਦੇ ਵਿੱਚ, ਭਾਈ ਸਾਹਿਬ ਕਦੀ ਗੱਲ ਨਹੀਂ ਹੋਈ। ਹਾਂ ਤੁਸੀਂ ਨਹੀਂ ਕੀਤੀ, ਪਰ ਜਿਸ ਮੁਆਸ਼ਰੇ 'ਚ ਬੈਠੇ ਹੋ ਵੇਖੋ ਤਾਂ ਸਹੀ। ਮੈਂ ਇੱਥੇ ਜੋਰਜ ਬ੍ਰਾਊਨ ਕਾਲਜ ਪੜ੍ਹਦਾ ਹੁੰਦਾ ਸੀ, ਕਾਫੀ ਸਾਲ ਪਹਿਲਾਂ ਦੀ ਗੱਲ ਹੈ, ਅਤੇ ਸਮ ਹਾਓ ਇੱਥੋਂ ਜਿਹੜਾ ਹੈ ਸਭੇ ਜਿਹੜੀ ਅੰਡਰਗਰਾਊਂਡ ਟ੍ਰੇਨ ਜਾਂਦੀ, ਉਹਦੇ 'ਚ ਜਾਂਦਾ ਹੁੰਦਾ ਸੀ ਅੱਗੇ ਡਾਊਨ ਟਾਊਨ, ਅਤੇ ਡੂਪੋਂਟ ਸਟੇਸ਼ਨ 'ਤੇ ਉਤਰਨਾ, ਜਿਹੜੇ ਲੋਕ ਡਾਊਨ ਟਾਊਨ ਬਾਰੇ ਵਾਕਫੀਤ ਰੱਖਦੇ ਉਹਨਾਂ ਨੂੰ ਪਤਾ ਹੋਣਾ। ਅਤੇ ਉੱਥੇ ਉਤਰ ਕੇ ਸਟੇਸ਼ਨ ਤੋਂ ਬਾਹਰ 'ਤੇ ਮੈਂ ਕਾਲਜ ਦੇ ਵਾਸਤੇ ਜਾਣਾ, ਅਤੇ ਉਹ ਸਾਈਡ ਵਾਕ 'ਤੇ ਤੁਰਨਾ, ਦੋ ਪਾਸ ਸਾਈਡ ਵਾਕ, ਵਿਚਕਾਰ ਸੜਕ ਚੱਲਦੀ ਹੈ, ਦੋਨਾਂ ਪਾਸੇ ਸਾਈਡ ਵਾਕ ਪੂਰੇ ਭਰੇ ਜਾ ਰਹੇ ਲੋਕ ਉਸ ਰੂਪ 'ਚ, ਅਤੇ ਪੂਰੇ ਦਾ ਪੂਰਾ
ਸਟੇਸ਼ਨ ਤੋਂ ਲੈ ਕੇ ਕਾਲਜ ਦੇ ਜਿਹੜਾ ਹੈ ਕੈਂਪਸ ਤੱਕ ਜਾਂਦਿਆਂ ਤੱਕ ਪੂਰਾ ਜਿਹੜਾ ਉਤਲਾ ਜਿਹੜਾ ਹਿੱਸਾ ਆ ਸਾਰੇ ਦਾ ਸਾਰਾ ਜਿਹ 'ਚੋਂ ਤੁਰ ਕੇ ਜਾ ਰਹੇ ਹਾਂ ਉਹ ਧੂੰਏ ਨਾਲ ਭਰਿਆ ਪੂਰਾ, ਮਤਲਬ ਧੂੰਆਂ ਹੀ ਧੂੰਆਂ ਇਸ ਰੂਪ ਦੇ 'ਚ ਪੂਰਾ ਜਿਹੜਾ ਉਸ ਢੰਗ ਨਾਲ ਹੋ ਰਿਹਾ। ਅਜੇ ਉਦੋਂ ਵੇਪ ਦਾ ਇੰਨਾ ਚੱਲ ਨਹੀਂ ਸੀਗਾ, ਉਸ ਤੋਂ ਕੁਝ ਸਾਲ ਬਾਅਦ ਹੀ ਵੇਪ ਦਾ ਆ ਗਿਆ, ਇੱਕ ਨਵੇਂ ਹੋਰ ਤਰ੍ਹਾਂ ਦੇ ਜਿਹੜੇ ਤੁਸੀਂ ਦੇਖੇ ਹੋਣਗੇ ਪਿੰਨ ਜਿਹੇ ਨਿਆਣੇ ਲੈ ਕੇ ਤੁਰੇ ਫਿਰਦੇ ਨੇ ਪੀਣ ਵਾਲੇ। ਅਤੇ ਮੈਂ ਆ ਕੇ ਜੋ ਕਿ ਚਾਹੇ ਉਹ ਕਹਿਣਾ ਕਹਿਣਾ ਆਪਣੇ ਘਰ ਦੇ ਜੀਆਂ ਨੂੰ, ਮੈਂ ਕਿਹਾ ਵੀ ਜੇ ਕੱਲ੍ਹ ਨੂੰ ਕੋਈ ਸਪੋਜ਼ ਕਰੋ ਮੇਰਾ ਕੋਈ ਬਲੱਡ ਵਰਕ ਹੁੰਦਾ, ਕੋਈ ਸਲਾਈਵਾ ਟੈਸਟ ਹੁੰਦਾ ਅਤੇ ਮੈਂ ਸਮੋਕ ਪੋਜ਼ਿਟਿਵ ਆ ਜਾਣਾ, ਅਤੇ ਕੋਈ ਤੁਹਾਨੂੰ ਜਿਹੜਾ ਉਹਦੇ 'ਤੇ ਬਹੁਤਾ ਸ਼ੱਕ ਕਰਨ ਦੀ ਲੋੜ ਨਹੀਂ ਹੈ, ਬਹੁਤਾ ਇਹਦੇ 'ਤੇ ਤੁਹਾਨੂੰ ਮਤਲਬ ਇੱਕਦਮ ਸਰਪ੍ਰਾਈਜ਼ ਹੋਣ ਦੀ ਲੋੜ ਨਹੀਂ ਹੈ। ਮੈਂ ਆਲਮੋਸਟ ਉਹ ਜਿਹੜਾ 10-15 ਮਿੰਟ ਦੀ ਰੋਜ਼ ਦੀ ਵਾਕ ਹੈ ਉਹ ਪੂਰਾ ਧੂੰਆਂ ਅੰਦਰ ਹੀ ਪੀ ਕੇ ਆਉਂਦਾ ਸਰ, ਜਿੰਨਾ ਮਰਜ਼ੀ ਮੂੰਹ ਕੱਜ ਲਾਂ ਜੋ ਮਰਜ਼ੀ ਉਹ ਜਾਏਗਾ ਥੋੜ੍ਹਾ ਕਿਸੇ ਪਾਸੇ, ਉਹਦੇ ਵਿੱਚ ਦੀ ਲੰਘ ਕੇ ਆ ਰਿਹਾ ਮੁਆਸ਼ਰਾ। ਜਿੱਥੇ ਇਸ ਕਿਸਮ ਦਾ ਆਲਾ ਦੁਆਲਾ ਮੁਆਸ਼ਰਾ ਹੋਏਗਾ ਉੱਥੇ ਤੁਸੀਂ ਕਿਵੇਂ ਬਚੋਗੇ? ਮਾਪੇ ਆ ਕੇ ਕਹਿਣਗੇ ਦੇਖੋ ਜੀ ਅਸੀਂ ਤਾਂ ਕਦੀ ਹੱਥ ਵੀ ਨਹੀਂ ਲਾਇਆ ਤੇ ਆ ਨਿਆਣਾ ਦੇਖੋ ਸਾਡਾ, ਉਹ ਭਾਈ ਨਿਆਣਾ ਕੀ ਕਰੇਗਾ, ਸੋਸਾਇਟੀ ਦੇਖੋ ਤੁਸੀਂ। ਜਿੱਥੇ ਤੁਸੀਂ ਹਰ ਵੀਕਐਂਡ 'ਤੇ ਪਾਰਟੀਜ਼ ਕਰਦੇ ਹੋ ਜਾ ਕੇ, ਉਹਨਾਂ ਪਾਰਟੀਜ਼ 'ਤੇ ਜਾ ਕੇ ਦੇਖੋ ਤੁਸੀਂ ਨਹੀਂ ਪੀਂਦੇ, ਤੁਹਾਡਾ ਸਾਰਾ ਕੋੜਮਾ ਉੱਥੇ ਬਾਰ ਦੇ ਆਲੇ ਦੁਆਲੇ ਖੜਾ ਆ, ਬੱਚੇ ਨੂੰ ਤਾਂ ਪ੍ਰੇਰਨਾ ਉਹ ਦੇਗਾ, ਤੁਸੀਂ ਪ੍ਰੇਰਨਾ ਕਿਵੇਂ ਦਿਓਗੇ ਬੱਚੇ ਨੂੰ? ਬੱਚਾ ਤਾਂ ਕਹੇਗਾ ਉਹ ਭਾਵੇਂ ਬੱਚੇ ਦਾ ਕੋਈ ਚਾਚਾ ਆ, ਤਾਇਆ ਆ, ਮਾਸੜ ਆ, ਫੁੱਫੜ ਆ, ਕੋਈ ਐਨੀ ਸੋਰਟ ਫੈਮਿਲੀ ਫਰੈਂਡ ਆ, ਬੱਚੇ ਲੱਗੇ ਆਹ ਕੂਲ ਹੈ ਨਾ, ਡੈਡ ਇਜ਼ ਨੋਟ ਕੂਲ, ਡੈਡ ਕੂਲ ਨਹੀਂ ਹੈ, ਡੈਡ ਕਿੱਥੇ ਕੂਲ, ਕੋਈ ਡੈਡ ਦੇ। ਸੋ ਇਹ ਮੁਆਸ਼ਰੇ 'ਚੋਂ ਚੀਜ਼ਾਂ ਨਿਕਲਦੀਆਂ, ਮੁਆਸ਼ਰੇ ਦਾ ਪ੍ਰਭਾਵ ਬੱਚੇ ਕਬੂਲ ਜਾਂਦੇ। ਗੁਰੂ ਨਾਨਕ ਮਹਾਰਾਜ ਕਿਰਤ ਦਾ ਸੰਦੇਸ਼ ਦਿੰਦੇ, ਮਹਾਰਾਜ ਉਮਰ ਦੇ ਅਖੀਰਲੇ ਪੜਾਅ ਦੇ ਵਿੱਚ ਜਦੋਂ ਕੰਮ ਕਰਨ ਵਾਲੇ ਲੋਕ ਕਹਿੰਦੇ ਵੀ ਬੜਾ ਕਰ ਲਿਆ ਹੁਣ, ਬਹੁਤ ਹੋ ਗਿਆ, ਹੁਣ ਨਹੀਂ ਹੁੰਦਾ, ਬਸ ਆਪਾਂ ਹੁਣ ਮੈਂ ਹੁਣ ਹੱਥ ਨਹੀਂ ਲਾਉਂਦਾ ਕੰਮ ਨੂੰ, ਇਸ ਚੀਜ਼ ਨੂੰ ਲੋਕ ਵਡਿਆ ਕੇ ਕਹਿੰਦੇ ਵੀ ਉਮਰ ਦਾ ਪੜਾਅ ਆ ਗਿਆ, ਮੈਂ ਤਾਂ ਹੁਣ ਬਿਲਕੁਲ ਜੀ ਕੋਈ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਂਦਾ। ਗੁਰੂ ਨਾਨਕ ਮਹਾਰਾਜ ਉਮਰ ਦੇ ਉਸ ਪੜਾਅ ਵਿੱਚ ਜਾ ਕੇ ਆਪਣੇ ਹੱਥਾਂ 'ਚ ਹਲਾਂ ਦੇ ਮੁੱਠੇ ਫੜਦੇ ਨੇ, 18 ਸਾਲ ਅਖੀਰਲੇ ਕਰਤਾਰਪੁਰ ਹਲਵਾਇਆ ਬਾਪੂ ਨੇ, ਜ਼ਿੰਦਗੀ ਦੇ ਆਖਰੀ ਸਾਹ ਤੱਕ ਕਰਤਾਰਪੁਰ 'ਚ ਬਾਪੂ ਕਈਆਂ ਦੇ ਵਸੋਲੇ ਚਲਾਉਂਦਾ ਰਿਹਾ। ਦੇਖੋ ਤੁਸੀਂ ਸਾਖੀਆਂ ਪੜ੍ਹ ਕੇ ਸਾਰੀਆਂ, ਉਮਰ ਦੇ ਉਸ ਪੜਾਅ ਦੇ ਜਿਸ ਪੜਾਅ 'ਚ ਬੰਦਾ ਕਹਿੰਦਾ ਜੀ ਮੈਂ ਤਾਂ ਨਾ ਵੱਟ 'ਤੇ ਪੈਰ ਨਹੀਂ ਰੱਖਦਾ, ਬਾਪੂ ਉਹਨਾਂ ਸਮਿਆਂ ਦੇ ਵਿੱਚ ਵੱਟਾਂ ਛਾਂਗਦਾ ਰਿਹਾ, ਬਾਪੂ ਉਸ ਸਮਿਆਂ ਦੇ ਵਿੱਚ ਮਤਲਬ ਸਾਖੀਆਂ ਪੜ੍ਹਦੇ ਹੋ, ਝੋਨੇ ਦੇ ਵਿੱਚੋਂ ਬਾਪੂ ਜਿਹੜਾ ਉਹ ਜਿਹੜਾ ਹੁੰਦਾ ਆ ਘਾਹ ਪੱਟ ਰਿਹਾ, ਵਿੱਚੋਂ ਘਾਹ ਕੱਢ ਰਿਹਾ, ਵਿੱਚੋਂ ਉਹਦੇ ਉਹ ਜਿਹੜਾ ਆ ਡੀਲੇ ਪੱਟ ਰਿਹਾ, ਖਰਪਤਵਾਰ ਪੱਟ ਰਿਹਾ ਵਿੱਚੋਂ ਉਹਦੇ ਉਸ ਰੂਪ ਦੇ ਵਿੱਚ। ਇਹ ਮਤਲਬ ਉਸ ਬਾਪੂ ਨੇ ਜਿਹਨੇ ਕਿਹਾ ਕਿਰਤ ਲਾਜ਼ਮੀ ਹੈ, ਕੰਮ ਲਾਜ਼ਮੀ ਹੈ, ਉਹਨਾਂ ਦਾ ਆਪਣੇ ਬੱਚੇ ਜਦੋਂ ਉਹਨਾਂ ਨੂੰ ਕਹਿੰਦੇ ਆਹ ਕੰਮ ਕਰੋ, ਆਹ ਕਟੋਰਾ ਚੱਕ ਕੇ ਲਿਆਓ, ਸਾਰਾ ਕੁਛ, ਉਹ ਕਹਿੰਦੇ ਕਮਾਲ ਹੈ ਬਾਪੂ ਸਾਨੂੰ ਕਹਿ ਰਿਹਾ ਤੂੰ, ਇਹ ਕਮੀਆਂ ਦਾ ਕੰਮ ਹੈ ਸਾਡਾ ਨਹੀਂ ਗਾ। ਇੱਥੋਂ ਐਕਚੁਅਲੀ ਇਹ ਰੈਵੋਲੂਸ਼ਨ ਜਿਹੜਾ ਇਸ ਤਰ੍ਹਾਂ ਪੈਦਾ ਹੋ ਰਿਹਾ, ਕੰਮੀ ਕਿਆ ਇਹ ਕੰਮ ਕਰਨ ਵਾਲੇ ਲੋਕ, ਇਹ ਲੋਕ ਨੀਵੇਂ, ਇਹ ਲੋਕ ਕਦਨੇ। ਆਪਾਂ ਦੇਖੋ ਦੋਸ਼ ਤਾਂ ਕਿਸੇ ਨੂੰ ਵੀ ਦਿੱਤਾ ਜਾ ਸਕਦਾ ਆ ਵੀ ਇਹ ਸਰਕਾਰਾਂ ਦੀ ਕਮੀ ਹੈ, ਫਲਾਂ ਦੀ ਕਮੀ ਹੈ, ਇਸ ਰੂਪ ਦੇ ਵਿੱਚ ਇੱਥੇ ਵੀ ਸਰਕਾਰਾਂ ਹੈ ਹੀ ਨੇ, ਹੁਣ ਕਮੀ ਦੇ ਹਿਸਾਬ ਨਾਲ ਲਾਓਗੇ ਤਾਂ ਇੱਥੇ ਵੀ ਕਿਹੜਾ, ਕਿਉਂਕਿ ਕਮੀ ਤਾਂ ਅਲਟੀਮੇਟਲੀ ਸਾਡੇ 'ਤੇ ਆਉਣੀ ਹੈ। ਜਿਸ ਮਬਾਲਿਕ 'ਚ ਆ ਕੇ ਬੈਠੇ ਹਾਂ, ਜਿੱਥੋਂ ਆਏ ਸੀ ਉੱਥੇ ਕਿਹਾ ਜਾਂਦਾ ਸੀਗਾ ਫ੍ਰੀ ਬਿਜਲੀ ਦੇਵਾਂਗੇ ਤੁਹਾਨੂੰ, ਤੁਹਾਨੂੰ ਨਾ ਜਿਹੜਾ ਆ ਦਾਲਾਂ ਫ੍ਰੀ ਕਰ ਦਿਆਂਗੇ, ਆਟਾ ਫ੍ਰੀ ਦਿਆਂਗੇ ਤੁਹਾਨੂੰ, ਤੁਹਾਨੂੰ ਆ ਫ੍ਰੀ ਕਰ ਦਿਆਂਗੇ। ਉਸ ਚੱਕਰ ਦੇ 'ਚ ਸੱਤਿਆਨਾਸ਼ ਹੋ ਗਿਆ, ਸੋਰੀ ਫਰ ਦੈਟ ਸਭ, ਕਿਉਂਕਿ ਇਕੋਨਮੀ ਜਿਹੜੀ ਹੈ ਇਹਦੇ 'ਚ ਗਿਵ ਐਂਡ ਟੇਕ ਹੁੰਦਾ ਹੈ, ਇਹ ਸਾਰੀ ਖਰੀਦੋ ਫਰੋਖਤ 'ਤੇ ਬਾਜ਼ਾਰ ਖੜ੍ਹਾ ਸਾਰੇ ਦਾ ਸਾਰਾ। ਹਾਂ, ਚੀਜ਼ਾਂ ਦੀ ਨਿਜ਼ਾਮਤ ਸਹੀ ਕਰੋ, ਲੁੱਟ ਕਸੁੱਟ ਬੰਦ ਕਰੋ, ਜੋ ਚੀਜ਼ਾਂ ਨੂੰ ਜਿਸ ਤਰੀਕੇ ਦੀ ਸਰਵਿਸ, ਜਿਸ ਤਰੀਕੇ ਦੀ ਪ੍ਰੋਡਕਟੀਵਿਟੀ, ਜਿਸ ਤਰੀਕੇ ਦੀ ਪ੍ਰੋਡਕਟ ਨੂੰ ਕਹਿ ਕੇ ਵੇਚਿਆ ਜਾਂਦਾ ਉਸ ਨੂੰ ਉਹਦੀ ਦਰੁਸਤਗੀ ਲੈ ਕੇ ਆਓ। ਸਾਡੇ ਇੱਥੇ ਵੀ ਸੇਮ ਗੁੜੀ ਕਲਚਰ ਸ਼ੁਰੂ ਹੋ ਗਿਆ, ਇੱਥੇ ਵੀ ਕਹਿੰਦੇ ਤੁਹਾਨੂੰ ਆਹ ਦੇ ਦਿਆਂਗੇ, ਆਹ ਦੇ ਦਿਆਂਗੇ,
ਹੁਣ ਤਾਂ ਇੱਥੋਂ ਤੱਕ ਕਿ ਸਕੂਲਾਂ 'ਚ ਕਹਿੰਦੇ ਵੀ ਹੁਣ ਨਾ ਦੁਪਹਿਰੇ ਸਕੂਲਾਂ ਨਿਆਣੇ ਰੋਟੀ ਦਿਆ ਕਰਾਂਗੇ। ਉਹ ਦੁਆਈ ਰੱਬ ਦੀ ਟੀਚਰ ਹੈ ਨਹੀਂ ਗੇ ਸਕੂਲਾਂ ਦੇ ਵਿੱਚ, ਪੜ੍ਹਾਈ ਦਾ ਬੇੜਾ ਬਹਿ ਚੱਲਾ। ਮੈਂ ਇੱਥੋਂ ਦੀ ਗੱਲ ਕਰ ਰਿਹਾ ਆਪਣੇ ਲੋਕਲ ਓਨਟੈਰੀਓ ਦੀ ਇੱਥੋਂ, ਅਤੇ ਸਾਡੇ ਓਨਟੈਰੀਓ ਪ੍ਰੋਵਿੰਸ਼ੀਅਲ ਗੌਰਮੈਂਟ ਇਹ ਕਹਿ ਰਹੀ ਹੈ ਬੜੀ ਜਲਦੀ ਅਸੀਂ ਮਿਡ ਡੇ ਮੀਲ ਵੀ ਗੋਨਾ ਸਟਾਰਟ। ਮਿਡ ਡੇ ਮੀਲ ਕਮਾਲ ਆ, ਆਪਾਂ ਗੁਰਦੁਆਰਾ ਦੇ ਹਦੂਦ 'ਚ ਬੈਠੇ ਹਾਂ, ਮਹਾਰਾਜ ਦਾ ਤਰਸ ਹੈ, ਆਪ ਮੁਸ਼ਕਤੀ ਮਿਹਨਤੀ ਲੋਕ ਹੋ, ਗੁਰੂ ਮਹਾਰਾਜ ਨਾਲ ਤੁਹਾਡੇ ਸਾਂਝ ਹੈ, ਇਸ਼ਕ ਆ, ਤੁਹਾਡੀ ਜਿਹੜੀ ਉਹ ਜਨਰਸ ਡੋਨੇਸ਼ਨ ਹੈ ਤੁਹਾਡਾ, ਉਸ ਜਨਰਸ ਡੋਨੇਸ਼ਨ ਦੇ ਨਾਲ ਮਤਲਬ ਬੇਤਹਾਸ਼ਾ ਲੰਗਰ ਚੱਲ ਰਹੇ ਨੇ, ਖੁੱਲ੍ਹੇ ਭੰਡਾਰੇ ਖੁੱਲ੍ਹੇ ਨੇ, ਦੇਖੋ ਕਮੀ ਹੈ ਕੋਈ? ਕੈਨੇਡਾ ਵਰਗੇ ਮੁਬਾਲਿਕ ਦੇ ਅੰਦਰ ਜਾ ਕੇ ਘਰਾਂ ਥਾਵਾਂ 'ਚ ਦੇਖੋ, ਫੂਡ ਪੈਂਟਰੀਜ਼ 'ਚ ਪਿਆ ਪਿਆ ਐਕਸਪਾਇਰ ਹੋ ਜਾਂਦੀਆਂ ਡੇਟਾਂ ਫੂਡ ਦੀਆਂ। ਹਾਂ ਲੋਕਾਂ ਦੀ ਸਟਰਗਲ ਹੈ, ਫੂਡ ਬੈਂਕ ਚੱਲਦੇ ਇੱਥੇ ਕੁਝ ਚੀਜ਼ਾਂ, ਉਹ ਇੱਕ ਡਿਫਰੈਂਟ ਪੂਰੇ ਦਾ ਪੂਰਾ ਤਰੀਕ ਹੈਗਾ ਹਿੱਸਾ ਜਿਹਦੇ 'ਤੇ ਬਾਤ ਹੋ ਸਕਦੀ, ਪਰ ਟੂਕ ਮਾਤਰ ਬੇਨਤੀ ਕਰ ਰਿਹਾ ਵੀ ਜ਼ੋਰ ਦੇਣਾ ਆ ਸਿੱਖਿਆ 'ਤੇ, ਜ਼ੋਰ ਦਿਓ, ਦੁਨੀਆ ਦੇ ਬੈਸਟ ਟੀਚਰ ਲੈ ਕੇ ਆਓ, ਟੀਚਰਸ ਨੂੰ ਇੰਨੀ ਤਨਖਾਹ ਦਿਓ, ਇੰਨੇ ਪਰਕਸ ਦਿਓ। ਜਿਹੜਾ ਚੰਗਾ ਪਰ ਬੱਚਾ ਬਹੁਤ ਇੰਟੈਲੀਜੈਂਟ ਆ, ਉਹ ਕਹਿੰਦਾ ਮੈਂ ਟੀਚਰ ਨਹੀਂ ਬਣਨਾ, ਮੈਂ ਕਿਸੇ ਕਾਰਪੋਰੇਟ ਵਰਲਡ 'ਚ ਕੰਮ ਕਰਾਂਗਾ। ਕਿਉਂ? ਕਿਉਂਕਿ ਉੱਥੇ ਤਨਖਾਹ ਜ਼ਿਆਦਾ ਆ, ਬੈਸਟ ਤੋਂ ਬੈਸਟ ਬੱਚਾ ਜਿਹੜਾ ਆ, ਸਭ ਤੋਂ ਹਾਈਐਸਟ ਮਾਰਕਸ ਲੈਣ ਵਾਲਾ, ਇੰਟੈਲੀਜੈਂਟ, ਜਿਹੜਾ ਦੂਜੇ ਨੂੰ ਵਧੀਆ ਤਰੀਕੇ ਨਾਲ ਪੜ੍ਹਾ ਸਕਦਾ ਹੈ, ਉਹ ਕਹੇ ਮੈਂ ਜਾਵਾਂ। ਕਿਉਂ? ਕਿਉਂਕਿ ਤਨਖਾਹ ਬਹੁਤ ਇਹਦੇ 'ਚ। ਇਸ ਤੋਂ ਸਾਰੀਆਂ ਕਮੀਆਂ ਅਤੇ ਖਾਮੀਆਂ ਨਿਕਲੀਆਂ। ਖੈਰ ਸਰਕਾਰਾਂ ਸਾਡਾ ਹੀ ਅਸਲ 'ਚ ਪਰਛਾਵਾਂ ਹੁੰਦੀਆਂ ਨੇ, ਸਾਡੀ ਸ਼ੈਡੋਇੰਗ 'ਚੋਂ ਨਿਕਲਦੀਆਂ ਨੇ। ਉਸ ਮੁਬਾਲਿਕ ਦੇ ਵਿੱਚ, ਇਸ ਮੁਬਾਲਿਕ ਦੇ ਵਿੱਚ ਇਹ ਕਿਹਾ ਗਿਆ ਇਹ ਜੀ ਸਰਕਾਰਾਂ ਦੀ ਕਮੀ ਹੈ, ਉਹਨਾਂ ਕਰਕੇ ਸਭ ਚੀਜ਼ਾਂ ਹੋਈਆਂ। ਸੱਚ ਇਹ ਹੈ, ਆਪਣੀ ਵੀ ਸੁਸਾਇਟੀ ਨੂੰ ਦੇਖ ਲਈਏ, ਮਾੜੇ ਜਿਹੇ ਆਪਣੇ ਆਪ 'ਚ ਹੱਥ ਮਾਰ ਕੇ ਦੇਖ ਲਈਏ। ਇਹਨਾਂ ਮੁਲਕਾਂ ਦੇ ਵਿੱਚ ਆ ਕੇ ਕਿਸੇ ਕੰਮ ਨੂੰ ਕਰਨ ਤੋਂ ਪਰਹੇਜ਼ਗਾਰ ਨਹੀਂ ਹੁੰਦੇ। ਉਸ ਖਿੱਤੇ 'ਚ ਜਾ ਕੇ ਆਪਣੇ ਵਾਪਸ ਦੇਖੀਏ, ਅਸੀਂ ਕੰਮਾਂ ਦੀ ਪੂਰੀ ਐਨ ਜਿਹੜੀਆਂ ਲਾਈਨਾਂ ਬਣਾਈਆਂ ਨੇ, ਆਹ ਕੰਮ ਇਹਨੇ ਨਹੀਂ ਕਰਨਾ, ਆਹ ਕੰਮ ਇਹਨੇ ਕਰਨਾ, ਆਹ ਕੰਮ ਇਹਨੇ ਨਹੀਂ ਕਰਨਾ। ਇਸ ਤਰੀਕੇ ਦੇ ਨਾਲ ਗੁਰੂ ਬਾਬਾ ਜੀ ਨੇ ਸਭ ਤਵਾਜਨ ਤੋੜ ਦਿੱਤਾ, ਗੜ੍ਹ ਤੋੜ ਦਿੱਤਾ, ਕਿਹਾ ਨਾ। ਅਤੇ ਸਭ ਤੋਂ ਵੱਡੀ ਖੂਬੀ ਬੰਦੇ ਦੀ ਕੀ ਹੈ? ਬੰਦਾ ਬਿਲਕੁਲ ਹਲੀਮੀ ਵਿੱਚ ਆ ਜਾਏ, ਨਿਮਰਤਾ 'ਚ। ਅਤੇ ਨਿਮਰਤਾ 'ਚ ਕਦੋਂ ਆਓਗੇ? ਜਦੋਂ ਹੰਕਾਰ ਛੱਡੋਗੇ। ਹੰਕਾਰ ਸਿਰਫ ਬੋਲ ਬਾਣੀ ਦੇ ਲਹਿਜ਼ੇ ਨਾਲ ਨਹੀਂ ਹੁੰਦਾ, ਜੀ ਮੈਂ ਤੁਹਾਡੇ ਚਰਨ ਧੂੜਾਂ ਜੀ, ਇਹਨਾਂ ਕਹਿਣ ਨਾਲ ਨਹੀਂ ਹੁੰਦਾ। ਤੁਹਾਡਾ ਪੂਰੇ ਦਾ ਪੂਰਾ ਬਿਹੇਵੀਅਰ, ਤੁਹਾਡਾ ਸਾਰੇ ਦਾ ਸਾਰਾ ਜਿਹੜਾ ਐਟੀਟਿਊਡ ਹੈ ਉਹ ਦੱਸਦਾ। ਇੱਥੇ ਸ਼ਬਦ ਆਇਆ ਪਨਿਹਾਰੀ, ਪਾਣੀ ਭਰਨ ਵਾਲੀ। ਬੰਦੇ ਲੋਕ ਕਹਿ ਦਿੰਦੇ ਕਈ ਵਾਰੀ, ਆਪ ਪੰਜਾਬੀ ਜ਼ਬਾਨ ਨੂੰ ਚੰਗੀ ਤਰ੍ਹਾਂ ਸਮਝਦੇ ਹੋ, ਇਹ ਸਾਡਾ ਪਾਣੀ ਭਰਨ ਵਾਲਾ, ਇਹ ਸਾਡਾ ਪਾਣੀ ਢੋਣ ਵਾਲਾ, ਇਹ ਮਤਲਬ ਸਾਡੇ ਅੱਗੇ ਜਿਹੜਾ ਕੰਮ ਕਰਨ ਵਾਲਾ, ਸਾਡੀਆਂ ਲੋੜਾਂ, ਜਿਹਨੂੰ ਬਟਲਰ ਕਹਿੰਦੇ ਨੇ ਇੱਥੇ ਇਹਨਾਂ ਉਹਨਾਂ ਮੁਲਕਾਂ ਦੇ ਵਿੱਚ, ਹੀਜ਼ ਔਰ ਸ਼ੀਜ਼ ਮਾਈ ਬਟਲਰ, ਇਸ ਰੂਪ ਵਿੱਚ ਬੱਚਿਆਂ ਨੂੰ ਤੁਸੀਂ ਪੁੱਛ ਸਕਦੇ ਇਸ ਤਰੀਕੇ। ਇਹ ਸ਼ਬਦ ਉਹਦੀ ਬਾਤ ਕਰ ਰਿਹਾ। ਬਾਬਾ ਜੀ ਕਹਿ ਰਹੇ ਮੈਨੂੰ ਨਾ ਆਪਣੇ ਦਾਸਾਂ ਦੇ ਦਾਸਾਂ ਦਾ ਪਾਣੀ ਹਾਰ ਬਣਾ ਦੇ, ਆਹ ਗੱਲ ਆ ਰਹੀ ਇਹਦੇ 'ਚ। ਫਿਰ ਅੱਜ ਹੁਣ ਪਹਿਲੀ ਪੰਕਤੀ ਦੇ, ਮੈਂ ਕਿਹਾ ਸ਼ਬਦ ਗੁਰੂ ਹੈ, ਲਫਜ਼ਾਂ ਦੀ ਐਨ ਬਿਲਕੁਲ ਬਰੀਕ ਲਹਿਜ਼ੇ ਨਾਲ ਉਹਨਾਂ ਨੂੰ ਦੇਖੋਗੇ ਤਾਂ ਜਾ ਕੇ ਪਤਾ ਲੱਗੇ ਮਹਾਰਾਜ ਅਸੀਸ ਕਿਵੇਂ ਦੇ ਰਹੇ ਸਾਨੂੰ ਇਸ ਰੂਪ ਦੀ ਸਿੱਖਿਆ ਦੀ। ਬਚਨ ਆਇਆ, ਸ਼ੁਰੂਆਤ ਹੋ ਰਿਹਾ, ਹਰ ਹਿਰਦਾ ਜਪ ਨਾਮ ਮੁਰਾਰੀ। ਮੁਰਾਰੀ ਸ਼ਬਦ ਵੀ ਬੜਾ ਧਿਆਨ ਮੰਗਦਾ। ਮੁਰਾਰੀ ਜਿਹੜੇ ਰੱਬ ਦੇ ਨਾਮ ਨੇ, ਜਾਂ ਸਾਊਥ ਏਸ਼ੀਅਨ ਇੰਡੀਅਨ ਸਬ ਕੋਂਟੀਨੈਂਟ ਦੇ ਵਿੱਚ 24 ਅਵਤਾਰਾਂ ਦਾ ਜ਼ਿਕਰ ਕੀਤਾ ਜਾਂਦਾ, ਉਹਨਾਂ 'ਚੋਂ ਇੱਕ ਨਾਮ ਮੁਰਾਰੀ ਲਿਆ ਜਾਂਦਾ। ਮੁਰਾਰੀ ਮੌਲਿਕ ਸ਼ਬਦ ਜਿਹੜਾ ਹੈਗਾ, ਰੂਟ ਵਰਡ ਹੈਗਾ ਮੁਰ। ਮੁਰ ਨਾਂ ਦੇ ਰਾਕਸ਼ ਨੂੰ ਮਾਰਨ ਵਾਲੇ ਨੂੰ ਮੁਰਾਰੀ ਕਿਹਾ ਗਿਆ, ਜਿਹਨੇ ਮੁਰ ਨਾਂ ਦੇ ਰਾਕਸ਼ ਨੂੰ ਮਾਰਿਆ ਉਹ ਮੁਰਾਰੀ ਹੈ। ਅੱਛਾ, ਮੁਰ ਨਾਂ ਦਾ ਰਾਕਸ਼ ਇੱਕ ਵਾਰੀ ਮਰ ਗਿਆ, ਉਹ ਮੁਰਾਰੀ ਬਣ ਗਿਆ। ਇਹਨੂੰ ਸ਼ਬਦ ਨੂੰ ਦੇਖਿਆ ਜੇ, ਅਸੀਂ ਸਾਰੇ ਮੁਰ ਨਾਂ ਦੇ ਰਾਕਸ਼ ਦੇ ਸ਼ਿਕਾਰ ਹੋਏ ਹਾਂ। ਮੁਰ ਨਾਂ ਦਾ ਰਾਕਸ਼ ਕੀ ਹੈ? ਹੰਕਾਰ। ਹੰਕਾਰ ਨੂੰ ਮਾਰਨਾ ਬਹੁਤ ਔਖਾ ਆ। ਬੰਦਾ ਹੰਕਾਰ ਦੇ ਢਹੇ ਚੜ੍ਹ ਕੇ ਆਪਣੇ ਆਪ ਨੂੰ ਮਾਰ ਸਕਦਾ ਹੈ, ਹੰਕਾਰ ਨਹੀਂ ਮਾਰ ਸਕਦਾ। ਲੋਕੀ ਹੰਕਾਰ ਦੇ ਸਿਰੇ ਚੜ੍ਹ ਕੇ
ਬੜੇ ਕਾਮਲ ਤੋਂ ਕਾਮਲ ਰਿਸ਼ਤੇ ਮਾਰ ਦਿੰਦੇ। ਕਿਉਂ? ਕਿਉਂ ਕਿਸੇ ਨੇ ਕੁਝ ਗੱਲ ਕਹੀ, ਮੇਰੇ ਹੰਕਾਰ ਨੂੰ ਚੋਟ ਲੱਗ ਗਈ, ਮੈਂ ਕਿਹਾ ਜੀ, ਮੈਂ ਤਾਂ ਮੁੜ ਕੇ ਬੁਲਾਇਆ ਹੀ ਨਹੀਂ ਉਹਨੂੰ। ਉਹ ਇੰਨਾ ਰਿਸ਼ਤਾ ਵਧੀਆ ਸੀ ਤੇਰਾ, ਪਿਆਰ ਸੀ, ਸਨੇਹ ਸੀ, ਕੀ ਹੋਇਆ? ਬਸ ਹੰਕਾਰ ਰੱਖ ਲਿਆ, ਰਿਸ਼ਤਾ ਛੱਡਤਾ। ਹੁੰਦਾ ਹੰਕਾਰ ਐਸੀ ਅਲਾਮਤ ਆ। ਲੋਕ ਛੋਟੇ ਛੋਟੇ ਬੱਚਿਆਂ ਨਾਲ ਅਸੀਂ ਦੇਖਿਆ, ਕਈ ਵਾਰੀ ਬੱਚਾ ਆ, ਉਹਦੇ 'ਚ ਬਚਪਨਾ ਆਇਆ, ਉਹਨੇ ਗੱਲ ਕਹਿਤੀ। ਅੱਛਾ, ਮਾਂ ਨੂੰ ਕਿਹਾ, ਤੂੰ ਤਾਂ ਚੰਗੀ ਮਾਂ ਨਹੀਂ ਹੈਗੀ। ਮਾਂ ਕਹਿੰਦੀ, ਅੱਛਾ ਮੈਨੂੰ ਕਹਿ ਰਿਹਾ ਤੂੰ ਵੀ ਚੰਗੀ ਮਾਂ ਨਹੀਂ ਹੈ? ਕੋਈ ਗੱਲ ਨਹੀਂ, ਮੈਂ ਹੁਣ ਚੰਗੀ ਮਾਂ ਰਹਿਣਾ ਹੀ ਨਹੀਂਗਾ। ਮਾਂ ਜਿੱਦ ਕਰਦੀ ਬੱਚੇ ਨਾਲ, ਮਾਂ ਇਹ ਬੱਚਾ 5 ਸਾਲ ਦਾ ਆ, ਤੂੰ ਸਿਆਣੀ ਹੈ, ਤੇਰੀ ਉਮਰ 30 ਵਰੇ ਹੈ, 25 ਵਰੇ ਹੈ, ਉਮਰ ਦਰਾਜ਼ ਹੈ, ਤੇਰੇ ਕੋਲ ਅਹਿਸਾਸ ਹੋਣਾ ਚਾਹੀਦਾ ਇਸ ਗੱਲ ਦਾ। ਇਹਨੇ ਮੈਨੂੰ ਐਵੇਂ ਕਿਉਂ ਕਿਹਾ? ਹੰਕਾਰ, ਇਹ ਜਾਂਦਾ ਨਹੀਂ ਗਾ। ਇਹ ਹਾਲਤ ਇਹ ਹੈ ਕਿ ਬੰਦਾ ਚੰਗੇ ਤੋਂ ਚੰਗੇ ਕੰਮ ਕਰਕੇ ਵੀ ਹੰਕਾਰ ਦੀਆਂ ਪੌੜੀਆਂ ਚੜ੍ਹਦਾ, ਸਭ ਗਰਕ ਕਰ ਦਿੰਦਾ। ਦਾਨੇ ਲੋਕਾਂ ਨੇ ਕਿਹਾ, ਅਸੀਂ ਬੜੀ ਐਫਰਟ ਕਰਕੇ ਜੀਵਨ ਵਿੱਚ ਕਈ ਵਾਰੀ ਖੀਰ ਬਣਾਉਂਦੇ ਹਾਂ, ਸਵਾਦਲੇ ਪਦਾਰਥ ਬਣਾਉਂਦੇ ਹਾਂ, ਪਰ ਹੰਕਾਰ ਕੀ ਹੈ? ਸਭ ਕੁਝ ਬਣਾ ਕੇ ਸਵਾਹ ਦੀਆਂ 2 ਚੂੰਡੀਆਂ ਲਿਆ ਕੇ ਉੱਤੇ ਪਾ ਦਿੰਦੇ ਹਾਂ, ਚੱਲ ਸਭ ਬਣਿਆ ਖਤਮ। ਹੰਕਾਰ ਇਹ ਤੁਸੀਂ ਛੋਟੇ ਤੋਂ ਛੋਟੇ ਲੈਵਲ ਤੋਂ ਲੈ ਕੇ ਵੱਡੇ ਤੋਂ ਵੱਡੇ ਲੈਵਲ ਤੱਕ ਆ ਜਾਓ। ਸਾਡੇ ਜਿੰਨੇ ਇੰਸਟੀਟਿਊਸ਼ਨ ਨੇ ਸਿੱਖੀ ਜਿਤਨੀ ਬਾਤ ਕਰਦੇ, ਅਸੀਂ ਕਹਿੰਦੇ ਸਾਡੇ ਵਰਗਾ ਦਾਨੀ ਕੋਈ ਨਹੀਂ, ਅਸੀਂ ਜਨਰਸ ਬਹੁਤ ਹਾਂ, ਸਭ ਮਜ਼ੇ ਹੁਣੇ ਬਾਤ ਕੀਤੀ, ਪਰ ਕੋਈ ਇੰਸਟੀਟਿਊਸ਼ਨ ਦੇਖੋ ਜੇ ਚੱਲ ਸਕੇ ਸਹੀ ਢੰਗ ਨਾਲ ਉੱਥੇ। ਕਿਉਂ? ਹੰਕਾਰ ਟਕਰਾ ਰਿਹਾ ਆਪਸ ਵਿੱਚ। 4 ਬੰਦੇ ਇਕੱਠੇ ਹੁੰਦੇ, ਉਹ ਕਹਿੰਦੇ ਲੈ ਤੇਰੀ ਗੱਲ ਸੁਣਾਂਗੇ, ਤੂੰ ਕੌਣ ਹੁਣਾ? ਇਹ ਗੁਰਮਤਿ ਸਕੂਲ 'ਚ ਗੁਰੂ ਬਾਬਾ ਜੀ ਨੇ ਕਿਹਾ, ਮੁਰਾਰੀ ਉਹਨੂੰ ਜਪ। ਕਿਉਂ? ਕਿਉਂਕਿ ਤੇਰੇ ਮੁਰ ਨਾਂ ਦੇ ਰਾਖਸ਼ ਨੂੰ, ਜਿਹੜਾ ਤੇਰੇ ਅੰਦਰ ਹੰਕਾਰ ਰੂਪ ਰਾਖਸ਼ ਆ, ਉਹਨੂੰ ਮਾਰੇਗਾ, ਉਹਨੂੰ ਕੱਢੇਗਾ ਤੇਰੇ ਵਿੱਚੋਂ। ਅਸੀਂ ਆਪਣਾ ਲਿਟਰੇਚਰ ਪੜ੍ਹੀਏ ਨਾ, ਟੂਕ ਮਾਤਰ ਬਾਤ ਕਰਕੇ ਬੱਚਿਆਂ 'ਤੇ ਵਾਪਸ ਆ ਜਾਣਾ, ਬਿਆਨ ਕਰਦਾ, ਕਹਿੰਦਾ ਸਾਡੀ ਬਾਣ ਜਹਾਨੋਂ ਵੱਖਰੀ ਹੈ, ਅਸੀਂ ਜਨਮ ਖੰਡੇ ਧਾਰੋਂ ਧਾਰਿਆ ਹੈ। ਬਾਪੂ ਨੇ ਖੰਡੇ ਦੀ ਧਾਰ ਦੇ ਵਿੱਚੋਂ ਤੁਹਾਡੀ ਕੌਮੀ ਘਾੜਤ ਕੜੀ ਹੈ। ਖੰਡਾ ਇੱਕ ਪਾਸੇ ਹੱਥ ਪੈਂਦਾ ਹੈ, 3 ਪਾਸੇ ਉਹਦੇ ਜਿਹੜੀ ਹੈਗੀ ਸ਼ਾਰਪਨ ਐਜ ਹੈ, ਸੋਡ ਇਸ ਰੂਪ ਦੇ ਵਿੱਚ। ਜਿਹਨਾਂ ਨੂੰ ਖੰਡੇ ਦੀ ਧਾਰ ਵਿੱਚੋਂ ਕੱਢਿਆ, ਐਨ ਬਿਲਕੁਲ ਛਾਂਟ ਕੇ, ਬਿਲਕੁਲ ਕਹਿ ਲਓ ਕੋਈ ਕਮੀ ਖਾਮੀ ਨਾ ਛੱਡੀ ਜਾਏ, ਖੰਡੇ ਦੀ ਧਾਰ 'ਚੋਂ ਕੱਢਣ ਦਾ ਮਤਲਬ ਇਹ ਹੁੰਦਾ। ਕਹਿੰਦੇ ਸਾਡੀ ਬਾਣ ਜਹਾਨੋਂ ਵੱਖਰੀ ਹੈ, ਸਾਨੂੰ ਜਨਮ ਖੰਡੇ ਧਾਰੋਂ ਧਾਰਿਆ ਹੈ। ਵੇਖੋ ਆਨ ਕਿ ਜੇ ਕਿਸੇ ਨੇ ਪੱਗ ਉਤਾਰੀ, ਅਸੀਂ ਉਸਦਾ ਸਿਰ ਉਤਾਰਿਆ ਹੈ। ਇਹ ਵੀ ਕਮਾਲ ਹੈ। ਮਤਲਬ ਇਸ ਰੂਪ ਵਿੱਚ ਬਣਾਇਆ ਕਿ ਦੇਖ ਸੂਰਮਗਤੀ, ਸੂਰਮਗਤੀ ਦੀ ਇੰਤਹਾ। ਕਹਿੰਦੇ ਫਿਰ ਇਹ ਵੀ ਨਹੀਂ ਕਿ ਸੂਰਮੇ ਬਣ ਗਏ, ਤਾਕਤਵਰ ਹੋ ਗਏ, ਅਤੇ ਫਿਰ ਕਿਤੇ ਸਿਰੜ ਸਿਦਕ ਦਾ ਪੱਲਾ ਛੱਡ ਕੇ ਅਤੇ ਐਵੇਂ ਕਿਸੇ ਦੇ ਗਲ ਪੈ ਕੇ ਜਾ। ਕਹਿੰਦੇ ਨਹੀਂ, ਕਹਿੰਦੇ ਸਾਡੀ ਸ਼ਾਂਤੀ 'ਤੇ ਆ ਕੇ ਮੌਤ ਬੋਲੀ, ਸਿਦਕ ਜਿੱਤਿਆ ਹੈ ਅਤੇ ਆਰਾ ਹਾਰਿਆ ਹੈ। ਇਹ ਵੀ ਕਮਾਲ ਹੈ। ਮਤਲਬ ਬਾਪੂ ਨੇ ਘੜਨ ਵਾਲੀ ਕਮਾਲ ਕਰ ਦਿੱਤੀ। ਕਿਹਾ ਸਾਡੀ ਬਾਣ ਜਹਾਨੋਂ ਵੱਖਰੀ ਹੈ, ਅਸੀਂ ਜਨਮ ਖੰਡੇ ਤਾਰੋ ਉਤਾਰਿਆ ਹੈ। ਵੇਖੋ ਆਣ, ਜੇ ਕਿਸੇ ਨੇ ਪੱਗ ਉਤਾਰੀ, ਉਸਦਾ ਸੀਸ ਉਤਾਰਿਆ ਹੈ। ਸਾਡੀ ਸ਼ਾਂਤੀ 'ਤੇ ਆ ਕੇ ਮੌਤ ਬੋਲੀ, ਸਿਦਕ ਜਿੱਤਿਆ ਹੈ ਅਤੇ ਆਰਾ ਹਾਰਿਆ ਹੈ। ਸਾਨੂੰ ਅੱਜ ਤੱਕ ਮੌਤ ਵੀ ਨਹੀਂ ਮਾਰ ਸਕੀ, ਜਦੋਂ ਵੀ ਮਾਰਿਆ ਹੈ, ਮੈਂ ਨੇ ਮਾਰਿਆ ਹੈ, ਮੈਂ ਮਾਰ ਰਹੀ ਹੈ। ਏਡੀ ਕੌਮ, ਏਡਾ ਵੱਡਾ ਮੁਹਾਜ, ਏਡਾ ਵੱਡਾ ਸਭ ਇਹਨਾਂ ਦਾ ਵਿਰਾਸਤ, ਕੀ ਹੋਇਆ? ਅਹੰਕਾਰ, ਮੁਰ। ਛੋਟੇ ਤੋਂ ਛੋਟੇ ਜਗ੍ਹਾ ਤੋਂ ਲੈ ਕੇ ਵੱਡੇ ਤੋਂ ਵੱਡੇ ਤੱਕ ਆ ਜਾਓ, ਮੁਰ ਹੰਕਾਰ ਮਾਰ ਰਿਹਾ। ਇਹਦਾ ਇੱਕੋ ਹੀ ਢੰਗ ਹੈ ਜਿਹੜਾ ਗੁਰੂ ਬਾਬਾ ਜੀ ਨੇ ਇੱਥੇ ਬਿਆਨ ਕੀਤਾ, ਕਿਹਾ ਹਰ ਹਿਰਦੈ ਜਪ ਨਾਮ ਮੁਰਾਰ।
ਮੁਰਾਰ ਦਾ ਨਾਮ ਜਪਿਆ ਕਰ ਹਿਰਦੇ ਦੇ ਵਿੱਚ ਹਰੀ ਦੇ ਉਸ ਰੂਪ ਦੇ ਅੰਦਰ। ਵਾਹਿਗੁਰੂ ਦਾ ਨਾਮ ਇਸ ਕਰਕੇ ਅਹਿਸਾਸ ਕਿਉਂਕਿ ਤੂੰ ਅੰਦਰ ਸਫਾਈ ਕਰਨੀ ਹੈ, ਹੰਕਾਰ ਰੂਪ ਕੂੜੇ ਨੂੰ ਕੱਢ ਕੇ ਬਾਹਰ ਮਾਰਨਾ ਹੈ, ਜਿਹਨੇ ਤੈਨੂੰ ਬਰਬਾਦ ਅਤੇ ਤਬਾਹ ਕਰਨਾ ਹੈ ਉਹਨੂੰ ਤੂੰ ਵਿੱਚੋਂ ਕੱਢਣਾ। ਹੁਣ ਦੇਖੋ, ਕਿਰਪਾ ਕਿਰਪਾ ਕਰ ਜਗਤ ਪਿਤ ਸੁਆਮੀ, ਜਗਤ ਪਿਤ ਸੁਆਮੀ, ਜਗਤ ਦੇ ਪਿਤਾ ਸੁਆਮੀ, ਤਰਸ ਕਰ ਤਰਸ ਕਰ। ਆਹ ਲਫਜ਼ ਆ, ਫਿਰ ਧਿਆਨ ਨਾਲ ਦੇਖਿਓ, ਕਿਰਪਾ ਕਿਰਪਾ ਕਰ ਜਗਤ ਪਿਤ ਸੁਆਮੀ, ਜਗਤ ਨੂੰ ਸਿਰਜਣਹਾਰ ਪਿਤਾ ਸੁਆਮੀ ਤਰਸ ਦੇ ਘਰ ਵਿੱਚ ਆ। ਹਮ ਦਾਸਨ ਦਾਸ ਕੀਜੈ ਪਨਿਹਾਰੀ, ਹਮ ਦਾਸਨ ਦਾਸ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਦੇ, ਇਹ ਲਫਜ਼ ਕਿਹਾ ਜਾ ਰਿਹਾ। ਵੈਸੇ ਬਾਣੀ 'ਚ ਬਹੁਤ ਸ਼ਬਦ ਨੇ, ਬੀਤੇ ਜਿਹੜੀ ਸੰਗਤ ਔਨਲਾਈਨ ਸਾਨੂੰ ਸੁਣਦੀ ਹੈ, ਉਸ ਮੈਂ ਪੂਰਾ ਇੱਕ ਦਿਨ ਸ਼ਬਦ ਵਿਚ ਆ ਰਿਹਾ ਸੀ ਪਿਛਲੇ ਗੁਰਦੁਆਰਾ ਸਾਹਿਬ ਹਾਜ਼ਰੀ ਦੇ ਵਿੱਚ। ਤੋ ਚੁੱਟੂਕ ਮਾਤਰੀ ਬਿਆਨ ਕਰਾਂ ਗੁਰੂ ਨਾਨਕ ਮਹਾਰਾਜ ਦਾ ਤਿਲੰਗ ਰਾਗ ਦਾ ਸ਼ਬਦ, ਜਿਸ ਮਹਾਰਾਜ ਬਿਆਨ ਕਰਦੇ ਕਿ ਹੇ ਅਕਾਲ ਪੁਰਖ ਵਾਹਿਗੁਰੂ, ਮੇਰੀ ਹਾਲਤ ਕੀ ਹੈ ਕਿ ਬਦਬਖਤ ਹਮ ਚੋ ਬਖੀਲ ਗਾਫਲ ਬੇਨਜ਼ਰ ਬੇਬਾਕ, ਨਾਨਕ ਬਗੋਇਦ ਜੰਤੁਰਾਂ ਤੇਰੇ ਚਾਕਰਾਂ ਪਾ ਖਾਖ। ਬਿਲਕੁਲ ਪਿਓਰ ਪਰਸ਼ੀਅਨ ਫਾਰਸੀ। ਕਿਆ ਬਦਬਖਤ ਹਮ ਚ ਬਖੀਲ ਗਾਫਲ। ਵੈਸੇ ਮੋਸਟਲੀ ਬੰਦਾ ਆਪਣੇ ਆਪ ਨੂੰ ਦੂਜਿਆਂ ਦੇ ਸਾਹਮਣੇ ਇਹ ਜਤਾਉਣ ਦੀ ਕੋਸ਼ਿਸ਼ ਕਰਦਾ ਆ ਕਿ ਮੈਂ ਬੜਾ ਮੁਕੱਦਰ ਵਾਲਾ, ਮੇਰੀ ਕਿਸਮਤ ਬੜੀ ਸਰਬੁਲੰਦ ਆ, ਮੈਂ ਬੜਾ ਉਸ ਰੂਪ ਦੇ ਵਿੱਚ ਜਿਹੜਾ ਹੈਗਾ ਮਤਲਬ ਮਿੱਟੀ ਨੂੰ ਹੱਥ ਲਾਉਂਦਾ ਸੋਨਾ ਹੋ ਜਾਂਦਾ। ਇਹ ਮੋਸਟਲੀ ਅਸੀਂ ਜਿਤਾਉਣ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਸੰਸਾਰ ਦੇ ਵਿੱਚ। ਆਪਨੇ ਦੇਖਿਆ ਹੋਏਗਾ ਸਾਡਾ ਉਹ ਭਾਰਤੀ ਖਿੱਤੇ 'ਚ ਜਿਹੜਾ ਉਹ ਦੇਸ਼ ਦਾ ਮੁਖੀ, ਉਹ ਕਈ ਵਾਰੀ ਲਿਟਰਲੀ ਤੌਰ 'ਤੇ ਸਟੇਜ 'ਤੇ ਖੜਾ ਹੋ ਕਹਿੰਦਾ ਵੀ ਮੈਂ ਲੱਕੀ ਹਾਂ ਤੁਹਾਡੇ ਵਾਸਤੇ, ਮੈਂ ਕਿਸਮਤ ਵਾਲਾ, ਮੈਂ ਚੰਗਾ ਜੇ। ਇਸ ਕਿਸਮ ਦੀ ਪ੍ਰਵਿਰਤੀ 'ਚ ਰਹਿਣ ਵਾਲਾ ਬੰਦਾ ਹੰਕਾਰ ਦੀ ਟੀਸੀ 'ਤੇ ਚੜਿਆ। ਅੱਛਾ, ਮੁਜਦਨੇ ਵਰਗਾ ਬੰਦਾ ਮਿੱਟੀ ਦਾ ਮਾਧੋ, ਉਹ ਕਹਿੰਦਾ ਵੀ ਮੈਂ ਬਹੁਤ ਕਿਸਮਤ ਵਾਲਾ ਜੇ। ਗੁਰੂ ਨਾਨਕ ਮਹਾਰਾਜ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਬਾਬਾ ਜੀ ਬਿਆਨ ਕਰਦੇ ਬਦਬਖਤ ਹਮ, ਬਦਬਖਤ ਮੈਂ ਬਹੁਤ ਬਦਬਖਤ ਹਾਂ, ਮੇਰੀ ਕੋਈ ਕਿਸਮਤ ਚੰਗੀ ਨਹੀਂ ਬਹੁਤੀ ਜ਼ਿਆਦਾ। ਸਾਨੂੰ ਸਿਖਾਇਆ, ਸਾਨੂੰ ਦੱਸਿਆ, ਜਿਤਾਇਆ ਓਏ ਭਲਿਆ ਕਿਸੇ ਹੰਕਾਰ 'ਚ ਨਾ ਤੁਰ ਜੀ। ਹੱਥ ਚੇਤੇ ਰੱਖੀ, ਇਹ ਵੀ ਚੇਤੇ ਰੱਖਿਓ ਇੱਕ ਚੀਜ਼ ਹੋਰ, ਲਫਜ਼ ਬਦਬਖਤ, ਲਫਜ਼ਾਂ ਨੂੰ ਫਿਰ ਸਮਝਣ ਦੀ ਗੱਲ ਕਰ ਰਿਹਾ, ਸਾਨੂੰ ਮੌਕਾ ਬਣ ਰਿਹਾ। ਸ਼ਬਦ ਦੇ ਇੱਕ ਇੱਕ ਰੰਗ ਨੂੰ ਬੜੇ ਧਿਆਨ ਨਾਲ ਦੇਖੋ, ਕਿੰਨੀ ਮਤਲਬ ਵਾਈਬ੍ਰੈਂਟ ਲੈਵਲ ਦੀ ਚੀਜ਼ ਮਹਾਰਾਜ ਨੇ ਬਿਆਨ ਕੀਤੀ ਇਹਨਾਂ ਚੀਜ਼ਾਂ ਦੇ ਵਿੱਚ। ਮੈਂ ਨਾ ਲਿਟਰੇਚਰ ਦਾ ਵਿਦਿਆਰਥੀ ਹਾਂ ਅਤੇ ਸ਼ੇਖ ਸਾਦੀ ਦਾ ਇੱਕ ਮੈਂ ਸ਼ਾਇਦ ਗੁਲਿਸਤਾਨ ਦੇ ਵਿੱਚ ਉਹਦਾ ਜ਼ਿਕਰ ਆ, ਕੁਛ ਇੱਕ ਛੋਟਾ ਜਿਹਾ ਹੈ ਅਤੇ ਉਹਦੀ ਹਕਾਇਤ, ਹਕਾਇਤ ਮਤਲਬ ਇੱਕ ਪੂਰੇ ਕਿੱਸਾ ਆ, ਉਹਦੇ 'ਚ ਸ਼ੇਰ ਉਹਨੇ ਉਤਾਰਿਆ। ਉਹ ਬਿਆਨ ਇਹ ਕਰਦਾ ਕਿ ਉਹਨਾਂ ਇੱਕ ਦਰਿਆ ਦੇ ਪਾਣੀ ਵਗ ਰਿਹਾ ਹੈ, ਬੜਾ ਕਲਕਲ ਠੰਡਾ ਸ਼ੀਤਲ, ਅਤੇ ਉਹਦੇ ਕੰਢੇ ਤੁਰਿਆ ਜਾਂਦਾ ਅਤੇ ਕਿਉਂਕਿ ਅਰਬ ਦੇਸ਼ ਦੀ ਗੱਲ ਹੈ, ਉੱਥੇ ਹੌਲੀ ਹੌਲੀ ਕਰਕੇ ਜਿਵੇਂ ਤੁਰਦਾ ਹੈ ਦਿਨ ਚੜ੍ਹ ਰਿਹਾ, ਟੈਂਪਰੇਚਰ ਵੱਧ ਰਿਹਾ, ਗਰਮੀ ਵੱਧ ਰਹੀ ਹੈ, ਤੁਰਦਾ ਜਾ ਰਿਹਾ। ਤੁਰਦਿਆਂ ਤੁਰਦਿਆਂ ਅੱਗੇ ਜਾ ਕੇ ਕੀ ਦੇਖਦਾ, ਇੱਕ ਬੰਦਾ ਉਸ ਦਰਿਆ ਦੇ ਕੰਢੇ ਖੜ੍ਹਾ ਹੈ ਅਤੇ ਉਹ ਬੰਦੇ ਵੱਲ ਧਿਆਨ ਨਾਲ ਦੇਖਦਾ ਅਤੇ ਦੇਖ ਕੇ ਕਹਿੰਦਾ, ਭਲਿਆ ਤੇਰੀਆਂ ਅੱਖਾਂ, ਤੇਰੇ ਹਾਵ ਭਾਵ, ਤੇਰਾ ਚਿਹਰਾ ਮੋਹਰਾ, ਖਾਸ ਕਰਕੇ ਤੇਰੇ ਹੋਠ, ਇਹ ਬਿਆਨ ਕਰਦੇ ਨੇ ਪਿਆਸਾ, ਪਾਣੀ ਦੀ ਪਿਆਸ ਲੱਗੀ ਤੈਨੂੰ। ਕਹਿਣ ਲੱਗਾ, ਸਹੀ ਪਛਾਣਿਆ ਸਾਥੀ ਜੀ, ਬਹੁਤ ਪਿਆਸਾ, ਪਾਣੀ ਨੂੰ ਲੱਭ ਰਿਹਾ, ਪਾਣੀ ਵਾਸਤੇ ਤੜਪ ਰਿਹਾ, ਪਾਣੀ ਚਾਹੀਦਾ ਪੀਣ ਵਾਸਤੇ। ਉਹ ਕਹਿੰਦਾ, ਕਮਾਲ ਹੈ, ਪਾਣੀ ਵਾਸਤੇ ਤੜਪ ਰਿਹਾ, ਪਾਣੀ ਚਾਹੀਦਾ ਪੀਣ ਵਾਸਤੇ, ਕਿੱਥੇ ਦੂਰ ਥੋੜ੍ਹਾ ਜਾਣਾ ਹੈ, ਆ ਸਾਹਮਣੇ ਦਰਿਆ ਆਇਆ ਤੇਰੇ। ਉਹ ਭਲਿਆ ਕਿੱਡਾ ਬਦਕਿਸਮਤ ਹੈ ਤੂੰ, ਤੇਰੇ ਸਾਹਮਣੇ ਦਰਿਆ ਵਗ ਰਿਹਾ ਹੈ ਅਤੇ ਤੂੰ ਅੱਗੇ ਵੱਧ ਅਤੇ ਚੂਲੀ ਭਰ ਅਤੇ ਪੀ, ਇੱਥੇ ਕਿਹੜਾ ਦੇਰ ਲੱਗਣੀ ਹੈ, ਕੋਈ ਆਪਣੀ ਪਿਆਸ ਬੁਝਾ। ਸ਼ੇਖ ਸਾਦੀ ਨੂੰ ਜਵਾਬ ਦਿੰਦਾ, ਕਹਿੰਦਾ, ਸਾਦੀ ਸਾਹਿਬ,
ਬੜਾ ਧੰਨਵਾਦ ਤੁਸੀਂ ਮੈਨੂੰ ਇਹ ਗੱਲ ਕਹੀ ਹੈ। ਗੱਲ ਇਹ ਹੈ ਵੀ ਤੁਸੀਂ ਜਿਹੜਾ ਲਫ਼ਜ਼ ਯੂਜ਼ ਕੀਤਾ ਨਾ ਮੇਰੇ ਵਾਸਤੇ ਬਦਕਿਸਮਤ, ਇਹ ਐਨਫ ਨਹੀਂ ਗਾ, ਇਹ ਠੀਕ ਨਹੀਂ ਗਾ। ਅਸਲ 'ਚ ਮੈਂ ਬਦਕਿਸਮਤ ਨਹੀਂ, ਮੈਂ ਬਦਬਖਤ ਹਾਂ। ਉਹ ਕਹਿੰਦਾ ਭਲਿਆ ਕੀ ਹੋਇਆ ਜੀ, ਐਵੇਂ ਕਿਉਂ ਕਹਿ ਰਿਹਾ? ਕਹਿਣ ਲੱਗਾ ਮੈਂ ਬਦਕਿਸਮਤ ਨਹੀਂ, ਮੈਂ ਬਦਬਖਤ ਹਾਂ, ਮੈਂ ਪਾਣੀ ਪੀ ਨਹੀਂ ਸਕਦਾ। ਕਿਉਂ? ਕਹਿੰਦਾ ਕਿਉਂਕਿ ਪਾਣੀ ਪੀਣ ਵਾਸਤੇ ਦਰਿਆ ਦੇ ਅੱਗੇ ਝੁਕਣਾ ਪੈਣਾ ਹੈ, ਨਿਮਣਾ ਪੈਣਾ ਹੈ, ਗੋਡੇ ਲਾਉਣੇ ਪੈਣੇ ਥੱਲੇ, ਥੱਲੇ ਲਾ ਕੇ ਅੰਜਲੀ ਹੱਥ ਭਰਨੀ, ਹੱਥ ਜੋੜ ਕੇ ਅੰਜਲੀ ਭਰਨੀ ਪੈਣੀ ਹੈ, ਸਿਰ ਨੀਵਾਂ ਕਰਕੇ ਪੀਣਾ ਪੈਣਾ ਹੈ। ਮੇਰੀ ਮੁਸ਼ਕਲ ਇਹ ਹੈ, ਮੈਂ ਕਦੇ ਨਿਮਣਾ ਨਹੀਂ ਸਿੱਖਿਆ, ਝੁਕਣਾ ਨਹੀਂ ਸਿੱਖਿਆ, ਮੈਂ ਬਦਬਖਤ ਹਾਂ। ਬਦਬਖਤ ਹੁੰਦੇ ਜੀਵਨ ਦੇ ਵਿੱਚ ਆਕੜ ਦਾ ਰੰਗ ਬਰਬਾਦੀ ਜੇ, ਤਬਾਹੀ ਜੇ। ਜਿੱਥੇ ਆਕੜਾਂ ਦਾ ਉਹ ਰੰਗ ਚੜ੍ਹੇਗਾ, ਬਰਬਾਦੀ ਤਬਾਹੀ ਆਪਣੇ ਆਪ ਆਏਗੀ। ਬੰਦਾ ਕੋਲ ਹੁੰਦਿਆਂ ਸੁਣਦਿਆਂ ਸਭ ਕੁਝ, ਆਲੇ ਦੁਆਲੇ ਹੁੰਦਿਆਂ ਸੁਣਦਿਆਂ ਆਕੜਾਂ ਦਾ ਮਾਰਿਆ ਹੋਇਆ ਮਰੇਗਾ। ਆਹ ਮਾਰ ਦੇ ਸਭ ਤੋਂ ਉੱਤੇ ਜਿੱਥੇ ਹਲੀਮੀ ਨਿਮਰਤਾ ਆ ਗਈ, ਪੂਰੀ ਕਾਇਨਾਤ ਝੁਕੇ ਹੋਏ ਨੂੰ ਨਵਾਜਣ ਲਈ ਆ ਜਾਂਦੀ, ਆਹੀ ਖਾਊਗੀ। ਬਾਬਾ ਜੀ ਸ਼ਬਦ ਹੀ ਇੱਥੋਂ ਸ਼ੁਰੂ ਕਰਦੇ, ਹੇ ਵਾਹਿਗੁਰੂ ਜੀ, ਹੇ ਜਗਤ ਪਿਤ। ਆ ਸ਼ਬਦ 'ਤੇ ਵਾਪਸ ਆ ਰਹੇ ਗੁਰੂ ਰਾਮਦਾਸ ਸਾਹਿਬ 'ਤੇ, ਗੁਰੂ ਨਾਨਕ ਸਾਹਿਬ ਦਾ ਸ਼ਬਦ ਮੈਂ ਪ੍ਰਮਾਣ ਰੂਪ ਵਿੱਚ ਕਹਿਣ ਲੱਗਾ ਸੀ। ਬਦਬਖਤ ਹਮ ਜੋ ਬਖੀਲ ਗਾਫਲ। ਅੱਛਾ, ਹੰਕਾਰ ਕਿਸ ਚੀਜ਼ ਦਾ ਹੰਕਾਰ ਭਾਈ? ਬਾਬਾ ਜੀ ਕਹਿੰਦੇ ਝਾਤ 'ਤੇ ਮਾਰ, ਸ਼ੀਸ਼ਾ ਸਾਨੂੰ ਵਿਖਾਇਆ, ਆਪਣੇ ਆਪ 'ਤੇ ਬਾਤ ਚੁਕਾਉਂਦੇ ਹਾਂ। ਬਦਬਖਤ ਹਮ ਜੋ ਬਖੀਲ ਗਾਫਲ, ਬਖੀਲ, ਬਖੀਲੀ, ਚੁਗਲੀ, ਵੱਧ ਘੱਟ ਗੱਲ ਕਰਨੀ, ਸਾਰੀ ਸਾਡੇ ਘਰਾਂ ਦੀ ਲੜਾਈ, ਹੋਰ ਕੁਛ ਨਹੀਂ ਜੇ, ਇੱਕੋ ਹੀ ਹੈ, ਬਸ ਵੱਧ ਘੱਟ ਗੱਲਾਂ ਕਰਨੀ। ਇਹ ਬਖੀਲਗੀ ਇਸ ਐਸੀ ਐਸੀ ਆਦਤ ਆ, ਐਸੀ ਚਾਟ ਲੱਗੀ ਹੈ, ਹਟ ਹੀ ਨਹੀਂ ਸਕਦੇ। ਸਾਰਾ ਇਹੀ ਮਸਲਾ ਹੈ। ਮਤਲਬ ਹਰ ਵਕਤ ਕਿਸੇ ਨੂੰ ਨਵਿਆਉਣਾ ਹੈ, ਕਿਸੇ ਨੂੰ ਛਟਿਆਉਣਾ ਹੈ, ਕਿਸੇ ਨੂੰ ਇਹ ਦੱਸਣਾ, ਅਤੇ ਆਪਣੇ ਕਲੋਜ਼ ਬਾਏ, ਬੜੇ ਨੇੜੇ ਸਰਕਲ 'ਚ ਰਹਿਣ ਵਾਲੇ ਲੋਕਾਂ ਨੂੰ ਬਖੀਲਗੀ। ਆਪ ਆਹ ਅਲਾਮਤ ਹੈ ਸਾਰੇ। ਅੱਛਾ, ਬਖੀਲਗੀ ਕਰਾਂਗੇ ਕਿਵੇਂ? ਜੇ ਤਾਂ ਸਮਝਦੇ ਹੋ ਸਿੱਖੀ ਦੇ ਇਸ ਆਸ਼ੇ ਨੂੰ ਜਿਹਨੂੰ ਬਾਬਾ ਜੀ ਨੇ ਕਿਹਾ ਸੀ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਫਿਰ ਬਖੀਲੀ ਕਿਵੇਂ ਕਰੋਗੇ? ਮੈਂ ਮਤਲਬ ਮੈਂ ਤਾਂ ਆਪਣੇ ਆਪ ਨੂੰ ਕਹਾਂ, ਮੈਂ ਤਾਂ ਬਹੁਤ ਚੰਗਾ ਹਾਂ, ਆਲਾ ਦੁਆਲਾ ਸਾਰਾ ਮਾੜਾ, ਜੇ ਆਲਾ ਦੁਆਲਾ ਮਾੜਾ ਤਾਂ ਫਿਰ ਆਲੇ ਦੁਆਲੇ ਮਾੜੇ ਨੂੰ ਭੰਡਾਂਗਾ ਮੈਂ। ਆਹ ਵੀ ਮਾੜਾ ਜੇ, ਆਹ ਵੀ ਮਾੜਾ ਜੇ, ਆਹ ਵੀ ਮਾੜਾ ਜੇ, ਘਰ ਦੇ ਵਿੱਚ ਮੇਰੇ ਵੱਲ ਮੇਰੇ ਵਾਸਤੇ ਆਹ ਵੀ ਨੂੰਹ ਮਾੜੀ ਹੈ, ਆਹ ਵੀ ਨੂੰਹ ਮਾੜੀ ਹੈ, ਆਹ ਵੀ ਸੱਸ ਮਾੜੀ ਹੈ, ਆਹ ਪੋਤਰੀ ਵੀ ਮਾੜੀ ਹੈ, ਦੋਹਤੀ ਵੀ ਮਾੜੀ ਹੈ, ਆਹ ਵੀ ਮਾੜਾ, ਭੈਣ ਵੀ ਮਾੜੀ ਹੈ, ਸਾ ਫਿਰ ਤਾਂ ਕੋਈ ਹੋਏਗੀ ਗੱਲ? ਮੇਰੀ ਸੱਸ ਵੀ ਮਾੜੀ ਹੈ, ਮੇਰੀ ਜਿਹੜੀ ਹੈਗੀ ਹੈ ਨਨਾਣ ਵੀ ਮਾੜੀ ਹੈ, ਮੇਰੀ ਭਰਜਾਈ ਵੀ ਮਾੜੀ, ਹਾਂ ਵੀ ਹੋਏਗੀ ਫਿਰ? ਜੇ ਆ ਹੋਏ ਕਿ ਨਹੀਂ, ਹਮ ਨਹੀਂ ਚੰਗੇ, ਬਾਬਾ ਜੀ ਨੇ ਕਿਹਾ ਹੈ, ਆਪਣੇ ਵੱਲ ਤਾਂ ਦੇਖ ਮਾੜਾ ਜਿਹਾ। ਦੂਜੇ ਨੂੰ ਭੰਡਣ ਲੱਗਿਆ ਤਾਂ ਇੱਕ ਪਲ ਲਾਉਂਦਾ ਆ, ਦੂਜੇ ਨੂੰ ਤਾਂ ਇੱਕ ਪਲ ਲਾਉਂਦਾ, ਸ਼ੀਸ਼ਾ ਵਿਖਾਉਣ ਲੱਗਿਆ, ਕਦੀ ਆਪਣੇ ਵੱਲ ਵੀ ਵੇਖਣਾ? ਮਹਾਰਾਜ ਕਹਿੰਦੇ ਬਦਬਖਤ ਹਮ ਜੋ ਬਖੀਲ ਗਾਫਲ। ਗਾਫਲ ਗਾਫਲ ਹੁੰਦਾ ਹਲੇ ਢੀਠ ਪੁਣਾ, ਗਾਫਲ ਪੁਣਾ, ਇਹ ਬੜੀ ਵੱਡੀ ਸਮੱਸਿਆ ਆ। ਦੂਜਿਆਂ ਨੂੰ ਕਹਿਣ ਵਾਸਤੇ ਬੜਾ ਕੁਝ ਕਿਹਾ ਜਾ ਸਕਦਾ, ਸੋਰੀ ਫਿਰਦਾ। ਆਪਾਂ ਇੱਥੇ ਪੋਤੇ ਪੋਤੀਆਂ, ਦੋਹਤੇ ਦੋਹਤੀਆਂ, ਉਹਨਾਂ ਨੂੰ ਪੜ੍ਹਦੇ ਹਾਂ, ਵੱਡੇ ਹੁੰਦੇ ਹਾਂ, ਨਿਹਾਰਨਾ ਚਾਹੁੰਦੇ ਹਾਂ, ਉਹ ਕਾਮਯਾਬ ਹੋਣ, ਇੰਨਾ ਕੁਝ ਆ। ਕਈ ਵਾਰੀ ਕਹਿੰਦੇ ਤੇ ਮੈਨੂੰ, ਮੈਂ ਅਕਸਰ ਜਦੋਂ ਬਾਤ ਕਰਦਾ ਮਾਪਿਆਂ ਨਾਲ, ਬਜ਼ੁਰਗਾਂ ਨਾਲ, ਕਹਿਣਗੇ ਸਾਡੇ ਕੋਲ ਤਾਂ ਹੈ ਕੁਛ ਨਹੀਂ ਸੀਗਾ, ਸਾਨੂੰ ਤਾਂ ਕੋਈ ਪੜ੍ਹਾ ਨਹੀਂ ਸਕਦਾ, ਅਸੀਂ ਤਾਂ ਤਾਂ ਨਹੀਂ ਪੜ੍ਹੇ, ਹੁਣ ਤਾਂ ਇਹਨਾਂ ਦੇ ਪੜ੍ਹਾਉਣ ਵਾਸਤੇ ਹੈਗੇ ਹਾਂ ਅਸੀਂ, ਅਸੀਂ ਇਹਨਾਂ ਨੂੰ ਦੇਰ ਜਿਹੜਾ ਹੈਗਾ ਸਕੂਲੇ ਭੇਜਦੇ ਹਾਂ, ਇਹ ਖੇਡਦੇ ਹਾਂ ਜਿਹੜੀ ਖੇਡ ਖੇਡਣੀ ਹੈ, ਅਸੀਂ ਇਹਨਾਂ ਨੂੰ ਸਪੋਰਟ ਕਰਾਂਗੇ ਪੂਰੀ ਤਰ੍ਹਾਂ। ਭਾਈ ਸਾਹਿਬ ਇਹ ਕਰਦੇ ਕੁਛ ਨਹੀਂ ਗੇ,
ਅੱਛਾ ਠੀਕ ਆ, ਮਤਲਬ ਸਾਰੀ ਜ਼ਿੰਮੇਵਾਰੀ ਉੱਤੇ ਪਾ ਤੀ ਵੀ ਦੇਖੋ ਅਸੀਂ ਤੁਹਾਡੇ ਵਾਸਤੇ ਤੁਹਾਨੂੰ ਇੱਥੇ ਦੇਖੋ ਤੁਸੀਂ ਸਕੂਲ ਜਾਣਾ, ਤੁਸੀਂ ਕੋਈ ਘਰ ਦਾ ਕੰਮ ਨਹੀਂ ਕਰਨਾ ਸਾਡੇ ਵਾਸਤੇ, ਅਸੀਂ ਤਾਂ ਸਕੂਲ ਜਾਣ ਤੋਂ ਪਹਿਲਾਂ ਪੱਠੇ ਵੱਢਣੇ ਹੁੰਦੇ ਸੀ, ਫਿਰ ਆਉਣਾ ਸਕੂਲ ਘਰੋਂ ਘਰ ਆਉਂਦੇ, ਫਿਰ ਪਸ਼ੂ ਸਾਂਭਣੇ, ਫਿਰ ਘਰ ਫੀਸ ਨਹੀਂ ਹੋਣੀ, ਫਿਰ ਸਾਡਾ ਤਾਂ ਪੜ੍ਹਨਾ ਬਹੁਤ ਮੁਸ਼ਕਲ ਸੀ ਭਾਈ ਸਾਹਿਬ, ਇਹਨਾਂ ਦਾ ਤਾਂ ਪੜ੍ਹਨਾ ਹੀ ਆਸਾਨ, ਇਹਨਾਂ ਦਾ ਕਰਨਾ ਹੀ ਕੁਛ ਨਹੀਂ, ਇਹ ਸਵੇਰ ਤੋਂ ਸ਼ਾਮ ਤੱਕ ਟੀਵੀ ਵੇਖੀ ਜਾਂਦੇ ਨੇ, ਕੰਪਿਊਟਰ 'ਤੇ ਪਲੇਅ ਕਰੀ ਜਾਂਦੇ ਨੇ ਇੱਥੇ, ਇਹ ਕਿਉਂ ਨਹੀਂ ਪੜ੍ਹਦੇ? ਠੀਕ ਗੱਲ, ਪਤਾ ਕੀ ਹੈ, ਮਾਫ਼ੀ ਮੰਗਾਂਗਾ, ਢੀਠ ਭੁਣਾ ਆਪਣੇ ਵੱਲ ਝਾਤ ਮਾਰ ਕੇ ਵੇਖੀਏ ਮਾੜਾ ਜਿਹਾ, ਪੜ੍ਹਨਾ ਤਪੱਸਿਆ ਬੜੀ ਵੱਡੀ, ਸਾਡੇ ਕੋਲ ਕਿੰਨਾ ਟਾਈਮ ਹੁੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ, ਜੇ ਦੇਖੀਏ ਇਹ ਸਾਰੇ ਟਾਈਮ ਵਿੱਚ ਅਸੀਂ ਕੀ ਕਰਦੇ ਹਾਂ, ਪੜ੍ਹਾਈ ਕਹਿਣ ਨਾਲ ਨਹੀਂ ਜੀ ਹੁੰਦੀ, ਇੱਕ ਛੋਟੀ ਜਿਹੀ ਬਾਤ ਕਹਿੰਦਾ ਹੁੰਦੇ ਸਮੇਂ ਡਿਟੇਲ 'ਚ ਗੱਲ ਕਰਦੇ ਹਾਂ, ਟੂਕ ਮਾਤਰ, ਪੜ੍ਹਾਈ ਹੁੰਦੀ ਜੀ ਮਾਹੌਲ ਨਾਲ, ਜੇ ਪੜ੍ਹਾਈ ਕਰਾਉਣੀ ਹੈ ਬੱਚਿਆਂ ਤੋਂ ਘਰ ਦਾ ਮਾਹੌਲ ਬਣਾਓ, ਹਾਲਤ ਇਹ ਹੈ ਕਿ ਘਰ ਦੇ ਵਿੱਚ ਮੈਂ ਜਾਵਾਂ ਅਤੇ ਮੇਰਾ ਟੀ ਵੀ ਚੱਲਦਾ ਹੋਣਾ ਚਾਹੀਦਾ, ਟੀ ਵੀ 'ਤੇ ਮੇਰੀ ਮਰਜ਼ੀ ਦਾ ਪ੍ਰੋਗਰਾਮ ਚੱਲਣਾ ਚਾਹੀਦਾ, ਮੇਰੇ ਹੱਥ 'ਚ ਫੋਨ ਹੈ ਉਹ ਚੱਲਦਾ ਹੋਣਾ ਚਾਹੀਦਾ, ਜੇ ਨਹੀਂ ਤਾਂ ਮੈਂ ਫੋਨ ਕਾਹਨੂੰ ਲਾਇਆ ਕਿਤੇ ਗੱਲਾਂ ਕਰ ਰਿਹਾ ਮੈਂ, ਮਤਲਬ ਸਮਥਿੰਗ ਮੇਰੇ ਅਕੋਰਡਿੰਗਲੀ ਹੋਣਾ ਚਾਹੀਦਾ, ਬੱਚੇ ਨੂੰ ਕਹਿ ਰਿਹਾ ਤੂੰ ਤੂੰ ਨਾ ਮਨ ਮੁਤਾਬਕ ਨਾ ਕਰ, ਤੂੰ ਸਾਡੇ ਦੱਸੇ ਮੁਤਾਬਕ ਕਰ, ਪੜ੍ਹਾਈ ਕਰ ਕਿਵੇਂ ਕਰੇਗਾ, ਮਾਹੌਲ ਹੀ ਨਹੀਂ ਹੈ। ਹਾਂ ਇਹ ਹੋ ਸਕਦਾ ਬੱਚਾ ਪੜ੍ਹੇ, ਬੱਚਾ ਇੱਧਰ ਹੋਮਵਰਕ ਕਰਨ ਲਈ ਬੈਠੇ, ਤੁਸੀਂ ਕੋਈ ਚੰਗੀ ਕਿਤਾਬ ਲੈ ਕੇ ਕੋਲ ਬੈਠੋ, ਪੜ੍ਹਨ ਵਾਸਤੇ ਕਿਤਾਬ ਲੈ ਕੇ, ਮੈਂ ਫਿਰ ਜ਼ਿਕਰ ਕਰ, ਉਹਦੇ ਕੋਲ ਬੈਠੋ, ਕੰਪਨੀ ਦਿਓ ਉਹਨੂੰ, ਉਹ ਕਹਿੰਦਾ ਮੇਰੇ ਕੋਲ ਨਾ ਬੈਠੋ, ਦੂਰ ਬੈਠੋ, ਦੂਰ ਬਹਿ ਜਾਓ, ਉਹ ਥੋੜ੍ਹੀ ਦੇਰ ਬਾਅਦ ਆ ਕੇ ਦੇਖੇ, 20-25 ਮਿੰਟ ਬਾਅਦ ਉਹ ਆਪ ਕਿਸੇ ਹੋਰ ਪਾਸੇ ਸੱਜੇ ਖੱਬੇ ਚਲਾ ਜਾਏ, ਫਿਰ ਆ ਕੇ ਦੇਖੇ, ਦਾਦਾ ਪੜ੍ਹ ਰਿਹਾ ਹਲੇ, ਦਾਦੀ ਪੜ੍ਹ ਰਹੀ ਹੈ, ਨਾਨੀ ਪੜ੍ਹ ਰਹੀ ਹੈ, ਇਹ ਚੀਜ਼ ਹੈ। ਬੰਦਾ ਅੱਗੋਂ ਕਹਿੰਦਾ ਭਾਈ ਸਾਹਿਬ ਇਹੋ ਜਿਹੀਆਂ ਗੱਲਾਂ ਸਾਨੂੰ ਦੱਸਣ ਦੀ ਲੋੜ ਨਹੀਂ ਗੀ, ਕੋਈ ਨਾ ਵਾਹਿਗੁਰੂ ਦੀ ਗੱਲ ਦੱਸੋ ਸਹੀ ਰੂਪ ਵਿੱਚ, ਉਹ ਇਸ ਤਰੀਕੇ ਨਾਲ, ਇਹਨੂੰ ਪਤਾ ਹੀ ਕਹਿੰਦੇ ਅਸੀਂ ਮਾਫ਼ੀ ਚਾਹ ਰਹੇ, ਢੀਠ ਪਾਉਣਾ। ਬਾਬਾ ਜੀ ਐਗਜੈਕਟਲੀ ਆਹ ਗੱਲ ਕਹਿ ਰਹੇ ਨੇ, ਬਦਬਖਤ ਹਮ ਚੋ ਬਖੀਲ ਗਾਫਲ, ਮੈਂ ਗਾਫਲ ਹੋ ਗਿਆ, ਮੈਂ ਢੀਠ ਹੋ ਗਿਆ, ਚੀਜ਼ਾਂ ਸਾਹਮਣੇ ਦਿਸ ਰਹੀਆਂ ਨੇ, ਪਤਾ ਲੱਗ ਰਿਹਾ, ਵਿਗੜ ਰਿਹਾ ਕੰਮ ਸਾਰਾ, ਖਰਾਬ ਹੋ ਰਿਹਾ, ਇਹੀ ਢੀਠ ਹੋਣਾ ਆਉਣ ਵਾਲੀ ਜਨਰੇਸ਼ਨ 'ਚ ਰਿਫਲੈਕਟ ਹੋ ਰਿਹਾ, ਇੱਧਰੋਂ ਆ ਰਿਹਾ ਸਾਰਾ ਕੁਛ। ਮੈਂ ਕਹਿੰਦਾ ਪਤਾ ਨਹੀਂ ਕੀ ਹੋ ਗਿਆ ਘਰ 'ਚ ਭਾਈ ਸਾਹਿਬ, ਬਸ ਨਾ ਕੁਛ ਵੀ ਚੰਗਾ ਨਹੀਂ ਰਿਹਾ, ਨਿਆਣੇ ਵੀ ਆਖੇ ਨਹੀਂ ਲੱਗਦੇ, ਆਹ ਵੀ ਨਹੀਂ ਕਰਦੇ, ਕਿਸੇ ਨੇ ਕੋਈ ਕਰ ਕਰਾ ਦਿੱਤਾ ਹੋਣਾ, ਬਿਲਕੁਲ ਠੀਕ ਜੇ, ਇਹ ਬਹੁਤ ਸੌਖਾ ਕੰਮ ਜੇ, ਆਪਣੇ ਆਪ ਨੂੰ ਵਿੱਚੋਂ ਕੱਢੋ, ਕਿਸੇ ਹੋਰ 'ਤੇ ਲਾਓ ਇਲਜ਼ਾਮ ਅਤੇ ਬਸ ਬਰੀ ਹੋ ਜਾਓ, ਫਿਰ ਲੱਭ ਵੀ ਜਾਂਦਾ ਕੋਈ ਨਾ ਕੋਈ ਆਲੇ ਦੁਆਲੇ, ਕੋਈ ਘਰ ਆਇਆ ਸੀਗਾ, ਕੋਈ ਛੱਡ ਗਿਆ ਚੀਜ਼, ਕੋਈ ਐਵੇਂ ਦੀ ਚਾਹ ਪਿਆ ਗਿਆ, ਕੁਛ ਠੀਕ ਆ। ਅੱਛਾ ਲਟੇਰਾ ਤਬਕਾ ਚਾਰ ਚਪੇਰੇ ਬੈਠਾ ਲੁੱਟਣ ਵਾਸਤੇ, ਉਹ ਕਹਿੰਦਾ ਬਿਲਕੁਲ ਤੁਸੀਂ ਆਓ, ਅਸੀਂ ਸਾਰਾ ਹਿਸਾਬ ਕਿਤਾਬ ਠੀਕ ਕਰ ਦੇਵਾਂਗੇ ਤੁਹਾਡਾ, ਜੋ ਓਝੇ ਜੋ ਇਸ ਕਿਸਮ ਦੇ ਜੋਤਸ਼ੀ ਸਾਰਾ ਕੁਝ ਇੱਥੇ ਇਹਨਾਂ ਮੁਬਾਲਿਕ 'ਚ ਆ ਕੇ ਮੌਜੂਦ ਹੋ ਚੁੱਕਾ ਸਾਰਾ ਕੁਛ। ਗੁਰੂ ਬਾਬਾ ਜੀ ਕਹਿੰਦੇ ਕੋਈ ਬਾਹਰੋਂ ਕੋਈ ਰਾਕਸ਼ ਨਹੀਂ ਆ ਕੇ ਮਾਰ ਰਿਹਾ ਤੈਨੂੰ, ਤੇਰਾ ਹੀ ਮੁਰ ਨਾਂ ਦਾ ਰਾਕਸ਼ ਤੇਰੇ ਅੰਦਰ ਬੈਠਾ ਆ, ਤੇਰੀਆਂ ਹੀ ਕਮਜ਼ੋਰੀਆਂ ਨੇ, ਬਦਬਖਤ ਹਮ ਚੋ ਬਖੀਲ ਗਾਫਲ, ਬੇਨਜ਼ਰ ਬੇਬਾਕ, ਬੇਨਜ਼ਰ ਬੇਬਾਕ, ਦੋ ਲਫ਼ਜ਼ ਆਉਂਦੇ ਜੇ ਫਾਰਸੀ ਦੇ ਲਫ਼ਜ਼, ਧਿਆਨ ਨਾਲ ਦੇਖਿਓ ਜੇ, ਇੱਕ ਹੈਗਾ ਬੇਨਜ਼ਰ, ਇੱਕ ਹੈਗਾ ਬੇਨਜ਼ੀਰ, ਕਈ ਵਾਰੀ ਸੀ ਨਾ ਸ਼ਬਦਾਂ ਨੂੰ ਧਿਆਨ ਨਾਲ ਹੀ ਦੇਖਦੇ, ਬੇਨਜ਼ੀਰ ਬੜਾ ਪੋਜ਼ਿਟਿਵ ਸ਼ਬਦ ਹੈ, ਬੇਨਜ਼ਰ ਇਹ ਬਹੁਤ ਡਿਫਰੈਂਟ ਸ਼ਬਦ ਹੈ, ਜਿਹੜਾ ਬੇਨਜ਼ਰ ਆ ਇਹਦਾ ਮਤਲਬ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਬਹੁਤ ਹੀ ਵੱਡਾ ਲਾਪਰਵਾਹ ਜਿਵੇਂ ਹੁੰਦਾ ਆ, ਹੂ ਕੇਅਰ, ਮੈਨੂੰ ਨਾ ਤੁਸੀਂ ਸਪੋਜ਼ ਕਰੋ ਮੈਂ ਲਾਪਰਵਾਹੀ ਕਰ ਸਕਦਾ ਕੋਈ ਵੀ ਕਿਸੇ ਸਮੇਂ ਵੀ, ਪਰ ਤੁਹਾਡੀਆਂ ਨਜ਼ਰਾਂ ਸਾਰੀਆਂ ਮੇਰੇ 'ਤੇ ਹੋਣ,
ਅਤੇ ਜਦੋਂ ਤੁਹਾਡੀਆਂ ਨਜ਼ਰਾਂ ਮੇਰੇ 'ਤੇ ਨੇ ਅਤੇ ਮੈਂ ਸਾਵਧਾਨ ਹੋ ਜਾਵਾਂਗਾ, ਮੈਂ ਕਹਾਂਗਾ ਮੈਨੂੰ ਵੇਖ ਰਹੇ ਨੇ ਸਾਰੇ, ਮੈਂ ਕਿਉਂ ਕਹਾਂ, ਮੇਰੀ ਜਵਾਬਦੇਹੀ ਤੈਅ ਹੋ ਜਾਏਗੀ। ਅਤੇ ਜੇ ਮੈਂ ਬੇਨਜ਼ਰ ਹੋ ਗਿਆ, ਮਤਲਬ ਕਹਿ ਲਓ ਹੂ ਕੇਅਰ, ਫਿਰ ਵੇਖੀ ਜਾਓ ਮੇਰੇ ਵੱਲ, ਮੈਂ ਤੁਹਾਡੇ ਸਾਹਮਣੇ ਵੀ ਗੁਸਤਾਖੀ ਕਰਾਂਗਾ, ਗਲਤੀ ਕਰਾਂਗਾ। ਜਦੋਂ ਬੰਦਾ ਬੇਨਜ਼ਰ ਹੋ ਜਾਂਦਾ, ਬੰਦਾ ਕਹਿੰਦਾ ਹੂ ਕੇਅਰ, ਮੈਨੂੰ ਕੋਈ ਪਰਵਾਹ ਨਹੀਂ ਗੀ, ਉਹ ਕਹਿੰਦਾ ਉਹ ਭਲਿਆ ਰੱਬ ਤੋਂ ਡਰ, ਉਹ ਕਹਿੰਦਾ ਕਿਹੜਾ ਰੱਬ, ਮੈਂ ਨਹੀਂ ਪਰਵਾਹ ਕਰਦਾ, ਬੇਨਜ਼ਰ। ਇੱਥੋਂ ਜਿਹੜਾ ਅਗਲਾ ਨਿਕਲਣਾ ਕਿਰਦਾਰ, ਬੇਬਾਕ, ਲਾਪਰਵਾਹ, ਬਿਲਕੁਲ ਲਾਪਰਵਾਹੀ ਦਾ ਸਿਰਾ ਬਣ ਜਾਏਗਾ ਬੰਦਾ। ਇਸ ਲਾਪਰਵਾਹੀ ਦੇ ਵਿੱਚ ਉਹਨੂੰ ਕਿਹਾ ਜਾਏ ਤੂੰ ਪਰਵਾਹ ਕਰਿਆ ਕਰ, ਰਵਾਂਦਾਰ ਹੋਇਆ ਕਰ। ਉਹ ਬੰਦਾ ਕਹਿੰਦਾ ਮੈਂ ਨਹੀਂ ਕੇਅਰ ਕਰਦਾ। ਗੁਰੂ ਬਾਬਾ ਜੀ ਕਹਿੰਦੇ ਬਦਬਖਤ ਹਮ ਚੋ ਬਖੀਲ ਖਾਫਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜੰਤੁਰਾਂ। ਨਾਨਕ ਬਗੋਇਦ ਆਪਣੇ ਵੱਲੋਂ ਇੱਕ ਗੱਲ ਕਹਿ ਰਿਹਾ ਹੈ, ਅਰਜ਼ ਗੁਜ਼ਾਰ ਰਿਹਾ ਹੈ ਵਾਹਿਗੁਰੂ ਦੇ ਅੱਗੇ, ਨਾਨਕ ਬਗੋਇਦ ਜੰਤੁਰਾਂ ਤੇਰੇ ਚਾਕਰਾਂ ਪਾ ਖਾਕ, ਤਰਸ ਕਰੀ ਮੇਰੇ 'ਤੇ, ਆਪਣੇ ਚਾਕਰਾਂ ਦੇ ਪੈਰਾਂ ਦੀ ਖਾਕ ਬਣਾ ਦੇ ਮੈਨੂੰ। ਹੁਣ ਇਹਨੂੰ ਵੀ ਧਿਆਨ ਨਾਲ ਦੇਖਿਆ, ਅਸੀਂ ਗੁਰਦੁਆਰਾ ਸਾਹਿਬ ਆਉਂਦੇ ਹਾਂ, ਜੋੜੇ ਚਾੜਦੇ ਹਾਂ, ਸੇਵਾ ਕਰਦੇ ਹਾਂ, ਬਹੁਤ ਜ਼ਰੂਰੀ ਹੈ, ਇਹ ਹਲੀਮੀ ਦੀ ਐਕਸਰਸਾਈਜ਼ ਆ, ਪਰ ਇਹਨੂੰ ਲੈ ਕੇ ਜਾਣਾ ਹੈ ਜੀਵਨ ਦੇ ਵਿੱਚ, ਇਹਨੂੰ ਅਪਣਾਉਣਾ ਹੈ ਜੀਵਨ ਦੇ ਵਿੱਚ। ਪਰ ਇਹ ਸੁਰਤ ਚੀਜ਼ਾਂ ਕਈ ਵਾਰੀ ਬੜੀਆਂ ਡਾਢੀਆਂ ਰਹਿ ਜਾਂਦੀਆਂ ਨੇ। ਮੈਨੂੰ ਯਾਦ ਹੈ ਅਸੀਂ ਇੱਕ ਵਾਰੀ ਆਪਣੇ ਪੜ੍ਹਨ ਦੇ ਸਮੇਂ ਦੇ ਦੌਰਾਨ ਆਪਣੇ ਬੜੇ ਦਾਨਿਸ਼ਮੰਦ ਪ੍ਰੋਫੈਸਰ ਦੇ ਨਾਲ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਮੱਥਾ ਟੇਕਣ ਲਈ ਗਏ ਪਟਿਆਲੇ, ਅਤੇ ਆਪਣੇ ਜੇ ਗੁਰਦੁਆਰਾ ਸਾਹਿਬ ਦੇਖਿਆ ਦੁੱਖ ਨਿਵਾਰਨ ਵਾਲਾ, ਅਤੇ ਉੱਥੇ ਬਾਹਰਲੇ ਪਾਸੇ ਜਦੋਂ ਜੋੜੇ ਜਮ੍ਹਾਂ ਕਰਾਉਂਦੇ ਹਾਂ, ਬੜਾ ਖੁੱਲ੍ਹਾ ਬਾਹਰ ਓਪਨ ਏਰੀਆ ਹੈ ਬਾਹਰਲੇ ਪਾਸੇ, ਅਤੇ ਉੱਥੇ ਜੋੜਾ ਕਰ ਥੱਲੇ ਥੋੜ੍ਹਾ ਡੂੰਘਾ ਬੇਸਮੈਂਟ 'ਚ ਬਣਿਆ ਹੈਗਾ, ਅਤੇ ਜੋੜੇ ਉਤਾਰੇ, ਅਤੇ ਪ੍ਰੋਫੈਸਰ ਸਾਹਿਬ ਬੜੇ ਮਤਲਬ ਖੁੱਦਾਰ ਬੰਦੇ ਸੀਗੇ, ਬਹੁਤ ਕਮਾਲ ਦੀ ਸ਼ਖਸੀਅਤ, ਅਤੇ ਅਸੀਂ ਐਜ਼ ਏ ਸਟੂਡੈਂਟ ਸਤਿਕਾਰ ਕਰਦੇ ਸੀ ਉਹਨਾਂ ਦਾ, ਏਜ ਸੀਗੇ ਕਾਫੀ, ਅਤੇ ਉਸ ਜੋੜੇ ਚੱਕ ਕੇ ਅਸੀਂ ਆਪਣੇ ਰੱਖਣ ਲੱਗੇ ਹਾਂ, ਭੱਜ ਕੇ ਉਹਨਾਂ ਜੋੜੇ ਫੜੇ, ਅਤੇ ਉਹਨਾਂ ਦੇ ਵੀ ਰੱਖਦੇ ਨੇ, ਉਹ ਕਹਿੰਦੇ ਨਹੀਂ ਆਪੀ ਚੱਕ ਕੇ ਜੋੜੇ ਫੜਾਉਣ ਲੱਗੇ ਅੱਗੇ ਵੱਧ ਕੇ। ਜਦੋਂ ਫੜਾਉਣ ਲੱਗੇ ਨੀਵੇਂ ਹੋਏ ਨਾ, ਅਤੇ ਇਸ ਪਾਸੇ ਦੂਸਰੇ ਪਾਸੇ ਜੋੜੇ ਫੜਾਉਣ ਵਾਲੀ ਲਾਈਨ ਦੇ 'ਚ ਬੀਬੀਆਂ ਦੀ ਲਾਈਨ ਲੱਗੀ ਸੀ ਜੋੜੇ ਪਕੜਾਉਣ ਵਾਸਤੇ, ਅਤੇ ਜਿਹੜਾ ਸਾਹਮਣੇ ਵਾਲਾ ਸ਼ਖਸ ਕਿਸੇ ਬੀਬੀ ਦਾ ਜੋੜਾ ਪਕੜਿਆ, ਉਹਨੇ ਐਵੇਂ ਪਕੜ ਕੇ ਆਪਣੇ ਮੱਥੇ ਨੂੰ ਐਵੇਂ ਕੀਤਾ, ਵਾਹਿਗੁਰੂ ਸ਼ੁਕਰ, ਜਿਵੇਂ ਕਰਦੇ ਹਾਂ ਅਸੀਂ ਜੋੜਾ ਪਕੜ ਕੇ, ਅਤੇ ਪ੍ਰੋਫੈਸਰ ਸਾਹਿਬ ਥੱਲੇ ਹੋ ਕੇ ਜਦੋਂ ਆਪਣਾ ਜੋੜਾ ਫੜਾਇਆ ਉਹਦੇ ਵੱਲ ਦੇਖਿਆ, ਅਤੇ ਉੱਚੀ ਸਾਰੀ ਬੋਲ ਕੇ ਉਹਨੂੰ ਕਹਿੰਦੇ ਵੇਖਾਂ ਕਿਵੇਂ ਪਖੰਡ ਕਰਨ ਦਿਆ, ਵੇਹ ਵੇਹ ਪਖੰਡੀ। ਅਸੀਂ ਕਿਹਾ ਪ੍ਰੋਫੈਸਰ ਸਾਹਿਬ ਸਾਰੇ ਲੋਕ ਵੇਖ ਰਹੇ ਨੇ, ਐਵੇਂ ਕਿਉਂ ਬੋਲ ਰਹੇ ਹੋ? ਅਸੀਂ ਖੈਰ ਉਹਨਾਂ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਸੀ, ਕਿਹਾ ਵੀ ਕੁੱਟਣਗੇ ਸੇਵਾਦਾਰ ਸਾਨੂੰ ਮਾਰਨਗੇ, ਤੁਸੀਂ ਐਵੇਂ ਕਹਿ ਰਹੇ ਹੋ? ਉਹ ਫਿਰ ਦੋਰੀ ਫਿਰ ਬੋਲਤਾ ਉਹਨਾਂ ਨੇ। ਖੈਰ ਅਸੀਂ ਪ੍ਰੋਫੈਸਰ ਸਾਹਿਬ ਲੈ ਕੋਲ ਰਹਿਣਾ, ਅਸੀਂ ਕਿਹਾ ਪ੍ਰੋਫੈਸਰ ਮਾਜਰਾ ਕੀ ਹੈ, ਇਹ ਕੀ ਹੋਇਆ? ਕਹਿਣ ਲੱਗੇ ਇਹ ਮੇਰਾ ਗੁਆਂਢੀ ਹੈ ਜਿਹੜਾ ਥੱਲੇ ਆ ਮੁੰਡਾ ਜੋੜੇ ਫੜ ਲਿਆ। ਅੱਛਾ ਤੁਸੀਂ ਜਾਣਦੇ ਹੋ? ਕਹਿੰਦੇ ਹਾਂ ਮੇਰਾ ਗੁਆਂਢੀ ਹੈ। ਤੁਸੀਂ ਐਵੇਂ ਕਿਉਂ ਕਿਹਾ? ਕਹਿਣ ਲੱਗੇ ਗੱਲ ਇਹ ਹੈ ਮੇਰੇ ਗੁਆਂਢ ਰਹਿੰਦਾ, ਮੇਰਾ ਗੁਆਂਢੀ ਹੈ, ਇੱਥੇ ਮਾਈਆਂ ਦੇ ਬੀਬੀਆਂ ਦੇ ਜੋੜੇ ਫੜ ਫੜ ਕੇ ਮੱਥੇ ਨੂੰ ਲਾ ਰਿਹਾ ਰੱਖ ਰਿਹਾ, ਘਰ ਜਿਹਦੇ ਜਿਹੜੀ ਇਹਦੇ ਲੜ ਲਾਈ ਹੈ ਉਹਦੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦਾ, ਰੋਜ਼ ਪੰਚਾਇਤ ਹੁੰਦੀ, ਰੋਜ਼ ਝਗੜਾ ਹੁੰਦਾ। ਆ ਦੇਖੋ ਮਤਲਬ ਇਹ, ਉਹ ਬੰਦੇ ਧਿਆਨ ਨਾਲ ਦੇਖ, ਜਿਹੜੀ ਹਲੀਮੀ ਹੈ, ਨਿਮਰਤਾ ਹੈ, ਇਹ ਵਿਖਾਵੇ ਦੀ ਚੀਜ਼ ਨਹੀਂ। ਗੁਰੂ ਬਾਬਾ ਜੀ ਦਾ ਪਾਵਨ ਬਚਨ ਕਿਆ, ਬਦਬਖਤ ਹਮ ਚੋ ਬਖੀਲ ਗਾਫਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜੰਤੁਰਾਂ ਤੇਰੇ ਚਾਕਰਾਂ ਪਾ ਖਾਕ। ਮਾਲਕ ਤਰਸ ਕਰੀ ਤੇਰੇ ਚਾਕਰਾਂ ਦੇ ਪੈਰਾਂ ਦੀ ਖਾਕ ਹੋ ਜਾਵਾਂ। ਕੌਣ ਨੇ ਚਾਕਰ ਵਾਹਿਗੁਰੂ ਦੇ? ਜਿਹੜਾ ਕੋਈ ਗੁਣ ਸਿਖਾਉਂਦਾ ਹੈ, ਵਡਿਆਈ ਸਿਖਾਉਂਦਾ ਹੈ, ਚੰਗੀ ਚੀਜ਼ ਸਿਖਾਉਂਦਾ ਹੈ, ਉਹਨੂੰ ਤੁਸੀਂ ਆਪਣੇ ਤੋਂ ਵੱਡਾ ਜਾਣੋ। ਅਤੇ ਸੱਚ ਇਹ ਹੈ, ਇਹ ਐਕਸਰਸਾਈਜ਼ ਹੈ। ਹਲੀਮੀ ਇੱਕਦਮ ਨਹੀਂ ਆਉਂਦੀ, ਨਿਮਰਤਾ ਦਾ ਤਸੱਵਰ ਜਿਹੜਾ ਆ ਇਹ ਹੰਕਾਰ ਦੀ ਮੁਕਤੀ ਵਿੱਚੋਂ ਨਿਕਲਦਾ ਆ।
ਜਿੱਥੇ ਕਿਤੇ ਬੰਦੇ ਨੇ ਆਪਣੇ ਆਪ ਨੂੰ ਅਹੰਕਾਰ ਦੀ ਟੀਸੀ 'ਤੇ ਬਿਠਾ ਲਿਆ, ਉਹਦੇ ਵਾਸਤੇ ਕਿਸੇ ਦਾ ਵੀ ਸਤਿਕਾਰ ਕਰਨਾ, ਜੇ ਕਰੇਗਾ ਵੀ ਤਾਂ ਵਿਖਾਵੇ 'ਚ ਹੋਏਗਾ ਥੋੜ੍ਹਾ ਬਹੁਤਾ। ਬਾਬਾ ਜੀ ਨੇ ਕਿਹਾ ਮੈਨੂੰ ਆਪਣੇ ਦਾਸਾਂ ਦਾ ਪਾਣੀ ਹਾਰ ਬਣਾ ਦੇ। ਗੁਰੂ ਕੇ ਹਜ਼ੂਰ ਆਉਂਦੇ ਹੋ, ਇੱਥੇ ਆ ਕੇ ਨਿਮਰਤਾ ਦੀ ਦਾਤ ਮੰਗੋ, ਇੱਥੇ ਆ ਕੇ ਸਿਜਦਾ ਕਰਦੇ ਹੋ, ਸਿਰ ਝੁਕਾਉਂਦੇ ਹੋ, ਮੱਥਾ ਟੇਕਦੇ ਹੋ, ਮੱਥਾ ਰੱਖਦੇ ਹੋ, ਨੱਕ ਦੀ ਲਕੀਰ ਕੱਢਦੇ ਹੋ, ਇਸ ਕਰਕੇ ਕੱਢਦੇ ਹੋ ਦਾਤਾ ਆ ਲੇਖ ਬਦਲਦੇ। ਦਾਤਾ ਹਲੀਮੀ ਅਤੇ ਨਿਮਰਤਾ ਦੀ ਦਾਤ ਬਖਸ਼ੀ, ਕਿਸੇ ਦੇ ਚਰਨੀ ਲੱਗਾਂ, ਕਿਸੇ ਦੇ ਸਿਰੇ ਨਾ ਚੜ੍ਹਾਂ, ਆਹ ਪ੍ਰਵਿਰਤੀ ਆ ਜਾਏ। ਇੱਕੋ ਦੇਖੋ ਗੁਰਮਤਿ ਸਕੂਲ ਆ, ਤੁਹਾਡੀ ਅਸੀਸ ਨਾਲ ਇੱਕੋ ਹੀ ਸ਼ੌਂਕ ਹੈ ਬਾਬੇ ਦੀ ਕਿਰਪਾ ਨਾਲ ਪੜ੍ਹਨਾ, ਬਸ ਆਲਮੋਸਟ ਉਮਰ ਦਾ ਇਹ ਪੜਾਅ ਚੱਲਿਆ, ਪੜ੍ਹਦਿਆਂ ਗੁਜ਼ਰ ਰਹੀ ਹੈ। ਇੱਥੇ ਵੀ ਯੂਨੀਵਰਸਿਟੀ 'ਚ ਪੜ੍ਹਿਆ ਬਹੁਤ ਲੰਬਾ ਸਮਾਂ, ਅੱਜ ਵੀ ਪੜ੍ਹਨ ਪੜ੍ਹਾਉਣ ਦਾ ਇੰਨੇ ਹੀ ਕੰਮ ਕਰਦਾ ਮੋਸਟਲੀ। ਗੁਰਬਾਣੀ ਪੜ੍ਹੀ ਹੈ, ਦੁਨੀਆ ਭਰ ਦਾ ਲਿਟਰੇਚਰ ਪੜ੍ਹ ਕੇ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ, ਬਸ ਮਹਾਰਾਜ ਨੇ ਜਿਹੜੀ ਗੱਲ ਕਰ ਦਿੱਤੀ ਇਸ ਤੋਂ ਵੱਡੀ ਗੱਲ ਨਹੀਂ ਹੋ ਸਕਦੀ, ਸਿਰਾ ਹੀ ਹੈ। ਬਾਬਾ ਜੀ ਦਾ ਪਾਵਨ ਬਚਨ ਆਪਣੇ ਕਿੰਨੀ ਕਿੰਨੀ ਵਾਰੀ ਪੜ੍ਹਿਆ ਸੁਣਿਆ ਹੋਣਾ, ਜਿਹੜਾ ਸ਼ਬਦ ਪੜ੍ਹਦੇ ਨਾ ਮਹਾਰਾਜ ਕਹਿੰਦੇ, ਸਿੰਬਲ ਰੁੱਖ ਸਰਾਏ ਰਾ ਅਤ ਦੀਰਘ ਅਤ ਮੁੱਚ ਓਏ ਜੀ ਆਵੇਂ ਆਸ ਕਰ ਜਾਏ ਨਿਰਾਸੇ ਕਿਤ ਫਲ ਫਿੱਕੇ ਫੁੱਲ ਬੁੱਕ ਬਕ ਬਕੇ ਕੰਮ ਨਾ ਆਵੇਂ ਪਤ। ਉਹ ਜਿਹੜੀ ਪੰਕਤੀ ਕਹੀ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਗੁਣ ਚੰਗਿਆਈਆਂ ਤੱਤ। ਪੂਰੀ ਦੁਨੀਆ ਦੇ ਗੁਣ ਇਕੱਠੇ ਕਰ ਲਓ, ਪੂਰੀ ਦੁਨੀਆ ਦੀਆਂ ਚੰਗਿਆਈਆਂ ਇਕੱਠੀਆਂ ਕਰ ਲਓ, ਗੁਣ ਅਤੇ ਚੰਗਿਆਈਆਂ ਇਕੱਠੀਆਂ ਕਰਕੇ, ਜਿਵੇਂ ਗੁੜ ਦਾ ਅਰਕ ਸ਼ਰਾਬ ਨਹੀਂ ਹੁੰਦੀ, ਅਰਕ ਕੱਢਣਾ ਕਿਸੇ ਚੀਜ਼ ਦਾ, ਬਿਲਕੁਲ ਉਹਦਾ ਸਾਰ ਤੱਤ ਕੱਢ ਲੈਣਾ, ਤੱਤ ਉਹਨੂੰ ਕਹਿੰਦੇ, ਸਾਰ ਤੱਤ, ਉਸ ਚੀਜ਼ ਨੂੰ ਨਿਚੋੜ ਲੈਣਾ, ਇਹਨੂੰ ਡਿਸਟਿਲਰੀ ਕਰਨਾ ਕਹਿੰਦੇ ਆ। ਬਿਲਕੁਲ ਉਹਨੂੰ ਇੱਕ ਤਰੀਕੇ ਨਾਲ ਕਹਿ ਲਓ ਕਿ ਇੱਕ ਪੁੜੀ ਦੇ ਵਿੱਚ ਬੰਦ ਕਰ ਦੇਣਾ, ਸਾਰਾ ਗਾਗਰ ਚੁੱਕ, ਸਾਰਾ ਸਾਗਰ ਚੁੱਕ ਕੇ ਨਿਚੋੜ ਕੇ ਗਾਗਰ 'ਚ ਪਰੋ ਕੇ ਰੱਖ ਦੇਣਾ ਤਰੋਕ ਦੇ ਵਿੱਚ। ਕਿਹਾ ਸਾਰੀ ਦੁਨੀਆ ਦੇ ਗੁਣ, ਸਾਰੀ ਦੁਨੀਆ ਦੀਆਂ ਚੰਗਿਆਈਆਂ ਇਕੱਠੀਆਂ ਕਰਕੇ ਜੇ ਉਹਨੂੰ ਡਿਸਟਿਲਰੀ ਕਰੋਗੇ, ਜਿਹਦਾ ਸਾਰ ਤੱਤ ਕੱਢੋਗੇ, ਤਾਂ ਉਹ ਇੱਕ ਹੀ ਨਿਕਲੇਗਾ। ਕੀ ਮਹਾਰਾਜ? ਮਿੱਠਤ ਨੀਵੀ ਨਾਨਕਾ, ਮਿੱਠਤ ਨੀਵੀ, ਮਿੱਠਤ ਮਿਠਾਸ, ਜੀ ਕਹਿ ਕੇ ਬੋਲਣਾ ਕਿਸੇ ਨੂੰ, ਸਤਿਕਾਰ ਨਾਲ ਬੋਲਣਾ, ਅਦਬ ਨਾਲ ਬੋਲਣਾ। ਮੈਂ ਕਿਸੇ ਦਾ ਹੋਰ ਤਰ੍ਹਾਂ ਤਾਂ ਨੁਕਸਾਨ ਨਹੀਂ ਕਰ ਸਕਦਾ, ਬੇਅਦਬ ਤਾਂ ਹੋ ਹੀ ਸਕਦਾ। ਮੈਂ ਕਿਸੇ ਨੂੰ ਹੱਥ ਨਾਲ ਧੱਕਾ ਨਹੀਂ ਦੇ ਸਕਦਾ, ਮੈਂ ਕਿਸੇ ਨੂੰ ਉਸ ਤਰੀਕੇ ਨਾਲ ਥੋੜ੍ਹੀ ਝਰੀਟ ਨਹੀਂ ਮਾਰ ਸਕਦਾ, ਕੋਈ ਕਿਸੇ ਨੂੰ ਕੋਈ ਨਹੁੰਦਰ ਨਹੀਂ ਮਾਰ ਸਕਦਾ। ਮੂੰਹ ਨਾਲ ਮਾਰਨ 'ਚ ਕੀ ਅਰਜ ਆ? ਮੂੰਹ ਨਾਲ ਤਾਂ ਮੈਂ ਕਰਾਂਗਾ ਨਾ, ਓਏ ਇਹ ਤਾਂ ਕਹਿ ਕੇ ਬੁਲਾ ਹੀ ਸਕਦਾ। ਮੈਂ ਉਹਨੂੰ ਲਫ਼ਜ਼ 'ਤੇ ਮਾੜੇ ਪ੍ਰਯੋਗ ਕਰਾਂਗਾ ਹੀ ਨਾ। ਮੈਂ ਕਿਸੇ ਦੇ ਮਤਲਬ ਕਹਿ ਲਓ ਜੁੱਸੇ 'ਤੇ ਮੁੱਕਾ ਨਹੀਂ ਮਾਰ ਸਕਦਾ, ਪਰ ਘੱਟ ਤੋਂ ਘੱਟ ਉਹਨੂੰ ਕੋਈ ਮਾੜਾ ਲਫ਼ਜ਼ ਕਹਿ ਕੇ, ਤਿਰਸਕਾਰ ਵਾਲਾ ਲਫ਼ਜ਼ ਕਹਿ ਕੇ ਉਹਦੇ ਦਿਲ ਨੂੰ ਤਾਂ ਧੱਕਾ ਮਾਰ ਹੀ ਸਕਦਾ ਨਾ, ਮਾਰਾਂਗਾ? ਆਹ ਪ੍ਰਵਿਰਤੀ ਹੈ। ਬੰਦੇ ਜ਼ਬਾਨ ਖੋਲ੍ਹੇ ਅਤੇ ਮਿਠਾਸ ਹੋਏ ਤੇਰੇ ਮੂੰਹ 'ਚ, ਵਾਣੀ ਬੋਲੇ ਅਤੇ ਵਾਣੀ ਕਿਸੇ ਨੂੰ ਤਿਰਸਕਾਰ ਕਰਨ ਵਾਲੀ ਨਾ ਹੋਏ। ਬੰਦੇ ਦੀ ਪ੍ਰਵਿਰਤੀ ਇਹ ਹੈ, ਮੈਨੂੰ ਜੀ ਕਹਿ ਕੇ ਬੁਲਾਓ ਅਤੇ ਮੈਂ ਹੋਏ ਕਹਿ ਕੇ ਬੁਲਾਵਾਂ, ਅਤੇ ਅੱਛਾ ਫਿਰ ਵੀ ਤੁਸੀਂ ਮੇਰਾ ਅਦਬ ਕਰੋ, ਹਾਏ ਕਿਵੇਂ ਹੋਏਗਾ? ਇੱਥੇ ਤਾਂ ਇਸ ਤਰ੍ਹਾਂ ਜਾਣੋ, ਫਿਰ ਮਾਫ਼ੀ ਮੰਗਦੇ ਲਫ਼ਜ਼ ਕਹਿਣ ਲੱਗਾ ਵਾ। ਅਸੀਂ ਨਾ ਆਪਣੇ ਜਿਹੜੇ ਖਾਸ ਕਰਕੇ ਕੈਨੇਡਾ ਦੇ ਬੱਚੇ ਨੇ, ਇਹਨਾਂ ਦੇ ਬਾਬਤ ਮੈਂ ਬਜ਼ੁਰਗਾਂ ਦੀਆਂ ਬੜੀਆਂ ਸ਼ਿਕਾਇਤਾਂ ਸੁਣਦਾ ਹਾਂ। ਭਾਈ ਸਾਹਿਬ, ਇਹਨੂੰ ਬੋਲਣ ਦਾ ਨਹੀਂ ਪਤਾ, ਭਾਈ ਸਾਹਿਬ ਇਹ ਸਾਰਿਆਂ ਨੂੰ ਤੂੰ ਤੂੰ ਕਹਿ ਕੇ ਬੁਲਾਈ ਜਾਂਦੇ ਨੇ, ਯੂ ਗਾਇਜ਼ ਕਰੀ ਜਾਂਦੇ ਨੇ ਭਾਈ ਸਾਹਿਬ ਇਸ ਤਰੀਕੇ ਨਾਲ। ਮਾਫ਼ੀ ਮੰਗਾਂਗਾ, ਜੋ ਸਿਖਾ ਰਹੇ ਹੋ ਉਹ ਸਿੱਖ ਰਹੇ ਨੇ। ਭਾਈ ਸਾਹਿਬ ਸਿਖਾਉਂਦੇ ਤਾਂ ਅਸੀਂ ਬਹੁਤ ਵਧੀਆ ਵਾਂ, ਹਾਂ ਤੁਹਾਡੇ ਉਹਨੂੰ ਇਕੱਲਾ ਸਿੱਖਿਆ ਦੇ ਰੂਪ ਦੇ ਵਿੱਚ ਡਿਕਟੇਟ ਕਰਨ ਨਾਲ ਨਹੀਂ ਸਿੱਖੇਗਾ, ਉਹ ਸਿੱਖੇਗਾ ਤੁਸੀਂ ਸਾਰੇ ਜੀ ਆਪਸ ਵਿੱਚ ਕਿਵੇਂ ਬੋਲ ਰਹੇ ਹੋ,
ਹਸਬੈਂਡ ਵਾਈਫ ਨੂੰ ਕਿਵੇਂ ਆਵਾਜ਼ ਮਾਰਦਾ ਹੈ, ਵਾਈਫ ਹਸਬੈਂਡ ਨੂੰ ਕਿਵੇਂ ਆਵਾਜ਼ ਮਾਰਦੀ ਹੈ। ਮਤਲਬ ਇਹ ਖਾਣਾ ਹੀ ਖਾਣ ਲਈ ਕਹਿਣਾ ਨਾ ਕਿਸੇ ਨੂੰ, ਅਤੇ ਥਾਲੀ ਅੱਗੇ ਰੱਖ ਕੇ ਲੈ ਮਰ ਲੈ, ਲਫ਼ਜ਼ ਹੀ ਹੈ। ਤੁਸੀਂ ਸਵੇਰ ਤੋਂ ਸ਼ਾਮ ਤੱਕ 4-5 ਘੰਟੇ ਲਗਾ ਕੇ ਮਿਹਨਤ ਕਰਕੇ ਕੋਈ ਪਲਾਅ ਬਣਾਇਆ, ਕੋਈ ਪ੍ਰਸ਼ਾਦਾ ਤਿਆਰ ਕੀਤਾ, ਸਭ ਕੁਛ ਸਭ ਬਣਾ ਬਣੂ ਕੇ ਕਿਸੇ ਨੂੰ ਦੇਖਣ ਲੱਗਿਆ, ਲੈ ਝੁਲਸ ਲੈ, ਬਹੁਤ ਯਾਰ ਸਭ ਕੀਤਾ, ਕਰਾਇਆ ਸੁਆਹ ਹੋ ਗਿਆ, ਅੰਮ੍ਰਿਤ ਬਣਾ ਕੇ ਜ਼ਹਿਰ ਬਣਾ ਤਾ, ਤੁਸੀਂ ਇੱਕ ਸਾਦੀ ਦਾਲ ਬਣਾ ਕੇ ਸਾਦਾ ਪ੍ਰਸ਼ਾਦਾ ਬਣਾ ਕੇ ਕਿਸੇ ਨੂੰ ਆਦਾ ਅਦਬ ਨਾਲ ਕਹੋ, ਲਓ ਆ ਛਕਣਾ ਕਰੋਗੇ। ਇਹ ਅਦਬ ਕਦੀ ਡਿਕਟੇਟ ਕਰਕੇ ਨਹੀਂ ਜੇ ਆਉਂਦਾ, ਅਤੇ ਫਿਰ ਕਾਲੇ ਪਿਆਂ ਵੀ ਨਹੀਂ ਜੇ ਆਉਂਦਾ। ਜੇ ਕਾਲੇਪਣ ਦੇ ਵਿੱਚ ਕਿਤੇ ਕਿਸੇ ਬੱਚੇ ਨੂੰ ਕੁਛ ਸਿਖਾ ਕੇ ਦੋ ਲਫ਼ਜ਼ ਤੁਸੀਂ ਕਿਸੇ ਨੂੰ ਵਿਖਾਵਾ ਕਰਨਾ ਚਾਹੁੰਦੇ ਹੋ ਨਾ, ਉਹ ਪਖੰਡੀ ਬਣੇਗਾ, ਹਿਪੋਕ੍ਰੇਟ ਹੋ ਜਾਏਗਾ, ਉਹ ਗਲਤ ਹੋ ਜਾਏਗਾ। ਇਹ ਤਾਂ ਹੈ ਮਿਠਾਸ, ਲਗਾਤਾਰ ਵੰਡੋਗੇ ਆਪਸ ਵਿੱਚ ਸਾਰੇ ਜੀ। ਅੱਛਾ ਕਮਾਲ ਇਹ, ਤੁਸੀਂ ਬੱਚੇ ਨੂੰ ਕਹਿਣਾ ਹੀ ਕੁਛ ਨਹੀਂ, ਬੱਚੇ ਨੂੰ ਕਹਿਣਾ ਹੀ ਨਹੀਂ ਗਾ, ਕਿਸੇ ਨੂੰ ਪਿਆਰ ਨਾਲ ਬੋਲਿਆ ਕਰ, ਜੀ ਕਹਿ ਕੇ ਬੋਲਿਆ ਕਰ, ਅਦਬ ਨਾਲ ਬੋਲਿਆ ਕਰ, ਆਏ ਨੂੰ ਸਤਿ ਸ਼੍ਰੀ ਅਕਾਲ ਬੁਲਾਇਆ ਕਰ, ਫਤਿਹ ਬੁਲਾਇਆ ਕਰ, ਕਿਸੇ ਦੇ ਆ ਕੇ ਗੁੱਡੀਆਂ ਹੱਥ ਲਾ ਕਰ। ਨੋਟ ਐਟ ਆਲ, ਯੂ ਡੋਂਟ ਹੈਵ ਟੂ ਸੇ ਟੂ ਯੂਅਰ ਕਿਡਸ ਐਟ ਆਲ, ਬਿਲਕੁਲ ਆਪ ਕਰਨਾ ਤੁਸੀਂ ਸਾਰਿਆਂ ਨੇ, ਸਾਲਾਂ ਦੇ ਸਾਲ ਕਰਨਾ, ਫਿਰ ਉਹਦਾ ਫਲ ਆਵੇਗਾ। ਦੈਨ ਯੂ ਕੈਨ ਸੀ, ਵਾਓ, ਲੋਕ ਪੁੱਛਣਗੇ। ਅੱਛਾ ਕਮਾਲ ਇਹ, ਦੇਖੋ ਇੱਕ ਚੀਜ਼ ਹੋਰ ਦੇਖਿਓ ਧਿਆਨ ਦੇ ਨਾਲ, ਕਿਉਂਕਿ ਕੈਨੇਡਾ ਮੇਨ ਸਟ੍ਰੀਮ 'ਚ ਹੀ ਰਹਿੰਦੇ ਜਦੋਂ ਇੱਥੇ, ਅਤੇ ਪਹਿਲਾਂ ਕਿਹਾ ਜਾਂਦਾ ਸੀਗਾ ਕਿ ਓਕੇ ਇਹ ਬੱਚਾ ਬਹੁਤ ਸਿਆਣਾ ਹੈ, ਦਿਸ ਕਿਡ ਇਜ਼ ਰੀਅਲੀ ਗੁੱਡ ਕਿਡ, ਬੱਚਾ ਕੋਈ ਚੰਗਾ ਵਿਹਾਰ ਕਰਦਾ ਨਾ, ਫਿਰ ਉਹ ਕਹਿੰਦੇ ਬੱਚਾ ਬਹੁਤ ਚੰਗਾ, ਹੁਣ ਐਵੇਂ ਨਹੀਂ ਕਹਿੰਦੇ ਉਹ, ਪਤਾ ਕਹਿੰਦੇ ਨੇ ਜੇ ਕੋਈ ਬੱਚਾ ਚੰਗਾ ਵਿਹਾਰ ਕਰੇਗਾ ਨਾ ਤਾਂ ਉਹਨੂੰ ਕਹਿੰਦੇ ਵਾਓ ਵੈਲ ਰੇਜ਼ਡ ਕਿਡ, ਬੜਾ ਵਧੀਆ ਪਾਲਿਆ ਬੱਚਾ ਬਈ, ਇਹ ਕਿਸੇ ਨੇ ਵਧੀਆ ਪਾਲਿਆ। ਅੱਛਾ ਕ੍ਰੈਡਿਟ ਕਿਹਨੂੰ ਮਿਲ ਰਿਹਾ? ਪਾਲਣ ਵਾਲਿਆਂ ਨੂੰ ਕ੍ਰੈਡਿਟ, ਬੱਚੇ ਉਹ ਕਹਿੰਦੇ ਬੱਚੇ ਨੂੰ ਕੀ ਦੇਣਾ ਕ੍ਰੈਡਿਟ, ਇਹ ਤਾਂ ਪਰਿਵਾਰ ਵਿੱਚ ਪਲਿਆ, ਪਰਿਵਾਰ ਨੂੰ ਦਿਓ ਕ੍ਰੈਡਿਟ, ਪਰਿਵਾਰ ਦੀ ਖਾਸੀਅਤ ਹੈ। ਪਰ ਪਰਿਵਾਰ ਉਹਨੂੰ ਪਤਾ ਹੋਏ, ਉਹਨੂੰ ਤਰੀਕੇ ਦਾ ਪਤਾ ਹੋਏ, ਬਾਬਾ ਜੀ ਸਿਖਾਉਂਦੇ ਤਰੀਕਾ, ਬਾਬਾ ਜੀ ਕਹਿੰਦੇ ਹਾਂ ਮਿੱਠਤ ਨੀਵੀਂ ਨਾਨਕਾ, ਨੀਵੀਂ ਨਾਨਕਾ ਨਿਮ ਜਾ ਲਿਵ ਜਾ, ਬਸ ਚੁੱਕ ਜਾ, ਆਹ ਜਿਹੜਾ ਭਾਵ ਆ। ਅਤੇ ਇਹ ਫਿਰ ਬੇਨਤੀ ਕਰ ਦੇਣਾ, ਵਿਖਾਵੇ 'ਚੋਂ ਨਹੀਂ ਜੇ ਆਉਣਾ ਕਦੇ ਵੀ, ਇਹਦੇ ਤੁਹਾਨੂੰ ਆਪ ਅਡੋਪਟ ਕਰਨਾ ਪੈਣਾ। ਇਸੇ ਕਰਕੇ ਲੋਕ ਕਈ ਵਾਰੀ ਕਹਿੰਦੇ ਨਾਮ ਜਪਣ ਦਾ ਕੀ ਫਾਇਦਾ, ਆਹੀ ਫਾਇਦਾ, ਨਾਮ ਜਪ, ਬੈਠ ਵਾਰ ਵਾਰ ਦੁਹਰਾ, ਆਪਣੇ ਆਪ ਨਾਲ ਗੱਲ ਕਰ, ਨਾਮ ਗੱਲ ਕਿਹਦੇ ਨਾਲ ਕਰਨੀ, ਆਪਣੇ ਆਪ ਨਾਲ ਗੱਲ ਕਰ ਰਿਹਾ, ਬਾਣੀ ਪੜ ਆਪਣੇ ਆਪ ਨੂੰ, ਦੱਸ ਵਾਰ ਵਾਰ ਉਹ ਮਨਾ ਕਿੱਥੇ ਜਾ ਰਿਹਾ ਤੂੰ, ਆਹ ਆਹ ਤੇਰਾ ਰਾਹ ਨਿਗਾਹ ਰਾਹ ਹੈ ਤੇਰਾ, ਆਹ ਸ਼ਬਦ ਹੈ ਗੁਰੂ ਰਾਮਦਾਸ ਮਹਾਰਾਜ ਦਾ। ਮਹਾਰਾਜ ਬਿਆਨ ਕਰਦੇ ਹਰ ਹਿਰਦਾ ਜਪ ਨਾਮ ਮੁਰਾਰੀ, ਕਿਰਪਾ ਕਿਰਪਾ ਕਰ ਜਗਤ ਪਿਤ ਸਵਾਮੀ, ਤਰਸ ਤਰਸ ਕਰ ਜਗਤ ਦੇ ਪਿਤਾ, ਕਿਰਪਾ ਕਿਰਪਾ ਦੇ ਘਰ ਵਿੱਚ ਆ, ਕੀ ਕਰ ਹਮ ਦਾਸਨ ਦਾਸ ਕੀਜੈ ਪਨਿਹਾਰੀ, ਮੈਨੂੰ ਦਾਸਾਂ ਦੇ ਦਾਸ ਬਣਾ ਦੇ, ਪਨਿਹਾਰੀ ਪਾਣੀ ਭਰਨ ਵਾਲਾ ਬਣਾ ਦੇ, ਚੰਗੇਰਿਆਂ ਦੀ ਸੋਭਤ ਬਿਠਾ ਮੈਨੂੰ, ਮੈਂ ਹਲੀਮੀ ਅਤੇ ਨਿਮਰਤਾ ਦੀਆਂ ਪੌੜੀਆਂ ਚੜ੍ਹਾਂ, ਮੈਂ ਆਪਣੇ ਆਪ ਨੂੰ ਇਸ ਰੂਪ ਦੇ ਵਿੱਚ ਉਸਰਦਾ ਹੋਇਆ ਵੇਖਾਂ ਮਹਾਰਾਜ, ਇਹ ਤਰਸ ਕਰ ਮੇਰੇ ਉੱਤੇ, ਰਹਾ ਉਹਦਾ ਬੰਦੇ। ਸ਼ੁਰੂਆਤੀ ਪਦੇ 'ਤੇ ਆ ਜਾਈਏ, ਤੇ ਸਾਧੂ ਹਰ ਮੇਲੋ ਸਵਾਮੀ, ਜਿਨ ਜਪਿਆਂ ਗਤ ਹੋਏ ਹਮਾਰੀ, ਤੇ ਸਾਧੂ ਹਰ ਮੇਲੋ ਸਵਾਮੀ, ਬਿਲਕੁਲ ਹਰ ਚੀਜ਼ ਤੁਹਾਡੇ ਘਰ ਦੇ ਵਿੱਚ ਵਾਰ ਵਾਰ ਰਿਪੀਟ ਹੋ ਰਹੀ ਹੈ ਅਤੇ ਰਿਫਲੈਕਟ ਕਰ ਰਹੀ, ਤੁਸੀਂ ਧਿਆਨ ਮਾਰੋਗੇ ਅਤੇ ਆਪਾਂ ਅਰਦਾਸ ਕਰਨੀ ਥੋੜ੍ਹੀ ਦੇਰ ਬਾਅਦ, ਅਤੇ ਅਰਦਾਸ ਦੇ 'ਚ ਅਸੀਂ ਆਹ ਚੀਜ਼ ਦੁਹਰਾਉਣੀ ਹੈ, ਸਹੀ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਹੁਣ ਫਿਰ ਬਚਨ ਦੇਖਿਆ ਜੇ, ਤੇ ਸਾਧੂ ਹਰ ਮੇਲੋ ਸਵਾਮੀ, ਉਹ ਸਾਧੂ ਜਨਮ ਲਾ, ਸਾਧੂ ਸਾਧ, ਇਹ ਲਫ਼ਜ਼ ਵੀ ਬੜਾ ਭਾਵਪੂਰਨ ਹੈ,
ਬੰਦਾ ਬੰਦਾ ਆਲੇ ਦੁਆਲੇ ਨੂੰ ਸੁਧਾਰਨ 'ਤੇ ਲੱਗਾ ਆ। ਸਾਧੂ ਉਹ ਹੈ ਜਿਹੜਾ ਆਪਣੇ ਆਪ ਨੂੰ ਸੋਧਦਾ ਹੈ, ਆਪਣੇ ਆਪ ਦਾ ਸਾਧਕ ਬਣਦਾ ਹੈ, ਉਹ ਸਾਧੂ ਹੈ ਜਿਹਨੇ ਆਪਣੇ ਆਪ ਨੂੰ ਸੁਧਾਰ ਲਿਆ। ਸਾਧੂ ਉਹ ਹੈ, ਉਹ ਮਲਾਹ ਜਿਹੜਾ ਆਪਣੇ ਆਪ ਨੂੰ ਸਾਧਣ 'ਤੇ ਲੱਗਾ, ਸੁਧਾਰਨ 'ਤੇ ਲੱਗਾ ਹੈ, ਤਾਂ ਕਿ ਉਹਨੂੰ ਵੇਖ ਕੇ ਮੈਂ ਵੀ ਸੁਧਰ ਸਕਾਂ, ਮੈਂ ਵੀ ਸਾਧ ਸਕਾਂ। ਮੈਨੂੰ ਇਹ ਲੱਗਦਾ ਮੈਨੂੰ ਛੱਡ ਕੇ ਬਾਕੀ ਸਾਰਿਆਂ ਦੀ ਪ੍ਰੋਬਲਮ ਹੈ, ਜੇ ਠੀਕ ਕਰਨਾ ਬਾਕੀ ਸਾਰਿਆਂ ਨੂੰ ਕਰੋ। ਮੈਂ ਟੁੱਕ ਮਾਤਰ ਸੋਰੀ ਫਰ ਦੈਟ, ਕਾਉਂਸਲਿੰਗ ਕਰ ਕਰਕੇ ਉਹ ਸਾਡਾ ਕਾਉਂਸਲਰ ਸਾਡੇ ਅੰਦਰ ਬੋਲਣ ਲੱਗ ਜਾਂਦਾ ਥੋੜ੍ਹੀ ਥੋੜ੍ਹੀ ਦੇਰ ਬਾਅਦ। ਕੁਛ ਹੁੰਦਾ ਇਹ ਸਾਡੇ ਕੋਲ ਨਾ ਮਾਪੇ ਬੱਚੇ ਲੈ ਕੇ ਆਉਂਦੇ, ਖਾਸ ਕਰਕੇ ਜਦੋਂ ਬੱਚੇ 12-13-14 ਸਾਲ ਦੀ ਉਮਰ 'ਚ ਆਉਂਦੇ, ਟੀਨ ਏਜ ਦੇ 'ਚ ਵੱਡੀ ਟਰਬਲ ਕ੍ਰੀਏਟ ਹੁੰਦੀ ਘਰਾਂ ਥਾਵਾਂ ਦੇ 'ਚ, ਵੱਡਾ ਮਸਲਾ ਖੜਾ ਹੋ ਜਾਂਦਾ। ਅਤੇ ਸਾਨੂੰ ਆ ਕੇ ਮੋਸਟਲੀ ਮਾਪੇ ਕਹਿੰਦੇ ਭਾਈ ਸਾਹਿਬ ਇਹਦੀ ਕਲਾਸ ਲਾਓ, ਇਹਨੂੰ ਠੀਕ ਕਰੋ। ਅੱਛਾ, ਬੀਂਗ ਏ ਕਾਉਂਸਲਰ, ਮੈਂ ਕਹਿੰਦਾ ਅੱਛਾ ਤੁਹਾਨੂੰ ਖਿਆਲ ਕਿਵੇਂ ਆਇਆ ਵੀ ਇਹਦੀ ਕਲਾਸ ਲਾਉਣੀ ਪੈਣੀ ਹੈ, ਇਹਨੂੰ ਠੀਕ ਕਰਨਾ ਪੈਣਾ, ਠੀਕ ਕਰਨਾ ਪੈਣਾ ਭਾਈ ਸਾਹਿਬ, ਆਹ ਵੀ ਗਲਤ ਹੈ, ਆਹ ਵੀ ਗਲਤ ਹੈ, ਆਹ ਵੀ ਗਲਤ ਹੈ, 5-7-10 ਕਮੀਆਂ ਦੱਸੀਆਂ। ਮੈਂ ਕਿਹਾ ਠੀਕ ਹੈ, ਇਸ ਤਰ੍ਹਾਂ ਆ ਕਿ ਇਹਦੇ ਨਾਲ ਗੱਲ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕਰਨੀ ਪੈਣੀ, ਤੁਹਾਨੂੰ ਕਾਉਂਸਲਿੰਗ ਕਰਾਉਣੀ ਪੈਣੀ ਹੈ ਆਪਣੀ, ਤੁਹਾਨੂੰ ਐਟਲੀਸਟ 5-7 ਸੈਸ਼ਨ ਲੈਣੇ ਪੈਣੇ। ਉਹ ਭਾਈ ਸਾਹਿਬ ਕਿਹੜੀਆਂ ਗੱਲਾਂ ਕਰੀ ਜਾਂਦੇ ਹੋ, ਤੁਹਾਨੂੰ ਕਿਹਾ ਇਹਦੇ ਨਾਲ ਗੱਲ ਕਰੋ, ਇਹਦੀ ਪ੍ਰੋਬਲਮ ਆ, ਸਾਡੀ ਤਾਂ ਹੋਰ ਪ੍ਰੋਬਲਮ ਹੀ ਕੋਈ ਨਹੀਂ, ਅਸੀਂ ਸਾਰੇ ਸੁਧਰੇ ਹਾਂ, ਆਹ ਸੁਧਾਰਨ ਵਾਲਾ, ਆਹੀ ਪ੍ਰੋਬਲਮ। ਮੈਨੂੰ ਲੱਗਦਾ ਮੈਂ ਠੀਕ ਹਾਂ ਬਿਲਕੁਲ, ਆ ਬਾਕੀ ਸਾਰਿਆਂ 'ਚ ਪ੍ਰੋਬਲਮ ਹੈ। ਬਾਪੂ ਕਹਿੰਦਾ ਹਲੇ ਬਾਕੀ ਸਾਰੇ ਠੀਕ ਨੇ, ਤੇਰੇ 'ਚ ਪ੍ਰੋਬਲਮ ਹੈ। ਸਾਧੂ ਤੈਨੂੰ ਬਣਾਉਣਾ ਹੈ, ਅਤੇ ਤੈਨੂੰ ਸਾਧੂ ਬਣਾਉਣ ਵਾਸਤੇ ਤੈਨੂੰ ਸਾਧੂ ਚਾਹੀਦਾ ਜਿਹੜਾ ਆਪ ਸਾਧਿਆ ਹੋਵੇ, ਜਿਹਨੇ ਆਪਣਾ ਜੀਵਨ ਸਾਧ ਲਿਆ ਹੋਵੇ, ਸਾਧਕ ਹੋਵੇ, ਗੁਰੂ ਸਾਧੂ ਹੈ ਸਾਡੇ ਵਾਸਤੇ। ਜਿਹਨੂੰ ਅਸੀਂ ਬਚਨ ਪੜ੍ਹਦੇ ਨੇ, ਮੰਨੈ ਤਰੈ ਤਾਰੈ ਗੁਰਸਿੱਖ, ਗੁਰੂ ਨੇ ਕਰਤਾਰ ਦੇ ਹੁਕਮ ਨੂੰ ਮੰਨਿਆ, ਹੁਕਮ ਰਜ਼ਾਈ ਚੱਲਣਾ, ਉਹ ਮੰਨਣ ਕਰਕੇ ਤਰ ਗਿਆ। ਜੇ ਤੂੰ ਤਰਨਾ ਆ, ਤੈਨੂੰ ਉਹ ਗੁਰੂ ਚਾਹੀਦਾ ਜਿਹੜਾ ਤੈਨੂੰ ਸਿਖਾ ਸਕੇ, ਆਸ ਤਰੀਕੇ ਨਾਲ ਤਰਿਆ ਜਾ ਸਕਦਾ। ਮੰਨੈ ਤਰੈ ਤਾਰੇ ਗੁਰਸਿੱਖ, ਤਾਂ ਜਾ ਕੇ ਇਹ ਚੀਜ਼ ਬਣ ਸਕੇਗੀ। ਬਚਨ ਆਇਆ, ਤੇ ਸਾਧੂ ਹਰ ਮੇਲੋ ਸਵਾਮੀ, ਜਿਨ ਜਪਿਆਂ ਗਤ ਹੋਏ ਹਮਾਰੀ, ਜਿਹਨੂੰ ਜਪਾਂ ਅਰਾਧਾਂ ਮੇਰੀ ਗਤ ਹੋ ਜਾਏ, ਗਤੀ ਹੋ ਜਾਣੀ, ਮੁਕਤੀ ਹੋ ਜਾਣੀ, ਸੈਲਵੇਸ਼ਨ ਜਿਹਨੂੰ ਕਹਿੰਦੇ ਅਸੀਂ। ਗਤ ਔਖੀ ਹੈ, ਬੰਦੇ ਦੀ ਗਤ ਹੋਣੀ ਬੜੀ ਹਾਰਡ ਆ। ਕਈ ਵਾਰੀ ਬੰਦਾ ਕਹਿੰਦਾ ਬੰਦਾ ਪਤਾ ਨਹੀਂ ਇਸ ਜੀਵਨ 'ਚ ਮੁਕਤੀ ਹੋ ਜਾਏਗੀ, ਮਹਾਰਾਜ ਮੁਕਤੀ ਤਾਂ ਹੁਣ ਵੀ ਹੋ ਸਕਦੀ ਹੈ, ਪਰ ਇਹਦੇ ਲਈ ਤੈਨੂੰ ਉਹ ਜਪਣਾ ਆਰਾਧਨਾ ਪੈਣਾ, ਅਤੇ ਜਪਣਾ ਆਰਾਧਨਾ ਹੀ ਸਾਡੀ ਸਰੋਤ ਵਿੱਚ ਲਗਾਤਾਰ ਉਕਰੇਗਾ, ਤਾਂ ਜਾ ਕੇ ਬਾਤ ਬਣੇਗੀ। ਅਗਲਾ ਵਾਕ ਲਿਖਿਆ ਮਹਾਰਾਜ ਕਹਿੰਦੇ, ਤਿਨਕਾ ਦਰਸ ਦੇਖ ਮਨ ਬਿਕਸੈ, ਖਿਨ ਖਿਨ ਤਿਨ ਕੋ ਹੋਂ ਬਲਿਹਾਰੇ। ਤਿਨਕਾ ਦਰਸ ਦੇਖ ਮਨ ਬਿਕਸੈ, ਕਿਸੇ ਦਾ ਦਰਸ਼ਨ ਹੋਇਆ, ਕਿਸੇ ਦੇ ਦੀਦਾਰ ਹੋਏ, ਮਨ 'ਚ ਵਿਗਾਸ ਆ ਗਿਆ, ਖੇੜਾ ਆ ਗਿਆ। ਸੰਗਤ ਇਸ ਤਰ੍ਹਾਂ ਹੀ ਹੁੰਦੀ ਹੈ, ਤੁਸੀਂ ਨਾ ਘਰਾਂ ਥਾਵਾਂ 'ਤੇ ਦੇਖਿਆ ਹੋਏਗਾ, ਸੋਰੀ ਫੋਰ ਦੈਟ, ਇੰਡੀਆ ਪੋਸੀਬਿਲਿਟੀ ਘੱਟ ਹੁੰਦੀ ਸੀ ਕਿਉਂਕਿ ਕਿਤੇ ਸਾਧਨ ਸੰਸਾਧਨਾਂ ਦੀ ਕਮੀ ਸੀ, ਘਰਾਂ ਥਾਵਾਂ 'ਚ ਉਸ ਕੋਲ ਜਿਹਾ ਸਾਧਨ ਨਹੀਂ ਸੀਗੇ। ਇੱਥੇ ਜ਼ਿਆਦਾਤਰ ਨਾ ਆਪ ਦੇਖਿਆ ਹੋਏਗਾ, ਵਡੇਰੇ ਮੈਨੂੰ ਕਹਿਣਗੇ ਬੱਚੇ ਕਮਰਿਆਂ 'ਚੋਂ ਬਾਹਰ ਨਹੀਂ ਨਿਕਲਦੇ ਜੀ, ਅੰਦਰ ਹੀ ਬੈਠੇ ਰਹਿੰਦੇ ਨੇ, ਕੋਈ ਬਾਹਰ ਆਉਂਦਾ ਹੀ ਨਹੀਂ। ਕਿਉਂ ਨਹੀਂ ਆਉਂਦਾ? ਕਾਰਨ ਪਤਾ ਕੀ ਹੈ? ਸੀ ਉਹ ਦੇਖਣਾ ਨਹੀਂ ਚਾਹੁੰਦੇ ਇੱਕ ਦੂਜੇ ਨੂੰ, ਤੁਹਾਨੂੰ ਨਹੀਂ ਦੇਖਣਾ ਚਾਹੁੰਦੇ। ਸੋਰੀ, ਬੜੀ ਹਾਰਡ ਕਰ ਦੀ ਗੱਲ ਹੈ ਪਰ ਸੱਚ, ਕਿਉਂਕਿ ਉਹਨਾਂ ਨੂੰ ਦੇਖ ਕੇ ਖੁਸ਼ੀ ਨਹੀਂ ਮਿਲਦੀ, ਚਾਹ ਨਹੀਂ ਚੜ੍ਹਦਾ। ਜੇ ਖੁਸ਼ੀ ਮਿਲੇ, ਚਾਹ ਚੜ੍ਹੇ, ਉਹ ਅੰਦਰ ਕਮਰੇ ਜਾਣ ਹੀ ਨਾ, ਉਹ ਤੁਹਾਡੇ ਕੋਲ ਬਹਿਣ। ਇੱਥੋਂ ਪਤਾ ਲੱਗਦਾ ਹੈ ਸੰਗਤ ਜਿਹੜੀ ਹੈ ਇਹ ਤਾਂ ਹੀ ਪੋਸੀਬਲ ਹੈ ਜਿਹਨੂੰ ਮਿਲਣ ਨੂੰ ਚਾਹ ਕਰੇ, ਦੌੜੋਗੇ ਜਾ ਕੇ ਮਿਲਾਂ, ਚਾਹ ਚੜ੍ਹੇਗਾ।
ਬਾਬਾ ਜੀ ਨੇ ਬਿਆਨ ਕੀਤਾ, ਕਿਆ ਤਿਨਕਾ ਦਰਸ ਦੇਖ ਮਨ ਵਿਕਸ ਹੈ, ਉਹਦਾ ਦਰਸ਼ਨ ਕਰਦਿਆਂ ਮਨ ਵਿਕਸ ਜਾਂਦਾ, ਮਨ ਖੇੜੇ 'ਚ ਆ ਜਾਂਦਾ, ਉਹਦੇ ਦਰਸ਼ਨ ਤੋਂ ਕਿਵੇਂ ਦੂਰ ਜਾ ਸਕਦਾ। ਜਿਵੇਂ ਜਿਵੇਂ ਗੁਣ ਪ੍ਰਫੁੱਲਤ ਹੁੰਦੇ ਨੇ ਅਤੇ ਹੁੰਦੀਆਂ ਨੇ ਚੀਜ਼ਾਂ, ਇੱਥੇ ਇਹ ਐਸਾ ਨਹੀਂ ਕਿ ਸਾਰਾ ਆਵਾ ਹੀ ਉੱਤ ਜਾਂਦਾ। ਮੈਂ ਦੇਖੇ ਨੇ ਐਸੇ ਪਰਿਵਾਰ, ਐਸੇ ਲੋਕ, ਬੱਚਿਆਂ ਨੂੰ ਮਾਪੇ ਇਹ ਜ਼ੋਰ ਫੋਰਸਫੁਲੀ ਕਹਿੰਦੇ ਵੀ ਤੁਸੀਂ ਆਪਣਾ ਕੋਈ ਕੰਮ ਕਾਰ ਕਰੋ, ਆਪਣੇ ਥਾਂ 'ਤੇ ਜਾ ਕੇ ਬੈਠੋ, ਤੁਸੀਂ ਸਾਡੇ ਨਾਲ ਹੀ ਬੈਠੇ ਰਹਿਣਾ ਇੱਥੇ। ਦਾਦਾ ਦਾਦੀ ਕੋਲ ਬੱਚੇ, ਉਹ ਕਹਿਣਗੇ ਨੋ ਨੋ ਪੁੱਤ, ਹੁਣ ਤੂੰ ਇੱਕ ਕੰਮ ਕਰ, ਤੂੰ ਨਾ ਮੈਂ ਕੋਈ ਜ਼ਰੂਰੀ ਕਾਲ ਕਰਨੀ, ਮੈਨੂੰ ਹੁਣ ਤੁਹਾਡੇ ਲਈ ਮੇਰਾ ਖੇੜਾ ਛੱਡ ਦੇ ਮੈਂ। ਉਹ ਕਹਿੰਦੇ ਨੋ, ਆਈ ਐਮ ਨੋਟ ਗੋਇੰਗ ਟੂ ਲੀਵ ਯੂ ਗ੍ਰੈਂਡਪਾ। ਇਹ ਕੀ ਹੋਇਆ? ਇਹ ਮਤਲਬ ਇਹ ਚੀਜ਼ਾਂ ਜਿਹੜੀਆਂ ਨੇ, ਇਹ ਵੀ ਕਰਤਾਰੀ ਖੇਡ ਹੈ ਨਾ। ਕੁਛ ਤਾਂ ਐਸਾ ਹੈ ਮਿਕਨਾਤਿਸ, ਜੇ ਕੁਛ ਤਾਂ ਐਸਾ ਹੈ ਕਸ਼ਿਸ਼ ਵਾਲਾ, ਐਗਜੈਕਟਲੀ ਇਹਨੂੰ ਵੇਨੇ ਆ। ਫਿਰ ਉਹੀ ਬੱਚੇ ਜਿਹੜੇ ਕਹਿੰਦੇ ਸਾਡੇ ਗੱਲ ਸਾਡੇ ਤੋਂ ਦਿਸਦੇ ਹੀ ਨਹੀਂ, ਸਾਨੂੰ 3-3 ਮਹੀਨੇ ਬੱਚਾ ਸਾਡੀ ਸ਼ਕਲ ਨਹੀਂ ਵਹਿੰਦਾ, ਉਹੀ ਆਪਣੇ ਦੋਸਤਾਂ ਤੋਂ ਬਿਨਾਂ ਇੱਕ ਮਿੰਟ ਨਹੀਂ ਰਹਿੰਦਾ, ਜਾ ਕੇ ਦੇਖੋ ਤੁਸੀਂ। ਇਹ ਜਿਹੜੀ ਚੀਜ਼ ਆ, ਇਹ ਫਿਰ ਬੇਨਤੀ ਕਰਾਂਗਾ, ਇਹ ਸਿਮਰਨ ਹੈ, ਇਹ ਜਪ ਹੈ, ਇਹ ਘਰਾਂ ਥਾਵਾਂ 'ਚ ਬੰਦਗੀ ਹੈ, ਇਹ ਅਸੀਂ ਲਗਾਤਾਰ ਆਪਣੇ ਆਪ ਨਾਲ ਅਪਣਾਉਣੀ ਅਤੇ ਜੀਣੀ ਹੈ। ਬਾਬਾ ਜੀ ਨੇ ਬਾਤ ਕੀਤੀ, ਤਿਨਕਾ ਦਰਸ ਦੇਖ ਮਨ ਵਿਕਸੈ, ਖਿਨ ਖਿਨ ਤਿਨਕੋ ਹੋਂ ਬਲਿਹਾਰੇ। ਜਿਨ੍ਹਾਂ ਨੇ ਕੋਈ ਐਸਾ ਜੀਵਨ ਅਪਣਾ ਲਿਆ ਨਾ, ਮੈਂ ਉਹਨਾਂ ਤੋਂ ਖਿਨ ਖਿਨ ਵਾਰ ਵਾਰ ਬਲਿਹਾਰ ਜਾਂਦਾ, ਕੁਰਬਾਨ ਜਾਂਦਾ ਵਾਂ। ਅਗਲਾ ਵਚਨ ਹੈ, ਤਿੰਨ ਪਤ ਉਤਮ ਜਿਨ ਹਿਰਦੈ ਵਸਿਆ ਬਨਵਾਰੀ। ਇੱਕ ਨਾਂ ਹੋਰ ਵਾਹਿਗੁਰੂ ਦਾ ਆ ਗਿਆ, ਪਹਿਲਾਂ ਮੁਰਾਰੀ ਆਇਆ, ਹੁਣ ਬਨਵਾਰੀ ਆ ਗਿਆ। ਬਨਵਾਰੀ ਜਿਹਦੇ ਕਰਕੇ ਸਾਰਾ ਬਨ ਬਨਸਪਤ ਹਰਿਆਵਲ ਮਾਰ ਰਹੀ ਹੈ। ਤਿੰਨ ਪਤ ਉਤਮ ਉੱਤਮ ਕਹਿੰਦੇ ਸੁਪੀਰੀਅਰ ਨੂੰ, ਚੰਗੇ ਨੂੰ। ਮੋਸਟਲੀ ਅਸੀਂ ਅਵਾਰਡ ਕਹਿੰਦੇ ਹਾਂ, ਉਹ ਇਹਦੀ ਮਤ ਮਾਰੀ ਗਈ ਹੈ, ਇਹਦੀ ਮਤ ਹੀਣੀ ਹੈ, ਇਹਦੀ ਮਤ ਜਿਹੜੀ ਹੈ ਇਹ ਮਾੜੀ ਹੈ, ਮਲੀਨ ਮਤ ਹੈ। ਮਤ ਦੇ ਬਾਬਤ ਇਹ ਲਫਜ਼ ਯੂਜ਼ ਕੀਤੇ ਜਾਂਦੇ। ਅੱਛਾ, ਜੇ ਮਤ ਮਲੀਨ ਨਹੀਂ, ਮਤ ਮੱਧਮ ਨਹੀਂ, ਤਾਂ ਫਿਰ ਮਤ ਕਿਹੜੀ ਹੋਏਗੀ? ਉੱਤਮ। ਉੱਤਮ ਮਤ, ਇਹਦਾ ਪਤਾ ਕਿਵੇਂ ਲੱਗੇਗਾ? ਜਦੋਂ ਪਤ ਉੱਤਮ ਹੋਏਗੀ, ਪਤ ਉੱਤਮ ਇੱਜ਼ਤ। ਫਿਰ ਬੇਨਤੀ ਕਰਾਂਗਾ, ਦਾਸ ਹੋਣਾ, ਨਿਮਰਤਾ 'ਚ ਆ ਜਾਣਾ, ਆਪਣੇ ਆਪ ਨੂੰ ਹਲੀਮੀ 'ਚ ਆ ਜਾਣਾ, ਇਹਦਾ ਮਤਲਬ ਇਹ ਨਹੀਂ ਹੈ ਤੁਹਾਡੀ ਇੱਜ਼ਤ ਗਵਾਚ ਜਾਏਗੀ। ਅਸੀਂ ਜਿਹੜਾ ਸ਼ਬਦ ਜਿਹੜੇ ਵਿਚਾਰ ਲੱਗੇ, ਕਿਤੇ ਪੂਰਾ ਵਿਚਾਰ ਦੇਣ, ਟੁੱਕ ਮਤ ਲਈ ਬਿਆਨ ਕਰਨਾ, ਉਹ 'ਚ ਗਿਆ ਮਹਾਰਾਜ ਬਿਆਨ ਕਰਦੇ, ਸਭ ਕੋ ਨਿਵੇਂ ਆਪ ਉੱਪਰ ਕੋ ਨਿਵੇਂ ਨਾ ਕੋਏ, ਧਰ ਤਰਾਜੂ ਤੋਲੀਏ ਨਿਵੇਂ ਸੋ ਗੌਰਾ ਹੋਏ। ਤੱਕੜੀ 'ਤੇ ਧਰ ਕੇ ਦੇਖੋ, ਜਿਹੜਾ ਭਾਰਾ ਆ ਉਹ ਕੀ ਹੋਏਗਾ? ਨੀਵਾਂ ਹੋਏਗਾ। ਜਿਹਦੇ ਵਿੱਚ ਕੁਝ ਤਾਪ ਆ ਉਹੀ ਨੀਵਾਂ ਹੋਏਗਾ, ਜਿਹਦੇ 'ਚ ਕੋਈ ਚੀਜ਼ ਆ ਉਹ ਨੀਵਾਂ ਹੋਏਗਾ, ਅਤੇ ਉਹਨੂੰ ਉਹਦੀ ਤਾਂ ਇੱਜ਼ਤ ਹੋਏਗੀ, ਮਾਣ ਹੋਏਗਾ, ਅਤੇ ਮਾਣ ਵੀ ਸਹੀ ਰੂਪ 'ਚ ਹੋਏਗਾ, ਵਿਖਾਵੇ ਦਾ ਨਹੀਂ ਹੋਏਗਾ, ਉੱਤਮ ਪਤ ਹੋਏਗੀ ਉਹਦੀ। ਉੱਤਮ ਮਤ ਹੀ ਉੱਤਮ ਪਤ ਬਣਾਉਂਦੀ। ਬੰਦਾ ਕਹਿੰਦਾ ਪਤ ਉੱਤਮ ਹੋਏ, ਮੈਨੂੰ ਸਾਰਿਆਂ ਤੋਂ ਵੱਧ ਇੱਜ਼ਤ ਮਿਲੇ, ਮਾਣ ਮਿਲੇ। ਹੋਏ ਭਲਿਆ, ਇੱਜ਼ਤ ਮਾਣ ਕਮਾਉਣਾ ਪੈਂਦਾ ਆ। ਕਿਉਂ? ਕਿਉਂਕਿ ਇਹ ਮਤ ਵਿੱਚੋਂ ਨਿਕਲਦਾ ਆ। ਗੁਰੂ ਬਾਬਾ ਜੀ ਕਹਿੰਦੇ, ਤਿੰਨ ਮਤ ਉੱਤਮ, ਤਿੰਨ ਪਤ ਉੱਤਮ ਜਿਨ ਹਿਰਦੈ ਵਸਿਆ ਬਨਵਾਰੀ। ਜਿਹਦੇ ਹਿਰਦੇ 'ਚ ਬਨਵਾਰੀ ਵਸ ਗਿਆ। ਬਿਲਡਿੰਗ ਵਰਗੀ ਬਿਲਡਿੰਗ ਹੈ ਜੀ, ਆਹ ਵੀ ਬਿਲਡਿੰਗ ਹੈ, ਅਤੇ ਨਾਲ ਹੀ ਪਰਲੇ ਪਾਸੇ ਹੋਰ ਬਿਲਡਿੰਗ ਆ, ਅੱਗੇ ਜਾਓਗੇ ਅੱਗੇ ਬਿਲਡਿੰਗ ਹੈ ਜੀ। ਇਸ ਬਿਲਡਿੰਗ ਤੋਂ ਬਾਹਰ ਨਿਕਲਦੇ ਹਾਂ ਨਾ, ਸਿਰ ਝੁੱਕ ਜਾਂਦਾ ਹੈ। ਇਸ ਬਿਲਡਿੰਗ ਦੀਆਂ ਬਹਿਰੂਨਾਂ ਪੌੜੀਆਂ 'ਤੇ ਆ ਕੇ ਨਾ, ਬਰੂਹਾਂ 'ਤੇ ਆ ਕੇ ਐਵੇਂ ਹੱਥ ਲਾ ਕੇ ਮੱਥੇ ਮਿਲਾ ਲੈਂਦੇ ਹੋ। ਬਿਲਡਿੰਗ ਵਰਗੀ ਬਿਲਡਿੰਗ ਹੈ। ਕਿਉਂ? ਕਿਉਂਕਿ ਸ਼ਬਦ ਪ੍ਰਕਾਸ਼ ਦੁਨੀਆਂ ਦਾ ਸਭ ਤੋਂ ਸੁਪੀਰੀਅਰ ਗਿਆਨ ਪ੍ਰਕਾਸ਼ਿਤ ਹੋਇਆ। ਜਿੱਦਣ ਸੁਰਤ 'ਚ ਕੋਈ ਚੰਗੀ ਚੀਜ਼ ਪ੍ਰਕਾਸ਼ ਕਰ ਗਈ ਨਾ, ਉਦਣ ਆ ਇਹ ਵੀ ਬਿਲਡਿੰਗ ਸਤਿਕਾਰੀ ਜਾਏਗੀ। ਇਹ ਬਿਲਡਿੰਗ ਤਿਰਸਕਾਰੀ ਜਾ ਰਹੀ ਹੈ। ਕਿਉਂ? ਕਿਉਂਕਿ ਇਸ ਬਿਲਡਿੰਗ ਦੇ ਵਿੱਚ ਜੋ ਪਿਆ ਆ
ਉਹ ਸੋਭ ਨਹੀਂ ਕਨੇਗਾ, ਮਤ ਨਹੀਂ ਗੀ ਠੀਕ। ਸਾਰਾ ਜਪ ਤਪ ਸੰਜਮ ਇਸ ਮਤ ਨੂੰ ਬਦਲਣ ਵਾਸਤੇ ਹੈ। ਮਹਾਰਾਜ ਬਿਆਨ ਕਰਦੇ, ਤਿੰਨ ਮਤ ਉੱਤਮ ਤਿੰਨ ਪਤ ਉੱਤਮ, ਜਿਨ ਹਿਰਦੇ ਵਸਿਆ ਬਨਵਾਰੀ, ਜਿਨ੍ਹਾਂ ਦੇ ਹਿਰਦੇ 'ਚ ਬਨਵਾਰੀ ਆ ਵਸਿਆ ਉਹਨਾਂ ਦੀ ਬਾਤ ਹੋਈ। ਤਿੰਨ ਕੀ ਸੇਵਾ ਲਾਏ ਹਰ ਸਵਾਮੀ, ਤਿੰਨ ਸਿਮਰਤ ਗਤ ਹੋਏ ਹਮਾਰੀ। ਜਿਨ੍ਹਾਂ ਨੇ ਆਪਣੇ ਆਪ ਨੂੰ ਦਾਸਨ ਦਾਸ ਬਣਾ ਲਿਆ, ਉਹਨਾਂ ਦੀ ਚਰਨੀ ਲੱਗੀਏ, ਉਹਨਾਂ ਦੀ ਸੰਗਤ ਕਰੀਏ। ਤਿੰਨ ਕੀ ਸੇਵਾ ਉਹਨਾਂ ਦੀ ਸੇਵਾ ਲਾਏ ਹਰ ਸਵਾਮੀ, ਸਾਨੂੰ ਇਹ ਸਵਾਮੀ ਉਹਨਾਂ ਦੀ ਸੇਵਾ ਲਾ ਦੇ, ਉਹਨਾਂ ਦੀ ਸੇਵਾ ਕੀ ਕਰਾਂਗੇ। ਦੇਖੋ ਵਿਅਕਤੀ ਪੂਜਾ ਨਹੀਂ ਹੁੰਦੀ, ਸਿੱਖੀ ਆਸ਼ਿਸ਼ ਤਾਂ ਬਿਲਕੁਲ ਨਹੀਂ ਹੈ। ਇਹਦੇ 'ਚ ਤਾਂ ਇਹ ਹੈਗਾ ਗੁਣ ਦਾ ਪਰ ਬੰਦਾ ਜਿਹੜਾ ਹੈਗਾ ਅਦਬ ਕਰਦਾ ਹੈ, ਗੁਣਾਂ ਦੇ ਮਗਰ ਤੁਰਦਾ ਹੈ। ਅਤੇ ਜਦੋਂ ਤੁਸੀਂ ਗੁਣਾਂ ਦੇ ਮਗਰ ਤੁਰਦੇ ਹੋ ਤਾਂ ਫਿਰ ਉਹਨਾਂ ਦੀ ਸੰਗਤ ਉਹਨਾਂ ਦੀ ਸੋਭਤ ਤੁਹਾਨੂੰ ਸਵਾਮੀ ਤੱਕ ਪਹੁੰਚਾ ਦਿੰਦੀ ਹੈ। ਅਤੇ ਇਸ ਕਰਕੇ ਮਹਾਰਾਜ ਕਹਿੰਦੇ ਤਿੰਨ ਕੀ ਸੇਵਾ ਲਾਏ ਹਰ ਸਵਾਮੀ, ਤਿੰਨ ਸਿਮਰਤ ਗਤ ਹੋਏ ਹਮਾਰੀ। ਫਿਰ ਦੁਬਾਰਾ ਰੈਪੀਟੇਸ਼ਨ ਹੋਈ ਹੈ, ਗਤ ਗਤੀ ਹੋ ਜੇ, ਸੈਲਵੇਸ਼ਨ ਮੁਕਤੀ ਹੋ ਜੇ, ਜੀਵਨ ਦਾ ਪ੍ਰਸੰਗ ਪ੍ਰਸੰਗਿਕਤਾ ਜਿਹੜੀ ਸਿਗਨੀਫਿਕੇਸ਼ਨ ਹੈ ਜੀਵਨ ਦੀ ਉਹ ਬਦਲ ਜਾਏ, ਜ਼ਿੰਦਗੀ ਦਾ ਮਾਇਨਾ ਬਦਲ ਜਾਏ। ਜਿਨ ਐਸਾ ਸਤਿਗੁਰ ਸਾਧ ਨਾ ਪਾਇਆ ਤੇ ਹਰ ਦਰਗਹਿ ਕਾਢੇ ਮਾਰੀ। ਕਾਢੇ ਮਾਰੀ ਧੱਕੇ ਮਾਰ ਕੇ ਕੱਢ ਦੇਣਾ ਕਿਸੇ ਨੂੰ, ਕਿਹਾ ਗਿਆ ਰੱਬੀ ਦਰਗਾਹ ਤੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਇਹ ਮਤਲਬ ਕੋਈ ਕਿਸੇ ਨੂੰ ਕਹਿੰਦਾ ਤੇ ਸੋਰੀ ਫਾਰ ਦੈਟ। ਅਸੀਂ ਰੋਜ਼ ਇਹ ਚੀਜ਼ਾਂ ਸੁਣਦੇ ਹਾਂ, ਸਾਨੂੰ ਤਾਂ ਸਾਡੇ ਘਰੋਂ ਹੀ ਧੱਕੇ ਮਾਰ ਕੇ ਕੱਢ ਦਿੱਤਾ ਜੀ, ਸਾਨੂੰ ਤਾਂ ਕੋਈ ਚਾਹੁੰਦਾ ਹੀ ਨਹੀਂ ਜੀ। ਉਮਰ ਦੇ ਬੰਦੇ ਉਸ ਪੜਾਅ 'ਤੇ ਆ ਜਾਂਦੇ ਜਿੱਥੇ ਆ ਕੇ ਕਹਿੰਦੇ ਬਾ ਹੁਣ ਤਾਂ ਨਾ ਤੁਰ ਜਾਈਏ ਚੰਗਾ ਹੈ, ਕਿਉਂ ਬਾ ਜੀ ਧੱਕੇ ਖਾ ਰਹੇ ਨੇ, ਹੁਣ ਤਾਂ ਧੱਕੇ ਪੈ ਰਹੇ ਨੇ, ਕਹਿ ਰਹੇ ਨੇ ਨਿਕਲੋ। ਉਹ ਵੀ ਨੇ, ਇਹ ਜੀਵਨ ਹੀ ਹੈ। ਬਿਲਕੁਲ ਆਖਰੀ ਮਰਹਲੇ 'ਤੇ ਪੈਰ ਬਿਲਕੁਲ ਐਗਜ਼ਿਟ ਡੋਰ 'ਤੇ ਹੈ, ਕੋਈ ਫਿਰ ਪੈਰ ਫੜ ਲਿਆ, ਕਹਿੰਦੇ ਨਾ ਅਜੇ ਕੀ ਜਾਣਾ, ਤੇਰੀ ਲੋੜ ਹੈ। ਇਹੀ ਗੱਲ ਹੈ, ਜਿਨ੍ਹਾਂ ਨੂੰ ਮਹਿਸੂਸ ਹੋਏ ਸਾਡੀ ਇੱਥੇ ਕੋਈ ਲੋੜ ਨਹੀਂ ਗੀ, ਫਿਰ ਵੀ ਕਿੱਥੇ ਲੋੜ ਹੈ ਤੁਹਾਡੀ। ਜਿੱਥੇ ਇੰਨੇ ਸਾਲ ਦਾ ਕੰਟਰੀਬਿਊਸ਼ਨ ਕਰਕੇ ਮਹਿਸੂਸ ਹੁੰਦਾ ਮੇਰੀ ਕੋਈ ਲੋੜ ਨਹੀਂ, ਫਿਰ ਜਾਣਾ ਕਿੱਥੇ। ਫਿਰ ਬੇਨਤੀ ਕਰਾਂਗਾ, ਇਸ਼ਾਰਾ ਦੇ ਦੇਣਾ ਥੋੜ੍ਹਾ ਜਿਹਾ, ਪੱਕੇ ਆਉਂਦੇ ਸਮੇਂ ਡਿਟੇਲ 'ਚ ਗੱਲ ਕਰਾਂਗਾ। ਬੜੇ ਦਾਨਿਸ਼ਮੰਦ ਦਾ ਬਚਨ ਹੈ, ਉਹ ਕਹਿੰਦਾ ਅਬ ਤੋਂ ਘਬਰਾ ਕੇ ਕਹਿਤੇ ਹੈ ਕਿ ਮਰ ਜਾਏਂਗੇ। ਸੁਸਾਈਡ ਰੇਟ ਬੜਾ ਹਾਈ ਹੈ ਅੱਜ ਦੀ ਦੁਨੀਆ 'ਚ, ਜਿੱਥੇ ਅਸੀਂ ਜ਼ਿਕਰ ਨਹੀਂ ਕਰਦੇ, ਕਈ ਵਾਰੀ ਸਾਰਾ ਡਾਟਾ ਸਾਡੇ ਕੋਲ ਹੁੰਦਾ ਸੀ, ਜਾਣ ਬੁੱਝ ਕੇ ਨਹੀਂ ਬਾਹਰ ਲਿਆਉਂਦੇ, ਡਰ ਪੈਦਾ ਹੁੰਦਾ ਲੋਕਾਂ 'ਚ। ਉਹ ਕਹਿੰਦਾ ਅਬ ਤੋਂ ਘਬਰਾ ਕੇ ਕਹਿਤੇ ਹੈ ਕਿ ਮਰ ਜਾਏਂਗੇ, ਮਰ ਕੇ ਵੀ ਚੈਨ ਨਾ ਮਿਲਾ ਤੋ ਕਹਾਂ ਜਾਏਂਗੇ। ਵੱਧ ਤੋਂ ਵੱਧ ਕੀ ਕਰੇਗਾ, ਸਰੀਰ ਮੁਕਾ ਦੇਗਾ, ਕਸੂਰ ਤਾਂ ਸਰੀਰ ਦਾ ਹੈ ਹੀ ਕੋਈ ਨਹੀਂ, ਕਸੂਰ ਤਾਂ ਕਿਸੇ ਹੋਰ ਚੀਜ਼ ਦਾ, ਉਹ ਤਾਂ ਮਨ ਦੀ ਦੁਨੀਆ ਆ, ਮਨ ਬੇਚੈਨ ਆ, ਮਨ ਦੀ ਸਾਰੀ ਅਲਾਮਤ ਆ। ਤੂੰ ਕਹਿੰਦਾ ਮੈਂ ਇਹਨੂੰ ਮੁਕਾ ਦੇਣਾ, ਇਹ ਮੁਕਾ ਕੇ ਜਾਏਗਾ ਕਿੱਥੇ, ਉਹ ਕੁਛ ਹੋਰ ਮੁਕਾਉਣਾ ਪੈਣਾ ਹੈ। ਇਹ ਮੁੱਕਣ ਤੋਂ ਪਹਿਲਾਂ ਮੁੱਕਣਾ ਚਾਹੀਦਾ, ਉਹ ਝੇੜੇ ਮੁੱਕਣੇ ਚਾਹੀਦੇ, ਉਹ ਝਗੜੇ ਮੁੱਕਣੇ ਚਾਹੀਦੇ, ਉਹ ਸਾਰੀ ਚੀਜ਼ ਮੁੱਕਣੀ ਚਾਹੀਦੀ ਜਿਹਦੇ ਕਰਕੇ ਇਹ ਸਾਰੀ ਅਲਾਮਤ ਸਿਰ 'ਚ ਪੈ ਗਈ ਹੈ। ਮਹਾਰਾਜ ਕਹਿੰਦੇ ਕਿਤੇ ਐਸਾ ਨਾ ਹੋਏ, ਵਾਹਿਗੁਰੂ ਕਦੀ ਇਸ ਤਰ੍ਹਾਂ ਨਾ ਕਰੇ। ਕਿਹਾ ਕਿ ਜਿਨ ਐਸਾ ਸਤਿਗੁਰ ਸਾਧ ਨਾ ਪਾਇਆ ਤੇ ਹਰ ਦਰਗਹਿ ਕਾਢੇ ਮਾਰੀ। ਕਿਤੇ ਰੱਬੀ ਦਰਗਾਹ ਵਿੱਚ ਜਾਣ ਤੇ ਉੱਥੋਂ ਵੀ ਧੱਕੇ ਮਾਰ ਕੇ ਨਿਕਲਣ, ਵੀ ਚੱਲ ਬਾਹਰ ਨਿਕਲ, ਤੈਨੂੰ ਦਰਗਾਹ 'ਚ ਕੋਈ ਥਾਂ ਨਹੀਂ ਗੀ। ਕਿਹਾ ਤੇ ਹਰ ਦਰਗਹਿ ਕਾਢੇ ਮਾਰੀ, ਤੇ ਨਿਰਨਿੰਦਕ ਸੋਭ ਨਾ ਪਾਵਾਂ। ਇਹੋ ਜਿਹੇ ਨਿੰਦਕ ਨਰ ਸੋਭ ਕਿੱਥੇ ਪਾਉਣਗੇ, ਕਿੱਥੋਂ ਸ਼ੋਭਾ ਮਿਲੇਗੀ, ਕਿੱਥੋਂ ਕੋਈ ਵਡਿਆਈ ਮਿਲੇਗੀ। ਤਿੰਨ ਨੱਕ ਕਾਟੇ ਸਿਰਜਣਹਾਰੇ, ਨੱਕ ਕਾਟੇ ਪੰਜਾਬੀ ਜੇ ਤੁਹਾਨੂੰ ਸਮਝ ਆਉਂਦੀ, ਨੱਕ ਕੱਟਣ,
ਨੱਕ ਵੱਢਿਆ ਜਾਣਾ, ਮਤਲਬ ਨੱਕ ਕਰਕੇ ਤੁਰਿਆ ਫਿਰਦਾ। ਲੋਕ ਮੋਸਟਲੀ ਕਹਿਣਗੇ ਉਹ ਮੈਂ ਤਾਂ ਇਹ ਕੰਮ ਨਾ ਕਰਾਂ, ਮੈਂ ਤਾਂ ਨੱਕ ਕਰਕੇ ਕਰ ਰਿਹਾ, ਜੇ ਨੱਕ ਹੀ ਵੱਢਿਆ ਗਿਆ ਤਾਂ। ਅੱਛਾ, ਸਿਰਜਣਹਾਰੀ ਜਿਹਨੇ ਸਿਰਜਿਆ ਸਭ ਕੁਛ, ਜਿਹਨੇ ਬਣਾਇਆ, ਉਹੀ ਨੱਕ ਵੱਢਦੇ ਤੇ ਤੂੰ ਵੱਢੇਗਾ ਨੱਕ ਕਿਉਂ ਨਹੀਂ ਵੱਢੇਗਾ? ਜਦੋਂ ਉਹਨੇ ਸਿਰਜਣਾ ਕੀਤੀ, ਮਨੁੱਖ ਬਣਾਇਆ, ਮੈਂ ਮਨੁੱਖ ਵਾਲਾ ਵਿਹਾਰ ਹੀ ਨਹੀਂ ਕਰਦਾ, ਅਕਲ ਦਿੱਤੀ, ਮੈਂ ਅਕਲ ਦਾ ਇਸਤੇਮਾਲ ਹੀ ਨਹੀਂ ਕਰਦਾ, ਨੱਕ ਵੱਢੇਗਾ ਭਲਿਆ, ਤੇਰਾ ਕਾਹਦਾ ਨੱਕ ਰਹੇਗਾ? ਗੁਰਸ਼ਬਦ ਦੀ ਆਭਾ 'ਚ ਬੈਠੇ ਹਾਂ। ਚਲੋ ਬਲਾਸ ਦੀ ਗੱਲ ਕਰਕੇ ਵਾਈਂਡ ਅਪ ਕਰ ਦੇਣਾ, ਇੱਕ ਕਿ ਵੀ ਗੱਲ ਭਾਰੀ ਹੋ ਜਾਂਦੀ ਹੈ। ਅੱਜ ਕੱਲ੍ਹ ਤਾਂ ਖੈਰ ਮਹਾਰਾਜ ਦਾ ਤਰਸ ਹੈ ਸਾਡੇ ਕੋਲ, ਬਾਣੀ ਪੜ੍ਹਨ ਵਾਸਤੇ, ਪੜ੍ਹਾਉਣ ਵਾਸਤੇ ਬਹੁਤ ਕੁਛ ਮੌਜੂਦ ਆ। ਮੈਂ ਥੋੜ੍ਹੇ ਸਾਲ ਪਹਿਲਾਂ ਦੀ ਗੱਲ ਕਰਾਂ, ਆਪਣੇ ਬਚਪਨ ਦੀ ਗੱਲ ਕਰ ਦਿੰਦਾ ਵਾਂ। ਸਾਡੇ ਪਿੰਡ 'ਚ ਛੋਟਾ ਜਿਹਾ ਪਿੰਡ ਸੀਗਾ ਅਤੇ ਅਖੰਡ ਪਾਠ ਸਾਹਿਬ ਮੇਰੇ ਖਿਆਲ ਸਾਲ 'ਚ ਇੱਕ ਜਾਂ ਦੋ ਵਾਰ ਹੀ ਹੁੰਦੇ ਸੀ, ਬਹੁਤ ਮੁਸ਼ਕਲ ਦੇ ਨਾਲ, ਬੜਾ ਚਾਅ ਹੁੰਦਾ ਸੀ। ਮੈਂ ਅੱਜ, ਮੈਂ ਕੱਲ੍ਹ ਦੀ ਗੱਲ ਕਰ ਰਿਹਾ ਜੀ, ਅੱਜ ਤੋਂ ਕੱਲ੍ਹ 25-30 ਸਾਲ ਪਿੱਛੇ ਕਰ ਪਿੱਛੇ ਚਲੇ ਜੀ, ਬਸ ਆਪਣੇ ਬਚਪਨ ਨੂੰ ਮੈਂ ਜਦੋਂ ਹੰਡਾਇਆ। ਦੋ ਅਖੰਡ ਪਾਠ ਸਾਹਿਬ ਮੈਨੂੰ ਪਤਾ ਪੱਕੇ ਹੁੰਦੇ ਸੀਗੇ, ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦਾ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਕਿਉਂਕਿ ਸਿਆਲ 'ਚ ਆਉਂਦਾ, ਅਦਰਵਾਈਜ਼ ਕਿਰਸਾਨੀ ਜੀਵਨ 'ਚ ਲੋਕ ਬਿਜ਼ੀ ਹੁੰਦੇ। ਅਖੰਡ ਪਾਠ ਸਾਹਿਬ ਹੋਣਾ ਬੜਾ ਚਾਅ ਹੋਣਾ ਵੀ ਅਖੰਡ ਪਾਠ ਸਾਹਿਬ ਆ ਰਿਹਾ, ਅਖੰਡ ਪਾਠ ਸਾਹਿਬ ਰੱਖਿਆ ਜਾ ਰਿਹਾ, ਸਾਰੇ ਇਸ ਤਰੀਕੇ ਨਾਲ ਬਾਤ ਹੋਣੀ। ਖੈਰ, ਅਤੇ ਉਹ ਇੱਕ ਦਿਨ ਚੌਂਕ ਮਿਨਾਰੇ 'ਚ ਕੁਛ ਚੌਂਕ 'ਚ ਖੜ੍ਹੇ ਆਪਸ 'ਚ ਗੱਲਾਂ ਕਰ ਰਹੇ ਪਿੰਡ ਦੇ ਲੋਕ, ਉਹ ਕਹਿੰਦੇ ਆ ਵੀ ਅਖੰਡ ਪਾਠ ਸਾਹਿਬ ਰਖਾਇਆ ਨਾ, ਜਿਹੜੀ ਸਪੀਕਰ ਦੀ ਡਿਊਟੀ ਹੁੰਦੀ ਹੈ, ਸਵੇਰੇ ਸ਼ਾਮ ਸਪੀਕਰ ਲਾਉਂਦੇ ਨਾ, ਅਤੇ ਕਹਿੰਦੇ ਉਹ ਫਲਾਣੇ ਪਾਠੀ ਨੂੰ ਨਹੀਂ ਦੇਣੀ। ਉਹ ਕਹਿੰਦੇ ਉਹ ਕਿਉਂ? ਕਹਿੰਦਾ ਉਹ ਪਾਠ ਕਰਦਾ ਸਮਝ ਨਹੀਂ ਆਉਂਦੀ, ਬਿਲਕੁਲ ਸਮਝ ਨਹੀਂ ਆਉਂਦੀ ਜਦੋਂ ਪਾਠ ਕਰਦਾ ਉਹ। ਅਤੇ ਉਹ ਇੱਕ ਸ਼ਖਸ ਹੋਰ ਸੀਗਾ ਸਾਡੇ, ਥੋੜ੍ਹੇ ਉਹ ਬਾਂਗਰੂ ਬੋਲਦੇ ਭਾਸ਼ਾ, ਉਹ ਕਹਿੰਦਾ ਨਾ ਨਾ ਨਿਕ ਨਹੀਂ ਹੋਆ, ਅੱਗੇ ਜੇ ਖੰਡ ਪਾਠ ਖਾਇਆ ਨਾ ਅੱਗੇ ਡਿਊਟੀ ਉਸੀ ਕਿ ਲੜੇ, ਉਹਦੀ ਡਿਊਟੀ ਲਾਉਣੀ ਪੱਕੀ। ਕਹਿੰਦਾ ਉਹ ਕਿਉਂ? ਉਹਦੀ ਸਮਝ ਨਹੀਂ ਆਉਂਦੀ। ਕਹਿੰਦਾ ਵਧੀਆ। ਕਹਿੰਦਾ ਵਧੀਆ? ਕਹਿੰਦਾ ਵੀ ਕੱਲ੍ਹ ਨੂੰ ਰੱਬੀ ਦਰਗਾਹ ਵਿੱਚ ਜਾਵਾਂਗੇ ਅਤੇ ਰੱਬ ਜੀ ਪੁੱਛੇਗਾ ਚੰਗੇ ਕੰਮ ਨਹੀਂ ਕੀਤੇ ਤੁਸੀਂ? ਅਸੀਂ ਕਹਾਂਗੇ ਸਾਨੂੰ ਤਾਂ ਪਤਾ ਨਹੀਂ ਸੀਗਾ, ਉਹ ਕਹਿੰਦਾ ਤੁਹਾਨੂੰ ਬਾਣੀ ਲਿਖ ਕੇ ਦਿੱਤੀ ਸੀ, ਉਹ ਬਾਣੀ ਤੁਸੀਂ, ਅਸੀਂ ਕਹਾਂ ਬਾਣੀ ਤਾਂ ਥੀ ਪਰ ਉਹ ਪਾਠੀ ਉਹ ਪਾਠ ਕਰੇ ਕਰਾ ਥਾ, ਇਸ ਕਰਕੇ ਸਮਝ ਨਹੀਂ ਆਇਆ ਕਰਦੀ ਬਾਬਾ ਜੀ, ਮਾਰਾ ਕਸੂਰੀ ਕੋਈ ਨਹੀਂ ਗਾ। ਸੋ ਇਸ ਕਰਕੇ ਉਹ ਪਾਠ ਉਹ ਕਰਦਾ, ਉਹ ਕਹਿੰਦਾ ਵਧੀਆ। ਅੱਛਾ, ਵਿਅੰਗ ਕੀਤਾ ਉਹਨੇ, ਉਹਨੇ ਕਿਹਾ ਚੰਗਾ ਪਾਠ ਕਰ ਦੇਗਾ ਤੁਹਾਨੂੰ ਸਮਝ ਲੈਣਾ, ਤੁਸੀਂ ਕਿਹੜਾ ਸਿੱਖ ਲੈਣਾ, ਤੁਸੀਂ ਕਿਹੜਾ ਜੀ ਲੈਣਾ? ਗੱਲ ਇਤਨੀ ਕੀ ਹੈ, ਬਚਨ ਆ ਰਿਹਾ ਮਹਾਰਾਜ ਬਿਆਨ ਕਰਦੇ, ਉਹ ਨੱਕ ਵੱਢਿਆ ਜਾਏਗਾ, ਉਹ ਸਿਰਜਣਹਾਰੀ ਵੱਢੇਗਾ ਜੇ ਤੁਸੀਂ ਇਸ ਚੀਜ਼ ਨੂੰ ਨਾ ਅਪਣਾਇਆ। ਤੇ ਬਚਨ ਉਸ ਰੂਪ ਵਿੱਚ ਕਿਹਾ, ਹਰ ਜਿਸ ਤੂੰ ਮੇਲੈ ਸੋ ਤੁਧ ਮਿਲਸੀ, ਹਾਂ ਹਰਿਆਪ ਬੁਲਾਵੇ ਆਪੇ ਬੋਲੈ। ਬਾਕੀ ਸਾਡੇ ਵਾਸਤੇ ਵੀ ਖੇਡ ਨੇਗੀ, ਜਿਵੇਂ ਉਹ ਬੁਲਾਵੇ ਉਵੇਂ ਬੋਲਾਂਗੇ। ਮੁਰਾਦ ਏ ਅਰਦਾਸਾਂ ਕਰੀਏ ਮਹਾਰਾਜ ਤਰਸ ਕਰ, ਸਾਨੂੰ ਨਹੀਂ ਪਤਾ ਬਹੁਤਾ, ਹਰਿਆਪ ਨਿਰੰਜਨ ਨਿਰੰਕਾਰ ਤੇਰਾ ਹਾਰੀ, ਸਾਨੂੰ ਨਹੀਂ ਪਤਾ ਤੇਰਾ ਰੂਪ ਕੀ ਹੈ, ਤੂੰ ਨਿਰੰਜਨ ਹੈ ਅੰਜਣ ਤੋਂ ਪਰੇ, ਤੂੰ ਨਿਰੰਕਾਰ ਹਰ ਤਰ੍ਹਾਂ ਦੇ ਆਕਾਰ ਭੇਸ ਤੋਂ ਪਰੇ ਹੈ, ਨਿਰਾਹਾਰੀ ਤੇਰਾ ਆਹਾਰ ਕੋਈ ਨਹੀਂ, ਤੈਨੂੰ ਅਸੀਂ ਕਿਵੇਂ ਖੁਸ਼ ਕਰੀਏ ਸਾਨੂੰ ਨਹੀਂ ਪਤਾ। ਆਹਾਰੀ ਕੋਈ ਪਤਾ ਲੱਗ ਜਾਂਦਾ ਵੀ ਫਲਾਂ ਚੀਜ਼ ਨੂੰ, ਫਲਾਂ ਬੰਦੇ ਨੂੰ ਆਹ ਪਸੰਦ ਹੈ ਚੀਜ਼, ਤੁਸੀਂ ਉਹਨਾਂ ਨੇ ਦੋਸਤੀ ਵਧਾਉਣੀ ਹੋ, ਤੁਸੀਂ ਉਹ ਜਿਹੀ ਚੀਜ਼ ਲੈ ਜਾਓ, ਉਹ ਬੰਦਾ ਕਹੇ ਵਾਹ ਮੈਨੂੰ, ਮੈਂ ਬਹੁਤ ਲਾਈਕ ਕਰਦਾ, ਫਿਰ ਤੁਹਾਨੂੰ ਉਡੀਕੇਗਾ ਵੀ ਉਹ ਮੇਰੇ ਵਾਸਤੇ ਉਹ ਲੈ ਕੇ ਆਵੇਗਾ। ਕਿਸੇ ਦਾ ਕੋਈ ਰੂਪ ਨਕਸ਼ ਪਤਾ ਹੋਏ, ਅੱਛਾ ਇਹਦਾ ਨਾ ਕਦ ਕਾਠ ਐਵੇਂ ਦਾ, ਇਹਨੂੰ ਐਵੇਂ ਦੀ ਜੈਕਟ ਲੈ ਕੇ ਦਿੰਦੇ ਹਾਂ, ਜਦੋਂ ਹੈ ਹੀ ਨਿਰੰਕਾਰ ਦੀ ਉਹਨੂੰ ਕੀ ਜੈਕਟ ਪਾਓਗੇ? ਨਿਰੰਜਨ ਕਿਸੇ ਦੇ ਵਾਸਤੇ ਕੋਈ ਫੇਵਰ ਕਰ ਦਿਓ, ਕੋਈ ਮਾਇਆ ਦੇ ਦਿਓ, ਕੋਈ ਭੇਟਾ ਦੇ ਦਿਓ, ਜਿਹੜਾ ਹੈ ਹੀ ਨਿਰੰਜਨ ਉਹਨੂੰ ਕੀ ਦਿਓਗੇ? ਕਹਿੰਦੇ ਪਤਾ ਹੀ ਨਹੀਂ ਕਿਵੇਂ ਤੈਨੂੰ ਕਿਵੇਂ ਖੁਸ਼ ਕਰੀਏ, ਪਰ ਕਰਨ ਵਾਲਾ ਤੂੰ ਹੀ ਅਲਟੀਮੇਟਲੀ। ਫਿਰ ਬਚਨ ਦੇਖਿਆ ਜੇ, ਕਿਆ ਹਰਿਆਪ ਬੁਲਾਵੇ ਆਪੇ ਬੋਲੈ, ਹਰਿਆਪ ਨਿਰੰਜਨ ਨਿਰੰਕਾਰ ਨਿਰਾਹਾਰੀ, ਹਰ ਜਿਸ ਤੂੰ ਮਿਲੈ ਸੋ ਤੁਧ ਮਿਲਸੀ। ਹੇ ਹਰੀ, ਜਿਹਨੂੰ ਤੂੰ ਮਿਲਾਏ ਉਹੀ ਤੇਰੇ ਨਾਲ ਮਿਲੇ, ਉਹਦੀ ਸਾਂਝ ਤੇਰੇ ਨਾਲ ਬਣੇ, ਹਰ ਜਿਸ ਤੂੰ ਮਿਲੈ ਸੋ ਤੁਧ ਮਿਲਸੀ, ਜਨ ਨਾਨਕ ਕਿਆ ਇਹ ਜੰਤ ਵਿਚਾਰੇ। ਇਹ ਜੰਤ ਵਿਚਾਰੇ, ਜੰਤ ਜੰਤੂ ਜਿਹਨੂੰ ਕਹਿ ਲਓ, ਅਸੀਂ ਕੀਟ ਮਕੌੜ ਦੀ ਤਰ੍ਹਾਂ ਜਾਂ ਹੋਰ ਹੈ ਕਿ ਜੰਤੀਆਂ ਛੋਟੇ ਜਿਹੇ, ਉਹ ਵੱਡੇ ਸਾਰੇ ਕੌਸਮੋ ਦੇ ਵਿੱਚ। ਸੋ ਇਸ ਕਰਕੇ ਵਾਹਿਗੁਰੂ ਜੀ
ਜੇ ਤੈਨੂੰ ਚੰਗਾ ਲੱਗੇ ਤੂੰ ਆਪਣੇ ਰੂਪ ਦੇ ਸਾਨੂੰ ਆਪਣੇ ਚਰਨਾਂ ਨਾਲ ਜੋੜ ਲੈ ਤਾਂ ਤੇ ਬਾਤ ਬਣ ਆਵੇ। ਸਾਹਿਬ ਮਿਹਰਾਮਤ ਕਰਨ ਇਨਾਲ ਨੀ ਅਲਾਹੀ ਅਗੰਮੀ ਵਾਕਾਂ ਦੀ ਪ੍ਰੀਤੀ ਸਾਡੀ ਸੁਰਤ ਪਕੜੇ। ਇਹ ਦਿਲੀ ਅਰਦਾਸ ਦੁਆ ਹੈ। ਆਪ ਸਮੂਹ ਸੰਗਤ ਦਾ ਸਰੋਤ ਕਰਨ ਵਾਸਤੇ ਬੜਾ ਧੰਨਵਾਦ। ਇੰਨਾ ਲੰਬਾ ਸਮਾਂ ਬੈਠ ਕੇ ਆਪ ਸਰੋਤ ਕਰਦੇ ਹੋ, ਬੜੀ ਸ਼ੁਕਰਗੁਜ਼ਾਰੀਅਤ। ਮਹਾਰਾਜ ਪਰਸ ਕਰਨ ਹਾਜ਼ਰੀ ਲੇਖੇ ਵਿੱਚ ਲੱਗੇ। ਆਓ ਰਲ ਮਿਲ ਕੇ ਆਨੰਦ ਸਾਹਿਬ ਦਾ ਜਾਪ ਕਰਦੇ ਹਾਂ, ਫਿਰ ਉਪਰੰਤ ਸਾਰੀ ਸਮਾਪਤੀ ਹੋਏਗੀ। ਭੁੱਲਾਂ ਗਲਤੀਆਂ ਨਾ ਚਤਾਰਦੇ ਹੋਏ ਇੱਕ ਵਾਰੀ ਆਵਾਜ਼ ਦੇ ਕੇ ਜ਼ਰੂਰ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।